ਵਾਹਿਗੁਰੂ ਸਾਹਿਬ ਜੀ, ਇੱਕ ਸਤਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਪ ਹੈ ਅਠ ਨੰਦਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਜੁਗੋ ਜੁਗ ਅਟਲ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਾਰ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਆਪਾਂ ਨੂੰ ਹਾਜ਼ਰੀ ਭਰਨ ਦਾ ਸਮਾਂ ਪ੍ਰਾਪਤ ਹੋ ਰਿਹਾ ਹੈ। ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ, ਜਗਤ ਗੁਰੂ, ਤਿਨ੍ਹਾਂ ਦੇ 550 ਸਾਲਾਂ ਪ੍ਰਕਾਸ਼ ਦਿਹਾੜਿਆਂ ਨੂੰ ਮਨਾਉਣ ਦੇ ਹਿੱਤ 27 ਅਪ੍ਰੈਲ 2017 ਤੋਂ ਆਰੰਭ ਹੋਏ ਸਹਿਜ ਪਾਠ ਸੰਥਿਆ ਸਮਾਗਮ ਲੜੀਵਾਰ ਕਥਾ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਲੋਕ ਮੁਦਾਵਣੀ ਮਹੱਲਾ ਪੰਜਵਾਂ ਤੋਂ ਅੱਗੇ ਸਲੋਕ ਮਹੱਲਾ ਪੰਜਵਾਂ ਸੰਪੂਰਨ ਹੋਏ ਨੇ। ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਰਾਗ ਮਾਲਾ ਦੀ ਵਿਚਾਰ ਸਤਿਗੁਰੂ ਦੀ ਆਪਾਂ ਅੱਜ ਕਰਨੀ ਹੈ। ਰਾਗ ਮਾਲਾ ਦੇ ਆਰੰਭ ਕਰਨ ਤੋਂ ਪਹਿਲਾਂ ਆਪ ਸੰਗਤਾਂ ਦੀ ਗਿਆਤ ਹਿੱਤ ਕੁਝ ਬੇਨਤੀਆਂ ਹਨ। ਇੱਕ ਤਾਂ ਇਹ ਵੀ ਭਾਵੇਂ ਕਿ ਹਮੇਸ਼ਾ ਹੀ ਗੁਰਬਾਣੀ 'ਚ ਜਿੱਥੇ ਅੰਤਰੀਬ ਅਤੇ ਬਾਹਰੀ ਅਰਥਾਂ ਦੇ ਨਾਲ ਸੰਬੰਧਿਤ ਸ਼ਬਦ ਆਏ ਨੇ ਅਤੇ ਬਾਹਰੀ ਅਰਥ ਆਪਾਂ ਪਹਿਲਾਂ ਕਰਦੇ ਹਾਂ ਅਤੇ ਅੰਤਰੀਬ ਅਰਥ ਆਪਾਂ ਬਾਅਦ ਵਿੱਚ ਵਿਚਾਰਦੇ ਹਾਂ, ਪਰ ਅੱਜ ਅੰਤਰੀਬ ਅਰਥ ਰਾਗ ਮਾਲਾ ਦੇ ਆਪਾਂ ਪਹਿਲਾਂ ਕਰਾਂਗੇ, ਕਿਉਂਕਿ ਬਾਹਰੀ ਅਰਥਾਂ ਦੀ ਵਿਚਾਰ ਜੋ ਹੈ ਉਹ ਸਾਧ ਸੰਗਤ ਜੀ 12
ਨਵੰਬਰ ਨੂੰ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਜਿੱਦਣ ਪ੍ਰਕਾਸ਼ ਦਿਹਾੜਾ ਹੈ ਉਦਣ ਸ਼ਾਮ 7 ਤੋਂ 8 ਵਜੇ ਦੇ ਸਮੇਂ ਦੇ ਨਾਲ ਬਾਹਰੀ ਵਿਚਾਰ ਦੇ ਸਰਲ ਅਰਥ ਨੇ ਉਹਨਾਂ ਨੂੰ 10 ਜਾਂ 15 ਮਿੰਟ ਲੱਗਣੇ ਨੇ ਉਹ ਆਪਾਂ ਉਸ ਦਿਨ ਕਰ ਲਾਂਗੇ। ਇਸ ਕਰਕੇ ਹਮੇਸ਼ਾ ਬਾਹਰੀ ਅਰਥ ਪਹਿਲਾਂ ਵਿਚਾਰਿਆ ਜਾਂਦਾ ਫਿਰ ਅੰਤਰੀਵ, ਪਰ ਆਪਾਂ ਰਾਗ ਮਾਲਾ ਦੇ ਅੰਤਰੀਵ ਅਰਥਾਂ ਦੀ ਪਹਿਲਾਂ ਵਿਚਾਰ ਕਰਾਂਗੇ। ਦੂਸਰੀ ਬੇਨਤੀ ਹੈ ਵੀ ਇਹ ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਵਿੱਚ ਜੋ ਬਚਨ ਲਿਖੇ ਹਨ, ਪਾਤਸ਼ੋ ਪਾਵ ਭੋਗ ਰਾਗ ਮਾਲਾ ਪੜ੍ਹ, ਸਿਰ ਮੈਂ ਪਾਪ ਜਾਹੇ ਤਿਨ ਕੇ ਸੜ, ਦੋਹਰਾ ਧਾਰ ਪ੍ਰੇਮ ਗੁਰ ਗ੍ਰੰਥ ਕਾ ਪਾਠ ਕਰੈ ਮਨ ਲਾਏ, ਰਾਗ ਮਾਲਾ ਪੜ੍ਹ ਪ੍ਰੇਮ ਸੋ ਭੋਗ ਜਪ ਜੀ ਤੇ ਪਾਏ। ਮੈਂ ਜਪ ਸਾਹਿਬ ਪੜ੍ਹ ਕੇ ਬਾਅਦ ਵਿੱਚ ਤੇ ਰਾਗ ਮਾਲਾ ਪੜ੍ਹ ਕੇ ਭੋਗ ਪਾਉਣ ਦਾ ਇਤਿਹਾਸ ਜ਼ਿਕਰ ਹੈ। ਤੇ ਸਾਧ ਸੰਗਤ ਜੀ, ਰਾਗ ਮਾਲਾ ਦੇ ਉੱਪਰ ਅੰਗਰੇਜ਼ਾਂ ਦੇ ਸਮੇਂ ਤੋਂ ਬੇਲੋੜਾ ਵਿਵਾਦ ਜਿਹੜਾ ਹੈ ਉਹ ਅੰਗਰੇਜ਼ ਹਕੂਮਤ ਵੱਲੋਂ ਚੇਤਨ ਦਾਸ ਮਹੰਤ ਉਹਦੇ ਵੱਲੋਂ ਅੱਗੇ ਫਿਰ ਜ਼ੋਰ ਪਾ ਕੇ ਸੋਭਾ ਸਿੰਘ ਜੀ ਗਿਆਨੀ ਦਿੱਲੀ ਵਾਲੇ ਬਹੁਤ ਵਿਦਵਾਨ ਹੋਏ ਸਨ, ਪਰ ਉਹਨਾਂ ਨੇ ਰਾਗ ਮਾਲਾ ਤੋਂ ਬਗੈਰ ਮਹਾਰਾਜ ਦਾ ਸਰੂਪ ਲਿਖ ਦਿੱਤਾ, ਜਿਸ ਕਰਕੇ ਪੰਥ 'ਚ ਵਿਵਾਦ ਖੜ੍ਹਾ ਹੋ ਗਿਆ। ਅਤੇ ਫਿਰ ਸਿੱਖ ਸੰਗਤਾਂ ਨੇ ਅਰਦਾਸ ਕੀਤੀ, ਮਹਾਰਾਜ ਅਸੀਂ ਤਾਂ ਇੰਨੇ ਵਿਦਵਾਨ ਨਹੀਂ ਹਾਂ ਵੀ ਸਿੱਧ ਕਰ ਸਕੀਏ ਇਹਨਾਂ ਦੇ ਅੱਗੇ ਕੁਝ, ਆਪ ਕਿਰਪਾ ਕਰੋ, ਜੇ ਰਾਗ ਮਾਲਾ ਗੁਰਬਾਣੀ ਹੈ ਤਾਂ ਸੋਭਾ ਸਿੰਘ ਨੂੰ ਕੁਝ ਨਾ ਹੋਵੇ। ਵਾਹਿਗੁਰੂ, ਜੇ ਰਾਗ ਮਾਲਾ ਗੁਰਬਾਣੀ ਨਹੀਂ ਹੈ ਤਾਂ ਮਹਾਰਾਜ ਸੋਭਾ ਸਿੰਘ ਨੂੰ ਕੁਝ ਨਾ ਹੋਵੇ। ਜੇ ਰਾਗ ਮਾਲਾ ਗੁਰਬਾਣੀ ਹੈ ਅਤੇ ਪਾਤਸ਼ਾਹ ਇਹਨੇ ਨਹੀਂ ਲਿਖੀ ਤਾਂ ਇਹਨੂੰ ਇਹਦਾ ਨਿਤਾਰਾ ਮਿਲਣਾ ਚਾਹੀਦਾ, ਨਹੀਂ ਤਾਂ ਅਸੀਂ ਵੀ ਪੜ੍ਹਨ ਨੂੰ ਹਟ ਜਾਂਗੇ। ਸਾਧ ਸੰਗਤ ਇਤਿਹਾਸਕ ਲਿਖਤ ਹੈ, 8 ਦਿਨਾਂ ਦੇ ਵਿੱਚ ਇਹਦੀ ਜ਼ਬਾਨ ਦੇ ਅੰਦਰ ਕਿਰਮ ਪੈਣੇ ਸ਼ੁਰੂ ਹੋ ਗਏ ਸਨ, ਪਾਗ ਪਈ, ਲਿਖਤੀ ਮਾਫ਼ੀ ਮੰਗੀ, ਅਰਦਾਸ ਕਰਵਾਈ ਸੰਗਤ ਦੇ ਕੋਲੋਂ, ਫਿਰ ਬਖਸ਼ਿਆ ਗਿਆ। ਉਸ ਵੇਲੇ ਮਾਮਲਾ ਸਭ ਖਤਮ ਹੋ ਗਿਆ। ਬਾਅਦ ਵਿੱਚ ਬਾਬੂ ਤੇਜਾ ਸਿੰਘ ਪਸੌੜੀਏ ਨੇ ਇੱਕ ਜਥਾ ਬਣਾਇਆ ਉਸ ਵਿਦਿਆਲੇ ਦੇ ਵਿੱਚ, ਉਹਨਾਂ ਨੂੰ ਰੱਖਦਾ ਹੁੰਦਾ ਸੀ ਜੋ ਬੀਬੀਆਂ ਦਸਤਾਰ ਸਜਾਉਣ ਅਤੇ ਤਿਆਰ ਪੁਰ ਤਿਆਰ ਦੇਖਣ। ਗੁਰਮਤਿ ਦੇ ਪ੍ਰਚਾਰ ਨੂੰ ਕਰਦਿਆਂ ਕਰਦਿਆਂ ਸਹਿਜੇ ਸਹਿਜੇ ਇਹਨੇ ਗੁਰਮਤਿ ਦੇ ਉਲਟ ਪ੍ਰਚਾਰ ਸ਼ੁਰੂ ਕੀਤਾ। ਪਹਿਲਾਂ ਪੰਥ ਦੇ ਮਹਾਨ ਗੁਰਮੁਖ ਪਿਆਰੇ ਭਾਈ ਰਣਧੀਰ ਸਿੰਘ ਜੀ ਵੀ ਇਹਦੇ ਜਥੇ ਸ਼ਾਮਿਲ ਹੋਏ। ਰਾਗਮਾਲਾ ਤੀਕਰ ਤਾਂ ਚੁੱਪ ਰਹੇ, ਜਦੋਂ ਇਹਨੇ ਭਗਤ ਬਾਣੀ ਅਤੇ ਪੱਟ ਬਾਣੀ ਵੀ ਵਿੱਚੋਂ ਕੱਢਣ ਦੀ ਗੱਲ ਕਹੀ ਤਾਂ ਉਹ ਮਹਾਂਪੁਰਖ ਸੰਤ ਭਾਈ ਰਣਧੀਰ ਸਿੰਘ ਜੀ ਇਹਨਾਂ ਦੇ ਨਾਲੋਂ ਅਲੱਗ ਹੋ ਗਏ ਵੀ ਇਹ ਪਾਪ ਨਹੀਂ ਅਸੀਂ ਹੁੰਦਾ ਵੇਖ ਸਕਦੇ। ਅਤੇ ਇੱਕ ਹੋਰ ਬੇਨਤੀ, ਭਾਈ ਰਣਧੀਰ ਸਿੰਘ ਜੀ ਦੀਆਂ ਜਿੰਨੀਆਂ ਵੀ ਕਿਤਾਬਾਂ ਹਨ ਇੱਕ ਅੱਖਰ ਰਾਗਮਾਲਾ ਦੇ ਸਾਧ ਸੰਗਤ ਉਹਨਾਂ ਦੇ ਉਲਟ ਨਹੀਂ ਲਿਖਿਆ। ਬਾਕੀ ਹੋਰ ਜੋ ਉਹਨਾਂ ਦਾ ਮਤਾ ਰਿਹਾ ਹੈ ਉਹ ਮਹਾਂਪੁਰਖ ਜਾਣਦੇ, ਪਰ ਸ਼ਬਦ ਇੱਕ ਵੀ ਮਹਾਰਾਜ ਦੀ ਇਹ ਪਵਿੱਤਰ ਗੁਰਬਾਣੀ ਦੇ ਉਹਨਾਂ ਉਲਟ ਕਿਤੇ ਬੋਲਿਆ ਲਿਖਿਆ ਨਹੀਂ ਪ੍ਰਾਪਤ ਹੁੰਦਾ। ਜੇ ਲਿਖਿਆ ਹੋਵੇ ਤਾਂ ਕੋਈ ਵਿਖਾ ਸਕਦਾ, ਉਹਨਾਂ ਦੀ ਲਿਖਤ ਨਹੀਂ ਹੈਗੀ। ਸੋ ਇਸ ਕਰਕੇ ਫਿਰ ਜੋ ਤੇਜਾ ਬਾਬੂ ਤੇਜਾ ਸਿੰਘ ਦਾ ਹਸ਼ਰ ਹੋਇਆ, ਅਖੀਰ ਪੰਥ 'ਚੋਂ ਛੇਕਿਆ ਗਿਆ ਅਤੇ ਛੇਕੇ ਜਾਣ ਤੋਂ ਬਾਅਦ ਕਿਸੇ ਨੇ ਇਹਨੂੰ ਮੂੰਹ ਨਹੀਂ ਲਾਇਆ ਅਤੇ ਅਖੀਰ ਸਰੀਰ ਇਹਦਾ ਕਹਿੰਦੇ ਇੰਨੀ ਬਦਬੂ ਮਾਰਨ ਲੱਗ ਪਿਆ ਕੋਈ ਨੇੜੇ ਨਾ ਜਾਵੇ। ਇਹਦੀ ਘਰੋਂ ਬੀਬੀ ਸੀ ਨਿਰੰਜਣ ਕੌਰ, ਮਰੇ ਤੋਂ ਉਹਨੇ ਲੱਕੜਾਂ 'ਤੇ ਪਾ ਕੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਕੇ ਇਹਦਾ ਸੰਸਕਾਰ ਕੀਤਾ। ਬੜੀ ਦੁਰਦਸ਼ਾ ਦੇ ਨਾਲ ਮਰਿਆ, ਜਿਹਨਾਂ ਪੰਥ ਦੇ ਵਿੱਚ 2 ਹਿੱਸੇ ਕਰ ਦਿੱਤੇ। ਅੰਗਰੇਜ਼ ਵੀ ਚਲੇ ਗਏ, ਹੋਰ ਚਲੇ ਗਏ ਸਭ,
ਪਵਾੜੇ ਪਾਉਣ ਵਾਲੇ ਚਲੇ ਗਏ, ਪਰ ਇਹ ਗੱਲ ਮੰਨਣੀ ਪਵੇਗੀ ਵੀ ਪੰਥ ਦੇ ਵਿੱਚ ਵਖੇੜਾ ਪਾ ਗਏ, ਪਰ ਸਾਧ ਸੰਗਤ ਰਾਗ ਮਾਲਾ ਦੇ ਵਿੱਚ ਕੋਈ ਵੀ ਐਸਾ ਲਫਜ਼ ਨਹੀਂ ਜਿਹੜਾ ਗੁਰਮਤ ਦੇ ਉਲਟ ਜਾਂਦਾ ਹੋਵੇ। ਜੇ ਜਾਂਦਾ ਹੋਵੇ ਤਾਂ ਬੰਦਾ ਕੋਈ ਵਿਚਾਰ ਕਰ ਸਕਦਾ ਹੈ, ਪਰ ਕੋਈ ਐਸਾ ਸ਼ਬਦ ਨਹੀਂ ਜੋ ਉੱਚ ਦੇ ਰਾਗਾਂ ਦੀ ਪੰਕਤੀ ਹੈ। ਫਿਰ ਅੰਤਰੀ ਭਾਵ ਮਹਾਰਾਜ ਸਾਹਿਬ ਜੀ ਨੇ ਇਹਦੇ ਵਿੱਚ ਬਹੁਤ ਸੋਹਣਾ ਸਮਝਾਇਆ ਹੈ, ਅੰਤਰੀਵ ਅਰਥ ਬੜੇ ਸੋਹਣੇ ਨੇ। ਅਤੇ ਕਈ ਵਿਦਵਾਨ ਕਹਿੰਦੇ ਨਵੀਨ ਵੀ ਟਕਸਾਲ ਦੇ ਜਾਂ ਸੰਪਰਦਾਵਾਂ ਦੇ ਜਿਹੜੇ ਵਿਦਵਾਨ ਨੇ ਉਹ ਖਿੱਚ ਧੂ ਕੇ ਅੰਤਰੀਵ ਅਰਥ ਕਰਦੇ ਨੇ, ਨਹੀਂ ਸਾਧ ਸੰਗਤ ਇਹ ਅਰਥ ਇੱਦਾਂ ਹੀ ਹੁੰਦੇ ਨੇ। ਜੇ ਇਹ ਖਿੱਚ ਧੂਣ ਦੀ ਗੱਲ ਕਰਨ, ਇੱਕ ਸ਼ਬਦ ਹੈ ਆਸਾ ਰਾਗ ਵਿੱਚ ਭਗਤ ਕਬੀਰ ਜੀ ਦਾ 477 ਅੰਗ 'ਤੇ, ਉਹ ਸ਼ਬਦ ਹੈ ਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੈ, ਪਹਿਰ ਚੋਲਨਾ ਗਦਹਾ ਨਾਚੈ ਭੈਸਾ ਭਗਤ ਕਰਾਵੈ, ਰਾਜਾ ਰਾਮ ਕਕਰੀਆ ਬਰੇ ਪਕਾਏ ਕਹਿਣੈ ਬੂਝਨ ਹਾਰੈ ਖਾਏ। ਇਸ ਤਰ੍ਹਾਂ ਦਾ ਹੀ ਇਹ ਸਾਰਾ ਸ਼ਬਦ ਹੈ। ਅਤੇ ਜੇ ਇਹਦੇ ਆਪਾਂ ਕੇਵਲ ਬਾਹਰੀ ਅਰਥ ਕਰਾਂਗੇ ਉਹ ਇਹ ਬਣਨਗੇ ਫੀਲ ਰਬਾਬੀ। ਫੀਲ ਕਹਿੰਦੇ ਨੇ ਹਾਥੀ ਨੂੰ, ਵੀ ਹਾਥੀ ਰਬਾਬ ਵਜਾਉਂਦਾ ਹੈ, ਬਲਦ ਪਖਾਵਜ ਅਤੇ ਬਲਦ ਜਿਹੜਾ ਹੈ ਉਹ ਜੋੜੀ ਵਜਾ ਰਿਹਾ ਹੈ, ਕਊਆ ਤਾਲ ਵਜਾਵੇ ਅਤੇ ਕਾਂ ਜਿਹੜਾ ਹੈ ਉਹ ਸਾਧ ਸੰਗਤ ਛੈਣੇ ਵਜਾਉਂਦਾ, ਇੱਦਾਂ ਦੇ ਅਰਥ ਹੋਣਗੇ। ਹੁਣ ਇਹਦੇ ਅਰਥ ਸਾਰੇ ਹੀ ਫਿਰ ਅੰਤਰੀਵ ਕਰਦੇ ਹੀ ਨੇ ਨਾ, ਜੇ ਨਹੀਂ ਕਰਨਗੇ ਤਾਂ ਫਿਰ ਇਹਦਾ ਕੀ ਭਾਵ ਬਣ ਗਿਆ ਵੀ ਹਾਥੀ ਜਿਹੜਾ ਹੈ ਉਹ ਸਾਧ ਸੰਗਤ ਰਬਾਬ ਵਜਾਉਂਦਾ ਏ, ਇਹਦਾ ਕੀ ਭਾਵ ਬਣ ਗਿਆ ਵੀ ਬਲਦ ਜਿਹੜਾ ਹੈ ਉਹ ਜੋੜੀ ਵਜਾਉਂਦਾ ਹੈ ਜਿਵੇਂ ਵਾਜੇ ਦੇ ਨਾਲ ਵੱਜਦੀ ਹੈ, ਕਾਂ ਤਾਲ ਵਜਾ ਰਿਹਾ ਹੈ। ਅੰਤਰੀ ਵਰਸ਼ ਜਦੋਂ ਫਿਰ ਕਰਦੇ ਨੇ ਫਿਰ ਹੀ ਸਮਝ ਪੈਂਦੀ ਹੈ ਨਾ। ਇਸ ਕਰਕੇ ਇਹ ਅਣਹੋਈਆਂ ਗੱਲਾਂ ਕਰ ਦੇਣੀਆਂ ਵੀ ਇਸ ਤਰ੍ਹਾਂ ਕਰਦੇ ਨੇ। ਫਿਰ ਵੇਖੋ ਭਾਈ ਸਾਹਿਬ ਸਿੰਘ ਜੀ ਨੇ ਬੜੀ ਮਿਹਨਤ ਕੀਤੀ ਹੈ ਗਿਆਨੀ ਜੀ ਨੇ, ਪਰ ਉਹਨਾਂ ਨੇ ਰਾਗਮਾਲਾ ਦੇ ਵਿੱਚ ਪੁੰਨ ਪੱਪੇ ਨੂੰ ਔਂਕੜ ਨੰਨੇ ਨੂੰ ਸਿਹਾਰੀ ਇੱਕ ਸ਼ਬਦ ਆਇਆ, ਅਤੇ ਉਹ ਪੁੰਨ ਜਿਹੜਾ ਸ਼ਬਦ ਹੈ ਨਾ ਉਹਦੇ ਉੱਤੇ ਉਹਨਾਂ ਨੇ ਲਿਖਿਆ, ਉੱਦਾਂ ਦੇ ਕੁਝ ਨਹੀਂ ਲਿਖਿਆ, ਉਹਨਾਂ ਲਿਖਿਆ ਵੀ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਗੁਰਬਾਣੀ ਦੇ ਅੰਦਰ ਜਿਹੜਾ ਪੁੰਨ ਸ਼ਬਦ ਹੈ ਉਹ ਕਿਤੇ ਲਿਖਿਆ ਨਹੀਂ ਮਿਲਦਾ, ਕਿਸੇ ਗੁਰੂ ਸਾਹਿਬ ਜੀ ਨੇ ਲਿਖਿਆ ਨਹੀਂ ਹੈ। ਪਰ ਐਡਾ ਵੱਡਾ ਸਾਧ ਸੰਗਤ ਵਿਦਵਾਨ ਹੋਵੇ, ਗੁਰਬਾਣੀ ਦੇ ਉਹਨੇ ਸਾਰੇ ਅਰਥ ਲਿਖੇ ਹੋਣ, ਤਾਂ ਉਹਨੂੰ ਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਦਾ ਹੀ ਗਿਆਨ ਨਾ ਹੋਵੇ ਵੀ ਪੁੰਨ ਸ਼ਬਦ ਜਿਹੜਾ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਵਿੱਤਰ ਬਾਣੀ 'ਚ ਲਿਖਿਆ ਹੁੰਦਾ ਹੈ। ਅੰਗ ਹੈ 992 ਉਪਰ ਗਗਨ ਪਰ ਗੋਰਖ ਤਾਕਾ ਅਗਮ ਗੁਰੂ ਪੁੰਨ ਵਾਸੀ, ਪੱਪੇ ਔਂਕੜ ਨੰਨੇ ਨੂੰ ਸਿਹਾਰੀ। ਇਹ ਆਵੇਗਾ ਨਾ ਰਾਗ ਮਾਲਾ 'ਚ ਸ਼ਬਦ, ਉਹਨੇ ਭਾਈ ਸਾਹਿਬ ਪ੍ਰੋਫੈਸਰ ਸਾਹਿਬ ਸਿੰਘ ਨੇ ਉੱਥੇ ਫੁੱਟ ਨੋਟ ਦਿੱਤਾ ਹੈ ਵੀ ਇਹ ਸੰਗਤ ਅੰਦਾਜ਼ਾ ਲਾ ਲਓ ਵੀ ਕਿਸੇ ਗੁਰੂ ਨੇ ਪੁੰਨ ਸ਼ਬਦ ਨਹੀਂ ਲਿਖਿਆ, ਇਹ ਕਿਹੜੇ ਗੁਰੂ ਵਿਅਕਤੀ ਦੀ ਬਾਣੀ ਹੈ। ਜਦੋਂ ਕਿ ਗੁਰਬਾਣੀ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਗਮ ਗੁਰੂ ਪੁੰਨ ਵਾਸੀ ਲਿਖਿਆ ਹੈ, ਪੁੰਨ ਸ਼ਬਦ ਗੁਰੂ ਸਾਹਿਬ ਦੇ ਲਿਖਤ ਵਿੱਚ ਆਉਂਦਾ ਹੈ। ਸੋ ਇਸ ਤਰ੍ਹਾਂ ਸੰਗਤ ਆਮ ਭਰਮ ਜਾਂਦੀ ਹੈ, ਕਿਉਂਕਿ ਇੰਨੀ ਮਿਹਨਤ 'ਤੇ ਇਹਦੇ ਵਿਦਵਾਨ ਜਿਹੜੇ ਪਹਿਲੇ ਕਰ ਗਏ ਨੇ ਉਹਨਾਂ ਦੀ ਮਿਹਨਤ ਦਾ ਸਦਕਾ ਕੁਝ ਆਪਣੇ ਕੋਲ ਗਿਆਨ ਨਹੀਂ ਅਤੇ ਕੋਈ ਪੱਲੇ ਨਹੀਂ ਰਹਿੰਦਾ। ਸੋ ਇਹਦੇ ਸੰਖੇਪ ਜੀ ਬਿਲਕੁਲ ਵਿਚਾਰਾ ਇਹੀ ਸਨ ਵੀ ਕਰਤਾਰਪੁਰ ਸਾਹਿਬ ਵਾਲੀ ਬੀੜ ਜੋ ਭਾਈ ਗੁਰਦਾਸ ਜੀ ਕੋ ਮਹਾਰਾਜ ਜੀ ਨੇ ਲਿਖਾਈ ਹੈ ਪੰਜਵੇਂ ਪਾਤਸ਼ਾਹ ਨੇ, ਉਹਦੇ ਵਿੱਚ ਰਾਗ ਮਾਲਾ ਸੁਭਾਏ ਮਾਨ ਹੈ। ਵੱਡੇ ਵੱਡੇ ਵਿਦਵਾਨ ਜਿਹੜੇ ਪਹਿਲਾਂ ਵਿਰੋਧ ਕਰਦੇ ਸਨ, ਦਰਸ਼ਨ ਕਰਨ ਤੋਂ ਬਾਅਦ ਉਹਨਾਂ ਦੇ ਵੀ ਭੁਲੇਖੇ ਨਿਕਲੇ ਵੀ ਜੇ ਮਹਾਰਾਜ ਨੇ
ਇਹ ਬਚਨ ਲਿਖੇ ਨੇ ਅਤੇ ਸਾਨੂੰ ਹੱਕ ਨਹੀਂ ਹੈ ਉਂਗਲ ਰੱਖਣ ਦਾ। ਸੋ ਵਿਚਾਰ ਇਹੀ ਆ ਵੀ ਸਾਧ ਸੰਗਤ ਜੀ, ਇੱਕ ਵੀ ਰੋਮ ਗੁਰਬਾਣੀ ਦਾ ਜਿਹੜਾ ਇੱਕ ਵੀ ਅੱਖਰ ਹੈ, ਇਹ ਤਾਂ ਆਪਾਂ ਨੂੰ ਕਿਸੇ ਤਰ੍ਹਾਂ ਦਾ ਇਤਰਾਜ਼ ਜਿਹੜਾ ਕੋਈ ਕਰਦਾ ਉਹਦੀ ਸੰਗਤ ਹੀ ਨਹੀਂ ਕਰਨੀ ਚਾਹੀਦੀ, ਭਰੋਸਾ ਗੁਰਬਾਣੀ ਦਾ ਰੱਖਣਾ ਹੈ। ਸੋ ਆਹ ਰਾਗਮਾਲਾ ਦੀ ਜੋ ਬਾਹਰੀ ਵਿਚਾਰ ਹੈ ਇਹ ਤਾਂ ਆਪਾਂ 12 ਨਵੰਬਰ ਨੂੰ ਸਰਵਣ ਕਰਾਂਗੇ। ਜੋ ਅੰਤਰੀ ਵਿਚਾਰ ਮਹਾਰਾਜ ਸਾਹਿਬ ਜੀ ਨੇ ਇਹਦੇ ਵਿੱਚ ਬਖਸ਼ੀ ਹੈ, ਉਹ ਸਾਖੀ ਇਉਂ ਹੈ ਵੀ ਜਦ ਮਹਾਰਾਜ ਨੇ ਮੁੰਦਾਵਣੀ ਲਿਖਾ ਲਈ ਤਾਂ ਉਸ ਵੇਲੇ ਸਾਧ ਸੰਗਤ ਰਾਗ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਹਜ਼ੂਰ ਆਏ। ਰਾਗਾਂ ਨੇ ਪਰਿਵਾਰਾਂ ਸਹਿਤ ਆ ਕੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕੋਈ ਸੂਖਮ ਰੂਪ ਦੇ ਵਿੱਚ ਵੀ ਸਮੇਂ ਦੇ ਅਨੁਸਾਰ ਨਾ ਗਾਉਣ ਕਰਕੇ ਸਾਡੇ ਅੰਗ ਭੰਗ ਹੋ ਰਹੇ ਨੇ। ਜੇ ਕੋਈ ਹੁਣ ਇਹ ਆਖੇ ਵੀ ਰਾਗ ਕਿਵੇਂ ਆਏ ਨੇ ਤਾਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਪੁੱਛੋ, ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣ ਆਈਆਂ। ਨਿੱਤ ਪੜ੍ਹਦੇ ਜੇ ਨਾ, ਹੁਣ ਗੁਰੂ ਸਾਹਿਬ ਦੇ ਬਚਨਾਂ ਦੇ ਉਂਗਲ ਜਿਹੜਾ ਰੱਖੇਗਾ ਫਿਰ ਉਹ ਕਿੱਡਾ ਕੁ ਵਿਦਵਾਨ ਹੈ। ਵੀ ਰਾਗ ਵੀ ਆਉਂਦੇ ਨੇ, ਰਾਗਾਂ ਦੇ ਪੁੱਤਰ, ਉਹਨਾਂ ਦੀਆਂ ਪਰੀਆਂ, ਉਹਨਾਂ ਦੇ ਘਰੋਂ ਪਰਿਵਾਰ ਸਾਰਾ ਹੀ ਮਹਾਰਾਜ ਦੇ ਦਰ 'ਤੇ ਸ਼ਬਦ ਗਾਉਣ ਵਾਸਤੇ, ਮਹਿਮਾ ਕਰਨ ਵਾਸਤੇ ਆਉਂਦਾ ਹੈ। ਫਿਰ ਗਾਵਣ ਤੁਦਨ ਉਹ ਸਾਰੀ ਸਾਧ ਸੰਗਤ ਆਪ ਜੀ ਸ਼ਬਦ ਪੜ੍ਹ ਲਓ, ਉਹਦੇ ਵਿੱਚ ਰਾਗ ਵੀ ਆਉਂਦੇ ਨੇ। ਗਾਵਣ ਤੁਦਨ ਰਾਗਾਂ ਦਾ ਜ਼ਿਕਰ ਮਹਾਰਾਜ ਸਾਹਿਬ ਜੀ ਨੇ ਕੀਤਾ ਹੈ ਵੀ ਰਾਗ ਵੀ ਤੈਨੂੰ ਗਾ ਰਹੇ ਨੇ, ਰਾਗਣੀਆਂ ਵੀ ਤੈਨੂੰ ਗਾ ਰਹੀਆਂ ਹਨ। ਸੋ ਇਸ ਕਰਕੇ ਇਹ ਤਾਂ ਨਿਸ਼ਚਾ ਜਿਹੜਾ ਰੱਖ ਲਓ ਵੀ ਰਾਗ ਰਾਗਣੀਆਂ ਗੁਰੂ ਦੇ ਦਰ 'ਤੇ ਜਸ ਗਾਣ ਆਉਂਦੇ ਰਹੇ ਨੇ। ਸੋ ਇਸ ਕਰਕੇ ਉਹ ਸਾਡੇ ਵਾਂਗੂ ਜੜ ਨਹੀਂ ਹਨ, ਕਿਉਂਕਿ ਜੇ ਰਾਗ ਜੜ ਹੋਣ ਤਾਂ ਉਹਨਾਂ ਦੁਆਰਾ ਗਾਇਨ ਕੀਤਾ ਸ਼ਬਦ ਕਿਵੇਂ ਸਾਨੂੰ ਹੁਲਾਰਾ ਦੇ ਸਕਦਾ ਹੈ? ਮੁਰਦਾ ਚੀਜ਼ ਕਿਸੇ ਨੂੰ ਕੀ ਸਿੱਖਿਆ ਦੇ ਸਕਦੀ ਹੈ? ਸੋ ਜਿਹਦੇ ਵਿੱਚ ਜਾਨ ਹੈ ਉਹੀ ਸਾਧ ਸੰਗਤ ਚੱਲ ਸਕਦਾ ਹੈ ਨਾ। ਸੋ ਇਸ ਤਰ੍ਹਾਂ ਰਾਗਾਂ ਨੇ ਬੇਨਤੀ ਪੰਚਮ ਪਾਤਸ਼ਾਹ ਦੇ ਹਜ਼ੂਰ ਜੋ ਕੀਤੀ ਵੀ ਮਹਾਰਾਜ ਕਿਰਪਾ ਕਰੋ। ਸਾਹਿਬ ਕਹਿੰਦੇ ਅਸੀਂ ਮੁਦਾਵਣੀ ਲਿਖਾ ਦਿੱਤੀ ਹੈ। ਕਹਿੰਦੇ ਨਹੀਂ, ਤੁਸੀਂ ਸਾਨੂੰ ਬਖਸ਼ੋ ਜਿਵੇਂ ਸਾਰਿਆਂ ਨੂੰ ਬਖਸ਼ਿਆ ਹੈ। ਉਸ ਵੇਲੇ ਸਾਰੀ ਰਾਗਾਂ ਦੀ ਜਿਹੜੀ ਮਾਲਾ, ਜਿਨ੍ਹਾਂ ਦੇ ਵਿੱਚ ਨਾਮ ਆਏ ਉਹ ਵੀ ਕੁਝ, ਜਿਨ੍ਹਾਂ ਦੇ ਨਹੀਂ ਵੀ ਨਾਮ ਆਏ ਹੋਰ, ਉਹ ਸਾਰਿਆਂ ਦੀ ਪੰਕਤੀ ਲਿਖਾਈ ਵੀ ਕਿਵੇਂ ਉਹ ਜਸ ਮਹਾਰਾਜ ਸਾਹਿਬ ਜੀ ਦਾ ਗਾ ਰਹੇ ਹਨ। ਅਤੇ ਫਿਰ ਉਹਦੇ ਬਾਹਰੀ ਅਰਥ ਤੋਂ ਬਾਹਰ ਵਿਚਾਰਾਂਗੇ ਰਾਗਾਂ ਨੂੰ, ਜੋ ਮਹਾਰਾਜ ਸਾਹਿਬ ਜੀ ਦੇ ਬਚਨ ਬਲਾਸਾਂ ਤੋਂ ਬਾਅਦ ਭਾਈ ਗੁਰਦਾਸ ਜੀ ਦੇ ਕੋਲੋਂ ਲਿਖਾਇਆ। ਅੰਤਰੀ ਭਾਵ ਦੇ ਵਿੱਚ ਸਿੱਖਾਂ ਨੇ ਇਹ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਰਾਗ ਨਾਮ ਹੈ ਪ੍ਰੇਮ ਦਾ, ਕੋਈ ਪ੍ਰੇਮ ਦੀ ਮਾਲਾ ਬਖਸ਼ੋ ਆਪ ਜੀ। ਅਤੇ ਉਹ ਰਾਗ ਮਾਲਾ ਦੇ ਵਿੱਚੋਂ ਹੀ ਪੰਜਵੇਂ ਪਾਤਸ਼ਾਹ ਪ੍ਰੇਮ ਦੀ ਮਾਲਾ ਦਾ ਸਾਧ ਸੰਗਤ ਜੀ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕਹਿੰਦੇ ਵੀ ਇਹ ਪਵਿੱਤਰ ਜੋ ਬਾਣੀ ਹੈ ਪ੍ਰੇਮ, ਪ੍ਰੇਮ ਦੀ ਜੋ ਮਾਲਾ ਪੰਕਤੀ ਹੈ ਵਾਹਿਗੁਰੂ ਦੀ ਪ੍ਰਾਪਤੀ ਵਾਲੀ, ਵਾਹਿਗੁਰੂ ਦੇ ਪ੍ਰੇਮ ਨੂੰ ਪੈਦਾ ਕਰਨ ਵਾਲੀ ਹੈ। ਇਹਦੇ ਵਿੱਚ ਇੱਕ ਇੱਕ ਜੋ ਪੰਕਤੀ ਹੈ ਇਹ ਮਣਕੇ ਹਨ, ਪ੍ਰੇਮ ਰੂਪੀ ਇਹਦੇ ਵਿੱਚ ਸੂਤਰ ਧਾਗਾ ਹੈ, ਜੋ ਪੜ੍ਹਨ ਰੂਪੀ ਫੇਰਨੀ ਹੈ ਨਾ, ਜੋ ਵਾਰ ਵਾਰ ਰਾਗ ਮਾਲਾ ਨੂੰ ਪੜ੍ਹਨਾ ਇਹ ਮਾਲਾ ਫੇਰਨੀ ਹੈ। ਜਿਹੜਾ ਭਾਵਨਾ ਨਾਲ ਪੜ੍ਹਦਾ ਪੜ੍ਹਦਾ ਅੰਦਰ ਵਸਾਉਂਦਾ ਉਹਦੇ 84 ਦਾ ਗੇੜਾ ਖਤਮ ਹੋ ਜਾਂਦਾ ਹੈ, ਕਿਉਂਕਿ ਰਾਗਾਂ ਅਤੇ ਰਾਗਣੀਆਂ ਦੇ ਇਹਨਾਂ ਦੇ ਪੁੱਤਰਾਂ ਦੀ ਗਿਣਤੀ ਸਾਰੀ 84 ਬਣਦੀ ਹੈ। ਇਸ ਤਰ੍ਹਾਂ 84 ਦਾ ਗੇੜਾ ਕੱਟਿਆ ਜਾਂਦਾ ਹੈ। ਇਹ ਪਾਵਨ ਬਾਣੀ ਸਰਵਣ ਕਰੀਏ। ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਪਹਿਲੇ ਲਿਖਾਉਂਦੇ ਨੇ, ਇੱਕ ਅਦੁੱਤੀ ਬ੍ਰਹਮ ਓਅੰਕਾਰ ਸਰਬ ਦਾ ਪ੍ਰਕਾਸ਼ਕ ਸਤਿਗੁਰ ਪ੍ਰਸਾਦ, ਸਤ ਤ੍ਰਈ ਕਾਲ ਆਬਾਦ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਜੋ ਸਤਿਗੁਰਾਂ ਦੀ
ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਰਾਗ ਮਾਲਾ, ਰਾਗ ਮਾਲਾ, ਰਾਗ ਪ੍ਰੇਮ ਦੀ ਮਾਲਾ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ, ਜਿਹਦੇ ਵਿੱਚ ਪ੍ਰੇਮ ਦੇ ਬਚਨ ਹਨ। ਰਾਗ ਏਕ ਸੰਗ ਪੰਚ ਬਰੰਗਣ, ਸਵਾਲ ਇਹ ਹੈ ਸਿੱਖਾਂ ਦਾ ਵੀ ਇੱਕ ਅਦਵੈਤ ਸਰੂਪ ਵਾਹਿਗੁਰੂ ਨਾਲ ਪ੍ਰੇਮ ਕਿਵੇਂ ਮਹਾਰਾਜ ਲੱਗਦਾ, ਕਿਵੇਂ ਕਰਨਾ ਚਾਹੀਦਾ। ਕਹਿੰਦੇ ਰਾਗ ਏਕ ਸੰਗ ਪੰਚ ਬਰੰਗਨ, ਜੋ ਪੰਚ ਪੰਜੇ ਬਾਰ ਅੰਗਨ, ਬਾਰ ਸ੍ਰੇਸ਼ਟ ਇੰਦਰੀਆਂ, ਜਿਵੇਂ ਸਾਡੀ ਰਸਨਾ ਏ, ਨੇਤਰ, ਤੁਚਾ, ਨੱਕ, ਕੰਨ, ਇਹ ਸਾਰੇ ਜਿਹੜੇ ਨੇ ਵਾਹਿਗੁਰੂ ਵਾਲੇ ਪਾਸੇ ਲਾਵੇ। ਨੇਤਰਾਂ ਨਾਲ ਵਾਹਿਗੁਰੂ ਦੇ ਦਰਸ਼ਨ ਕਰੇ, ਕੰਨਾਂ ਨਾਲ ਹਰੀ ਦਾ ਜਸ ਸਰਵਣ ਕਰੇ। ਇਸ ਪ੍ਰਕਾਰ ਜੋ ਇਹ ਗਿਆਨ ਇੰਦਰੇ ਹਨ, ਇਹ ਸਾਧ ਸੰਗਤ ਸੇਵਾ ਵਿੱਚ ਲਾਉਣੇ ਚਾਹੀਦੇ ਨੇ। ਕਹਿੰਦੇ ਵੀ ਜੇ ਕਰਕੇ ਇਹ ਪੰਜ ਪੰਜੇ ਬਾਰ ਅੰਗਨ, ਬਾਰ ਸ੍ਰੇਸ਼ਟ ਅੰਗਾਂ ਵਾਲੀਆਂ ਇੰਦਰੀਆਂ ਜਿਹੜੀਆਂ ਹਨ, ਇਹਨਾਂ ਨਾਲ ਮਿਲ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੀਏ ਨਾ, ਤਾਂ ਫਿਰ ਰਾਗ ਏਕ ਇੱਕ ਵਾਹਿਗੁਰੂ ਦੇ ਨਾਲ ਫਿਰ ਪ੍ਰੇਮ ਲੱਗਦਾ ਹੈ। ਸੰਗ ਅਲਾਪੈ ਅੱਠ ਨੰਦਨ, ਤੇ ਫਿਰ ਮਹਾਰਾਜ ਇਹ ਪੰਜੇ ਗਿਆਨ ਇੰਦਰੇ ਸ੍ਰੇਸ਼ਟ ਕਿਵੇਂ ਹੋਣ, ਕਿਸੇ ਹੋਰ ਨੇ ਵੀ ਕਦੀ ਜਪਿਆ ਹੈ ਪ੍ਰੇਮ ਨਾਲ? ਤਾਂ ਸਾਹਿਬ ਜੀ ਕਹਿੰਦੇ ਨੇ ਪੰਚਮ ਪਾਤਸ਼ਾਹ ਕੇ ਸੰਗ, ਹਾਂਜੀ ਪੜ੍ਹਿਓ, ਸੰਗ ਅਲਾਪ ਹੈ ਅੱਠ ਨੰਦਨ। ਵਾਹਿਗੁਰੂ ਨੂੰ ਕੌਣ ਕੌਣ ਮਹਾਰਾਜ ਹੋਰ ਅਲਾਪਦਾ ਹੈ? ਕਹਿੰਦੇ ਸੰਗ ਅਲਾਪ ਹੈ ਅੱਠ ਨੰਦਨ। ਨੰਦਨ ਕਹਿੰਦੇ ਨੇ ਪੁੱਤਰਾਂ ਨੂੰ, ਜਿਹੜੇ ਰੱਬ ਦੇ ਪੁੱਤਰ ਨੇ ਨਾ ਪਰਮੇਸ਼ਰ ਦੇ ਸੰਤ ਭਗਤ ਜਨ, ਉਹ ਆਠੋ ਅੱਠੇ ਪਹਿਰ ਸੰਗ ਅਲਾਪ ਹੈ, ਸਤ ਸੰਗਤ ਦੇ ਨਾਲ ਮਿਲ ਕੇ ਅਲਾਪੇ ਅਲਾਪ ਕਰਦੇ ਨੇ, ਭਾਵ ਕਿ ਹਰੀ ਦਾ ਜਸ ਕਰਦੇ ਹਨ। ਜਾਂ ਉਹ ਨੰਦਨ ਸਾਰੇ ਜਗਤ ਦੇ ਜੀ ਵਾਹਿਗੁਰੂ ਦੇ ਹੀ ਪੁੱਤਰ ਹਨ ਨਾ, ਪਰਮੇਸ਼ਰ ਦੇ ਹੀ ਸਾਰੇ ਜੀ ਪੈਦਾ ਕੀਤੇ ਹੋਏ ਨੇ। ਇਹ ਸਾਰੇ ਹੀ ਪੁੱਤਰ ਜਿਹੜੇ ਨੇ ਆਠੋ ਅੱਠੇ ਪਹਿਰ ਸਤ ਸੰਗਤ ਦੇ ਨਾਲ ਮਿਲ ਕਰਕੇ ਜੋ ਹਰੀ ਪਰਮੇਸ਼ਰ ਦੇ ਜਸ ਨੂੰ ਉਲਾਪਦੇ ਹਨ, ਗੁਣ ਗਾਉਂਦੇ ਹਨ। ਪ੍ਰਥਮ ਰਾਗ ਭੈਰੋ ਵਹਿ ਕਰਹੀ, ਮਹਾਰਾਜ ਪਰਮੇਸ਼ਰ ਨਾਲ ਸਭ ਤੋਂ ਪਹਿਲੇ ਪ੍ਰੇਮ ਕਿਵੇਂ ਪੈਂਦਾ ਹੈ, ਇਹ ਸਵਾਲ ਹੈ। ਕਹਿੰਦੇ ਪ੍ਰਥਮ ਰਾਗ, ਪ੍ਰਥਮ ਸਭ ਤੋਂ ਪਹਿਲਾਂ ਨਾ ਭੈਰੋ, ਭੈ ਨਾ ਮੈਂ ਡਰਦਾ, ਰੋ ਨਾ ਮੈਂ ਰਚਣ ਦਾ। ਵੀ ਜੇ ਅਸੀਂ ਵਾਹਿਗੁਰੂ ਦੇ ਭੈ ਡਰ ਦੇ ਵਿੱਚ ਰੋ ਰਚ ਜਾਈਏ, ਤਾਂ ਇਹਦੇ ਨਾਲ ਵੈ ਕੀ ਹੈ? ਉਸ, ਇਹ ਆਮ ਬੋਲੀ ਹੈ ਨਾ, ਕਹਿੰਦੇ ਵੈ ਇੱਧਰ ਗਿਆ ਵੈ, ਇਹ ਉਸ ਵੈ ਉਸ ਪਰਮੇਸ਼ਰ ਨਾਲ ਫਿਰ ਰਾਗ ਪ੍ਰੇਮ ਕਰ ਹੀ ਕਰੀਦਾ ਹੈ। ਭਾਵ ਇਹ ਹੈ ਵੀ ਜਦੋਂ ਪਰਮੇਸ਼ਰ ਦੇ ਸਭ ਤੋਂ ਪਹਿਲਾਂ ਭੈ ਦੇ ਵਿੱਚ ਰਚ ਜਾਈਏ, ਫਿਰ ਮਾਲਕ ਨਾਲ ਪ੍ਰੇਮ ਪੈਂਦਾ ਹੈ, ਫਿਰ ਵਾਹਿਗੁਰੂ ਨਾਲ ਮੁਹੱਬਤ ਪੈਂਦੀ ਹੈ। ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ, ਜਿਨ੍ਹਾਂ ਅੰਦਰ ਡਰ ਹੈ ਪ੍ਰੇਮ ਹੀ ਉਹਨਾਂ ਦੇ ਅੰਦਰ ਹੀ ਹੈ। ਪੰਚ ਰਾਗਨੀ ਸੰਗ ਉਚਰਹੀ, ਪੰਚ ਰਾਗਨੀ ਸੰਗ ਉਚਰਹੀ, ਮਹਾਰਾਜ ਪਰਮੇਸ਼ਰ ਨੂੰ ਕਿਵੇਂ ਉਚਾਰੀਏ? ਸਾਹਿਬ ਕਹਿੰਦੇ ਜੋ ਪੰਚ ਸ੍ਰੇਸ਼ਟ ਰਾਗਨੀ ਨਾਮ ਪ੍ਰੀਤ ਦਾ ਹੈ, ਰਾਗ ਪ੍ਰੀਤ ਨੂੰ ਰਾਗਨੀ ਪ੍ਰੀਤੀ ਨੂੰ ਕਹਿੰਦੇ ਨੇ। ਕਹਿੰਦੇ ਪ੍ਰੀਤੀ ਦੇ ਸੰਗ ਨਾਲ ਪਰਮੇਸ਼ਰ ਦੇ ਗੁਣਾਂ ਨੂੰ ਉੱਚਰ ਹੀ ਉਚਾਰਨ ਕਰੀਏ, ਜਿਵੇਂ ਪ੍ਰਭ ਕੀ ਪ੍ਰੀਤ ਹਿਰਦੈ ਨਿਰਮਲ ਨਾਮ, ਪ੍ਰੀਤੀ ਕਰਕੇ ਹਿਰਦੇ 'ਚ ਨਿਰਮਲ ਨਾਮ ਵੱਸਦਾ ਹੈ। ਜਾਂ ਪੰਚ ਰਾਗਨੀ, ਪੰਜ ਪੰਜੇ ਰਾਗਨੀ ਇੰਦਰੀਆਂ ਦੇ ਸਮੇਤ ਸੰਗਤ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਨਾਮ ਨੂੰ ਉਚਾਰਨਾ ਕਰੀਏ, ਪੰਜੇ ਗਿਆਨ ਇੰਦਰੀਆਂ ਨੂੰ, ਕਰਮ ਇੰਦਰੀਆਂ ਨੂੰ ਸੇਵਾ 'ਚ ਲਾ ਕੇ ਵਾਹਿਗੁਰੂ ਦੇ ਜਸ ਨੂੰ ਉਚਾਰਨਾ ਕਰੀਏ। ਪ੍ਰਥਮ ਭੈਰਵੀ,
ਇਹ ਹੁਕਮ ਹੈ ਨਾ, ਅੰਤਰ ਗੁਰ ਆਰਾਧਣਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰ ਨਾਉ। ਇਸ ਪ੍ਰਕਾਰ ਸਾਰੇ ਇੰਦਰੀਆਂ ਨੂੰ ਵਾਹਿਗੁਰੂ ਵਾਲੇ ਪਾਸੇ ਲਾ ਕੇ ਤੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਐਵੇਂ ਜਸ ਕਰੀਏ ਹਰੀ ਦਾ। ਪ੍ਰਥਮ ਭੈਰਵੀ ਬਿਲਾਵਲੀ, ਮਹਾਰਾਜ ਆਨੰਦ ਕਿਵੇਂ ਪ੍ਰਾਪਤ ਹੋਈਦਾ, ਆਨੰਦੀ ਕਿਵੇਂ ਹੋਈਦਾ ਹੈ। ਪ੍ਰਥਮ ਭੈਰਵੀ ਬਿਲਾਵਲੀ, ਬਿਲਾਵਲੀ ਕਹਿੰਦੇ ਨੇ ਆਨੰਦੀ ਨੂੰ, ਭਾਵ ਜਿਹੜਾ ਆਨੰਦ ਪ੍ਰਾਪਤ ਕਰ ਲਵੇ ਉਹਦੀ ਪਰਿਭਾਸ਼ਾ ਕਹਿੰਦੇ ਬੜਾ ਆਨੰਦੀ ਹੈ, ਆਨੰਦ ਚ ਰਹਿੰਦਾ ਹੈ। ਕਹਿੰਦੇ ਪ੍ਰਥਮ ਭੈਰਵੀ, ਪ੍ਰਥਮ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਵਾਹਿਗੁਰੂ ਦੇ ਭੈ ਡਰ ਦੇ ਵਿੱਚ ਰਵੀ ਰਚਨਾ ਕਰੀਏ, ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣੀਏ ਵੀ ਰੱਬ ਸਾਨੂੰ ਵੇਖ ਰਿਹਾ ਸਭ ਥਾਵਾਂ ਤੇ। ਫਿਰ ਮਹਾਰਾਜ ਕਹਿੰਦੇ ਬਿਲਾਵਲੀ ਆਨੰਦੀ ਹੋ ਜਾਈਦਾ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ। ਜਾਂ ਪ੍ਰਥਮ ਤੋਂ ਭਾਵ ਪਹਿਲਾਂ ਹੀ ਜਨਮ ਤੋਂ ਲੈ ਕਰਕੇ ਹੀ ਵਾਹਿਗੁਰੂ ਦੇ ਭੈ ਨੂੰ ਹਿਰਦੇ ਦੇ ਵਿੱਚ ਧਾਰੀਏ, ਰੱਬ ਦੇ ਡਰ ਵਿੱਚ ਰਚ ਜਾਈਏ। ਜਿਵੇਂ 5 ਸਾਲ ਦੀ ਅਵਸਥਾ ਜੀ ਧਰੂਵ ਭਗਤ ਨੇ ਬੰਦਗੀ ਆਰੰਭ ਕਰਤੀ, ਇਵੇਂ ਜਨਮ ਤੋਂ ਹੀ ਲੈ ਕੇ ਵਾਹਿਗੁਰੂ ਦੇ ਡਰ ਵਿੱਚ ਰਹੀਏ, ਫਿਰ ਪਰਮੇਸ਼ਰ ਦੀ ਪ੍ਰਾਪਤੀ ਦੇ ਬਿਲਾਵਲੀ ਆਨੰਦ ਵਾਲੇ ਹੋਈਦਾ ਹੈ। ਪੁੰਨੇ ਆਕੀ ਗਾਵ ਹੈ ਬੰਗਲੇ, ਪੁੰਨੇ ਆਕੀ, ਕਈ ਪੁੰਨਿਆ ਕੀ ਕਹਿੰਦੇ ਨੇ ਨੀ ਸਾਧ ਸੰਗਤ, ਪੁੰਨੇ ਆਕੀ ਗਾਵ ਹੈ ਬੰਗਲੀ। ਹੇ ਸੱਚੇ ਪਾਤਸ਼ਾਹ, ਜੋ ਦਵੈਤ ਹੈ ਹੋਰ ਪਾਸੇ ਦਾ ਪ੍ਰੇਮ ਕਿਵੇਂ ਨਾਸ ਹੋਵੇ। ਤੇ ਸਾਹਿਬ ਜੀ ਕਹਿੰਦੇ ਪੁਨਿਆਕੀ, ਜਿਹਨਾਂ ਪੁਨਿਆਕੀ ਪੁੰਨਵਾਨਾਂ ਦੀ ਬਿਰਤੀ ਪਵਿੱਤਰ ਪੁਰਖਾਂ ਦੀ ਪਰਮੇਸ਼ਰ ਦੇ ਜਸ ਨੂੰ ਗਾਵ ਹੈ ਗਾਉਂਦੀ ਰਹਿੰਦੀ ਹੈ ਨਾ ਸੰਗਤ ਨਾਲ ਮਿਲ ਕੇ, ਬੰਗ ਨਾਮ ਹੈ ਦਵੈਤ ਦਾ, ਉਹਨਾਂ ਦੀ ਦਵੈਤ ਹੋਰ ਪਾਸੇ ਦਾ ਪ੍ਰੇਮ ਗਲੀ ਗਲ ਗਿਆ ਹੈ, ਅੰਦਰੋਂ ਸੜ ਗਿਆ ਏ। ਜਿਵੇਂ ਪ੍ਰਭ ਕਹਿ ਸਿਮਰਨ ਬਿਨਸੈ ਦੂਜਾ, ਮਹਾਰਾਜ ਦੀ ਬਾਣੀ ਹੀ ਸਾਰੀ ਵਿਆਖਿਆ ਕਰਦੀ ਹੈ, ਗੁਰਬਾਣੀ ਦੀ ਵਿਆਖਿਆ ਵੀ ਗੁਰਬਾਣੀ ਕਰਦੀ ਹੈ। ਅਤੇ ਅਖੰਡ ਕੀਰਤਨੀ ਜਥੇ ਦੇ ਸਿੰਘ ਆਪ ਜੀ ਨੇ ਸੁਣੇ ਹੋਣਗੇ, ਉਹ ਗੁਰਬਾਣੀ ਦੀਆਂ ਪੰਕਤੀਆਂ ਦੇ ਪ੍ਰਮਾਣ ਦੇ ਦੇ ਕੇ ਗੁਰਬਾਣੀ ਦੇ ਅਰਥ ਕਰਦੇ ਨੇ, ਉਹ ਕੀਰਤਨ ਕਰਦੇ। ਸੋ ਇਸ ਪ੍ਰਕਾਰ ਦੇ ਨਾਲ ਪੁੰਨਿਆਕੀ, ਪੁੰਨਾ ਪੁੰਨਵਾਨ ਪੁਰਖਾਂ ਦੀ ਜਿਹੜੀ ਬਿਰਤੀ ਹੈ, ਗਾਵੇ ਹੋ ਵਾਹਿਗੁਰੂ ਦੇ ਜਸ ਨੂੰ ਗਾਉਂਦੀ ਹੈ, ਉਹਨਾਂ ਦੇ ਅੰਦਰੋਂ ਬੰਗ ਨਾਮ ਹੈ ਦਵੈਤ ਹੋਰ ਪ੍ਰੇਮ ਇਹ ਗਲੀ ਗਲ ਜਾਂਦਾ ਹੈ। ਪੁੰਨ ਅਸਲੇਖੀ ਕੀ ਭਈ ਬਾਰੀ, ਮਹਾਰਾਜ ਬਿਰਤੀ 'ਚ ਨਾਮ ਦਾ ਪ੍ਰਵਾਹ ਕਿਵੇਂ ਪਵੇ, ਕਿਉਂਕਿ ਜਿਵੇਂ ਸਾਡੀ ਬਿਰਤੀ ਹੋਰ ਖਿਆਲਾਂ 'ਚ ਹੀ ਹੈ ਨਾ ਰਚੀ ਰਹਿੰਦੀ, ਐਵੇਂ ਨਾਮ ਦਾ ਖਿਆਲ ਹੀ ਹਰ ਸਮੇਂ ਕਿਵੇਂ ਰਹੇ। ਅਤੇ ਪੁੰਨ ਅਸਲੇਖੀ ਕੀ ਭਈ ਬਾਰੀ, ਸਾਹਿਬ ਕਹਿੰਦੇ ਜਿਨ੍ਹਾਂ ਨੇ ਗੁਰਉਪਦੇਸ਼ ਦੁਆਰਾ ਅਸਲੇਖੀ, ਅਸ ਨਾਮ ਹੈ ਜੋ ਸ਼ੁੱਧ ਸਰੂਪ ਬ੍ਰਹਮ ਹੈ, ਕਹਿੰਦੇ ਉਹਨੂੰ ਹਿਰਦੇ ਰੂਪੀ ਕਾਗਜ਼ ਦੇ ਉੱਤੇ ਲੇਖੀ ਲਿਖ ਲਿਆ ਹੈ, ਭਾਵ ਕਿ ਜਿਨ੍ਹਾਂ ਨੇ ਹਿਰਦਾ ਕਾਗਜ਼ ਬਣਾ ਕੇ, ਅਤੇ ਅਸ ਜੋ ਸ਼ੁੱਧ ਸਰੂਪ ਬ੍ਰਹਮ ਹੈ, ਉਸ ਬ੍ਰਹਮ ਨੂੰ ਆਪਣੇ ਹਿਰਦੇ ਵਿੱਚ ਲਿਖਣ ਵਾਂਗੂ, ਜਿਵੇਂ ਲਿਖਤ ਹੁੰਦੀ ਨਾ ਜਿਹੜੀ ਸਾਧ ਸੰਗਤ ਕਈ ਵਰਿਆਂ ਤੀਕਰ ਉਹ ਲਿਖਤਾਂ ਪਈਆਂ ਰਹਿੰਦੀਆਂ ਹਨ, ਲਿਖਤ ਕੰਮ ਆਉਂਦੀ ਹੈ। ਜਿਨ੍ਹਾਂ ਨੇ ਹਿਰਦੇ ਦੇ ਵਿੱਚ ਅਸ ਸ਼ੁੱਧ ਸਰੂਪ ਪਰਮੇਸ਼ਰ ਜੋ ਹੈ ਉਹਦੀ ਜੋ ਲੇਖੀ, ਉਸ ਮਾਲਕ ਦੀ ਭਾਵਨਾ, ਉਸ ਮਾਲਕ ਦਾ ਪ੍ਰੇਮ ਆਪਣੇ ਹਿਰਦੇ ਰੂਪੀ ਕਾਗਜ਼ ਦੇ ਉੱਪਰ ਲਿਖ ਲਿਆ ਗੁਰ ਉਪਦੇਸ਼ ਦੁਆਰਾ, ਭਈ ਬਾਰੀ ਉਹਨਾਂ ਦੀ ਜੋ ਬਿਰਤੀ ਬਾਰੀ, ਜਿਵੇਂ ਨਦੀ ਦਾ ਪ੍ਰਵਾਹ ਹੁੰਦਾ ਨਾ, ਐਵੇਂ ਬਾਰੀ ਨਦੀ ਦੇ ਪ੍ਰਵਾਹ ਦੇ ਨੇ ਆਈ ਨਾਮ ਦੇ ਪ੍ਰਵਾਹ ਵਿੱਚ, ਕਹਿੰਦੇ ਪੁੰਨ ਪਵਿੱਤਰ ਭਈ ਹੋ ਗਈ ਹੈ। ਜਾਂ ਪੁੰਨ ਅਸਲੇਖੀ ਕੀ ਭਈ ਬਾਰੀ, ਜਿਵੇਂ ਪਾਣੀ ਦੀ ਬਾਰੀ ਨਦੀ ਵਗਦੀ ਹੈ ਨਾ, ਇਸੇ ਪ੍ਰਕਾਰ ਜਿਨ੍ਹਾਂ ਦੇ ਹਿਰਦੇ 'ਚ ਪ੍ਰੇਮ ਰੂਪੀ ਪਾਣੀ ਜੋ ਵਾਹਿਗੁਰੂ ਦਾ ਹੈ ਉਹਦਾ ਪ੍ਰਵਾਹ ਵਗ ਪੈਂਦਾ, ਉਦੋਂ ਉਹਨਾਂ ਦੇ ਅੰਦਰ ਸਾਧ ਸੰਗਤ ਅਸ ਜੋ ਸ਼ੁੱਧ ਸਰੂਪ ਬ੍ਰਹਮ ਹੈ
ਉਹਦੀ ਪ੍ਰਾਪਤੀ ਵਾਲਾ ਜਿਹੜਾ ਲੇਖ ਹੈ ਉਹ ਇਹਦੇ ਰੂਪੀ ਕਾਗਜ਼ ਤੇ ਉਹਨਾਂ ਗੁਰਾਂ ਦੁਆਰਾ ਲੇਖੀ ਲਿਖ ਲਿਆ ਹੈ। ਇਹ ਭੈਰੋ ਕੀ ਪਾਚੋ ਨਾਰੀ, ਮਨ ਦੀਆਂ ਬਿਰਤੀਆਂ ਮਹਾਰਾਜ ਕਿਵੇਂ ਅਧੀਨ ਹੋਣ। ਸਾਹਿਬ ਜੀ ਕਹਿੰਦੇ ਇਹ ਭੈਰੋ ਕੀ ਪਾਚੋ ਨਾਰੀ, ਇਹ ਇਸ ਪ੍ਰਕਾਰ ਜਿਹੜਾ ਭੈ ਡਰ ਹੈ ਨਾ, ਡਰ ਦੇ ਵਿੱਚ ਜਿਹੜਾ ਰੋ ਰਚਣ ਵਾਲਾ ਸਿੱਖ ਹੈ ਨਾ, ਉਹਦੇ ਸਿੱਖ ਦੇ ਮਨ ਦੀ ਮਨ ਦੀਆਂ ਜਿਹੜੀਆਂ ਮਹਾਰਾਜ ਕਹਿੰਦੇ ਪਾਚੋ ਪੰਜੇ ਜਿਹੜੀਆਂ ਪ੍ਰਮਾਣ ਪਰਜੇ ਨਿੰਦਰਾ ਸਿਮਰਤੀ ਵਿਕਲਪ ਬਿਰਤੀਆਂ ਰੂਪ ਨਾਰੀ ਇਸਤਰੀਆਂ ਨੇ ਇਹ ਅਧੀਨ ਹੋ ਜਾਂਦੀਆਂ ਹਨ। ਸਾਧ ਸੰਗਤ ਜੀ ਇਹ ਮਨ ਦੀਆਂ ਪੰਜ ਬਿਰਤੀਆਂ ਕਹੀਆਂ ਨੇ। ਪ੍ਰਮਾਣ ਕਹਿੰਦੇ ਨੇ ਜੋ ਦਿਸਣ ਵਾਲੀਆਂ ਚੀਜ਼ਾਂ ਦੇ ਵਿੱਚ ਮਨ ਪਰਚਦੇ ਰਹਿਣਾ, ਵੀ ਪਰਜੇ ਹੁੰਦਾ ਵੀ ਧਰਮ ਗ੍ਰੰਥ ਗੁਰੂ ਸਾਹਿਬ ਦੀ ਸਿੱਖਿਆ ਤੋਂ ਉਲਟ ਜਿਹੜਾ ਹੈ ਜਗਤ ਨੂੰ ਹੀ ਸਭ ਕੁਝ ਸੱਚ ਕਰਕੇ ਮੰਨਣਾ, ਅਤੇ ਨਿੰਦਰਾ ਹੁੰਦੀ ਹੈ ਜਿਹੜਾ ਮਨ ਅਤੇ ਬੁੱਧੀ ਅਵਿੱਦਿਅਕ ਹੋ ਜਾਣਾ, ਪਰਮਾਰਥ ਦੀ ਸੋਝੀ ਨਾ ਹੋਣੀ, ਅਤੇ ਵਿਕਲਪ ਹੁੰਦੇ ਨੇ ਬਿਰਤੀ ਟਿਕਣੀ ਨਾ, ਇੱਛਾ ਦੇ ਬੜੀ ਹੋਣੀ ਵੀ ਮੇਰੀ ਬਿਰਤੀ ਟਿਕ ਜਾਵੇ, ਅਤੇ ਸਿਮਰਤੀ ਹੁੰਦਾ ਵੀ ਭਜਨ ਸਿਮਰਨ ਕਰਨ ਵੇਲੇ ਪਿਛਲੇ ਕੰਮ ਯਾਦ ਆਉਂਦੇ ਰਹਿਣੇ। ਇਸ ਤਰ੍ਹਾਂ ਇਹ ਪੰਜ ਬਿਰਤੀਆਂ ਨੇ ਮਨ ਦੀਆਂ, ਜਿਨ੍ਹਾਂ ਨੂੰ ਪ੍ਰਮਾਣ ਵਿਪਰਜੇ ਨਿੰਦਰਾ ਸਿਮਰਤੀ ਵਿਕਲਪ ਆਦਿ ਕਿਹਾ ਹੈ। ਇਹ ਪੰਚੋ ਪੰਚੋ ਨਾਰੀ, ਇਹ ਨਾਰੀ ਜਿਹੜੀਆਂ ਪੰਜੇ ਮਨ ਦੀਆਂ ਬਿਰਤੀਆਂ ਰੂਪੀ ਇਸਤਰੀਆਂ ਨੇ ਉਹਨਾਂ ਦੇ ਵਸ ਆ ਜਾਂਦੀਆਂ ਨੇ, ਜਿਹੜੇ ਸਿੱਖ ਵਾਹਿਗੁਰੂ ਦੇ ਭੈ ਵਿੱਚ ਡਰ ਵਿੱਚ ਰਚਦੇ ਨੇ। ਭਾਵ ਇਹ ਹੈ ਵੀ ਉਹਨਾਂ ਦਾ ਮਨ ਇੱਧਰ ਉੱਧਰ ਨਹੀਂ ਡੋਲਦਾ। ਫਿਰ ਪੜੋ ਇਹ ਭੈਰੋ ਕੀ ਪਾਚੋ ਨਾਰੀ, ਮਹਾਰਾਜ ਸਾਹਿਬ ਜੀ ਮਾਇਆ ਦਾ ਮੋਹ ਜੋ ਹੈ ਹਿਰਦੇ ਚੋਂ ਕਿਵੇਂ ਨਾਸ ਹੋਵੇ, ਤਾਂ ਇਸੇ ਤੁਕ ਚੋਂ ਹੀ ਕਹਿੰਦੇ ਨੇ ਇਹ ਭੈਰੋ ਕੀ ਪਾਚੋ ਨਾਰੀ, ਵੀ ਇਸ ਪ੍ਰਕਾਰ ਵਾਹਿਗੁਰੂ ਦੇ ਭੈ ਡਰ ਦੇ ਵਿੱਚ ਰਹੋ ਰਚਨੇ ਕਰਕੇ ਮਾਇਆ ਰੂਪੀ ਜਿਹੜੀ ਨਾਰੀ ਇਸਤਰੀ ਹੈ ਨਾ, ਇਹ ਮਹਾਰਾਜ ਕਹਿੰਦੇ ਇਹਦੇ ਮੋਹ ਦੇ ਅੰਦਰੋਂ ਪਾਚੋ ਪਚਾ ਨਾਸ਼ ਕਰ ਦੇਣਾ ਕਰੀਦਾ। ਪਾਚੋ ਨਾਮ ਪੰਜ ਦੀ ਗਿਣਤੀ ਦਾ ਵੀ ਹੈ ਅਤੇ ਪਾਚੋ ਪਚਾਉਣਾ ਸਾੜਨ ਦਾ ਵੀ ਹੈ, ਵੀ ਇਹ ਮਾਇਆ ਰੂਪੀ ਇਸਤਰੀ ਜਿਹੜੀ ਹੈ ਇਹਦਾ ਮੋਹ ਅੰਦਰੋਂ ਸਾੜ ਦਈਦਾ ਹੈ ਵਾਹਿਗੁਰੂ ਨਾਲ ਪ੍ਰੇਮ ਕਰਕੇ ਡਰ ਰੱਖ ਕੇ। ਪੰਚਮ ਹਰਖ ਦੇ ਸਾਖ ਸੁਣਾਵੇ ਹੈ, ਸਤਿਗੁਰੂ ਜੀ ਉਹ ਪੰਜਾਂ ਤੱਤਾਂ ਦੀ ਧਾਰਨਾ ਦਾ ਕਥਨ ਕਰੋ। ਸਾਧ ਸੰਗਤ ਜਿਹੜੇ ਪੰਜ ਤੱਤ ਨੇ ਇਹਨਾਂ ਦੀ ਧਾਰਨਾ, ਇਹਨਾਂ ਦੇ ਗੁਣ ਜਿਹੜੇ ਹਨ ਨਾ, ਇਹਨਾਂ ਨੂੰ ਹਿਰਦੇ ਵਿੱਚ ਧਾਰਨਾ, ਇਹ ਵੀ ਮਹਾਰਾਜ ਵੱਲੋਂ ਹੁਕਮ ਹੈ। ਕਿਉਂਕਿ ਇਹੀ ਚੱਕਰ ਹੈ ਵੀ ਹੁਣ ਯੁੱਗ ਸਰਲਤਾਈ ਦਾ ਆ ਗਿਆ ਅਤੇ ਬਿਲਕੁਲ ਸੌਖਾ ਸੌਖਾ ਜਿਹਾ ਜਿਹੜਾ ਕੋਈ ਦੱਸੇ ਉਹੀ ਠੀਕ ਹੈ, ਪਰ ਜਿਹੜਾ ਔਖੀ ਪੜ੍ਹਾਈ ਸਾਧ ਸੰਗਤ ਕਰਦਾ ਹੈ ਉੱਚੇ ਅਹੁਦਿਆਂ 'ਤੇ ਵੀ ਉਹੀ ਪਹੁੰਚਦਾ ਹੈ ਨਾ। ਸਰਲ ਪੜ੍ਹਾਈ ਵਾਲੇ ਫਿਰ ਤੁਰੇ ਵੀ ਤਾਂ ਚਾਹ ਦੇ ਕੱਪ ਲੈ ਕੇ ਹੀ ਫਿਰਦੇ ਨੇ ਨਾ। ਸੋ ਇਸ ਪ੍ਰਕਾਰ ਕਹਿਣ ਤੋਂ ਭਾਵ ਇਹ ਗੁਰਮਤਿ ਦੀ ਪੜ੍ਹਾਈ ਵੀ ਡੂੰਘੀ, ਜਿਨ੍ਹਾਂ ਨੇ ਡੂੰਘੇ ਅਰਥ ਵਿੱਚ ਲਿਖੇ ਹਨ ਉਹਨਾਂ ਦੇ ਹੀ ਲੈ ਕੇ ਸਾਨੂੰ ਪੜ੍ਹਨੇ ਚਾਹੀਦੇ ਜਾਂ ਸੁਣਨੇ ਚਾਹੀਦੇ। ਸਰਲਤਾਈ ਦੇ ਨਾਲ ਕੋਈ ਲਾਭ ਨਹੀਂ ਹੋਵੇਗਾ। ਹੁਣ ਇਹ ਪੰਜਾਂ ਤੱਤਾਂ ਦੀ ਧਾਰਨਾ ਜਿਹੜੀ ਹੈ ਇਹ ਆਮ ਪ੍ਰੋਫੈਸਰੀ ਵਿਦਵਾਨ ਉਹ ਲਿਖਦੇ ਹੀ ਨਹੀਂ ਹੈ। ਪੰਜਾਂ ਤੱਤਾਂ ਦੀ ਧਾਰਨਾ ਕੀ ਹੈ? ਪੰਚਮ ਪੰਜਾਂ ਤੱਤਾਂ ਦੀ ਧਾਰਨਾ ਹੈ, ਜਿਵੇਂ ਪਾਣੀ ਹੈ, ਧਰਤੀ ਹੈ, ਫਿਰ ਪੌਣ ਹੈ, ਅੱਗ ਹੈ ਅਤੇ ਆਕਾਸ਼ ਹੈ। ਇਹਨਾਂ ਵਿੱਚੋਂ ਇੱਕ ਇੱਕ ਗੁਣ ਲੈਣਾ ਹੈ। ਗੁਣ ਕੀ ਹੈ? ਵੀ ਜਿਵੇਂ ਪਾਣੀ ਦਾ ਗੁਣ ਹੈ ਉਹ ਨਿਰਮਲ ਰਹਿੰਦਾ ਸਦਾ, ਕਹਿੰਦੇ ਇੱਦਾਂ ਨਿਰਮਲ ਜੀਵਨ ਰੱਖੇ। ਧਰਤੀ ਦੀ ਨਿਆਈ ਖਿਮਾ ਲਵੇ, ਧਰਤੀ ਜਾ ਵੀ ਕੋਈ ਪੱਟੀ ਜਾਵੇ, ਕੋਈ ਉਹਨੂੰ ਲਿੰਬੀ ਪੋਚੀ ਜਾਵੇ, ਗੰਦ ਪਾਵੇ, ਪਰ ਧਰਤੀ ਕਿਸੇ ਨੂੰ ਕੁਝ ਨਹੀਂ ਆਉਂਦੀ। ਐਵੇਂ ਧਰਤੀ 'ਚੋਂ ਖਿਮਾ ਦਾ ਗੁਣ ਲੈਣਾ ਹੈ। ਪੌਣ ਦੀ ਲਿਆਈ ਨਿਰਲੇਪ ਰਵੇ, ਪੌਣ ਸਾਧ ਸੰਗਤ ਸੁਗੰਧੀ ਅਤੇ ਗੰਧੀ ਥਾਂ ਤੋਂ ਸਭ ਥਾਵਾਂ ਤੋਂ ਲੰਘਦੀ ਹੈ, ਪਰ ਪੌਣ ਜਿਹੜੀ ਹੈ ਇਹਨਾਂ ਤੋਂ ਨਿਰਲੇਪ ਰਹਿੰਦੀ ਹੈ। ਇਵੇਂ ਕੁਸੰਗਤ ਸੰਗਤ ਵਿੱਚ ਸਾਧ ਸੰਗਤ ਜਾਈਦਾ ਹੈ ਜਦ,
ਅਤੇ ਇਹਨਾਂ ਤੋਂ ਨਿਰਲੇਪ ਰਹਿਣਾ ਹੈ। ਕੁਸੰਗਤ ਦਾ ਅਸਰ ਨਾ ਕਿਸੇ ਤਰ੍ਹਾਂ ਦਾ ਕਬੂਲ ਕਰੇ, ਕਿਸੇ ਵੀ ਹੋਰ ਬਾਹਰੀ ਪੁਰਖ ਦੀ ਸੰਗਤ ਦਾ ਅਸਰ ਨਾ ਕਬੂਲੇ, ਜਾਂ ਜਗਤ ਵਿੱਚ ਰਹਿੰਦਿਆਂ ਮੋਹ ਮਾਇਆ ਤੋਂ ਨਿਰਲੇਪ ਰਹੇ। ਪਾਉਣ ਦੀ ਨਿਆਈ ਅੱਗ ਦੇ ਵਿੱਚੋਂ ਸਾਧ ਸੰਗਤ ਪ੍ਰਕਾਸ਼ ਹੈ। ਪ੍ਰਕਾਸ਼ ਤੋਂ ਭਾਵ ਹੁੰਦਾ ਸਾਖਿਆਤ ਹੋਣਾ, ਜਾਗਰੂਕ ਹੋਣਾ ਧਰਮ ਪ੍ਰਤੀ, ਅਤੇ ਅੱਗ ਦੇ ਵਿੱਚੋਂ ਪ੍ਰਕਾਸ਼ਵਾਨ ਵਾਲਾ ਗੁਣ ਲਵੇ। ਅਤੇ ਆਕਾਸ਼ ਦੀ ਨਿਆਈ ਸਾਧ ਸੰਗਤ ਨਿਰਖੋਭਤਾ, ਨਿਰਖੋਭਤਾ ਹੁੰਦੀ ਆ ਆਕਾਸ਼ ਵਿੱਚ, ਕੋਈ ਚੀਜ਼ ਖੁੱਭਦੀ ਨਹੀਂ ਜੋ ਮਰਜ਼ੀ ਉੱਪਰ ਨੂੰ ਸਿੱਟ ਦਿਓ। ਸੋ ਇਸ ਪ੍ਰਕਾਰਾਂ ਉਹਦੇ ਵਿੱਚੋਂ ਅਫੁਰ ਅਵਸਥਾ ਰੂਪੀ ਵੀ ਅਫੁਰ ਰਹਿਣਾ ਹੈ, ਕਦੀ ਫੁਰਨਿਆਂ 'ਚ ਖੁੱਭਣਾ ਨਹੀਂ ਹੈ। ਇਵੇਂ ਇਹ ਪੰਜ ਤੱਤ ਨੇ, ਅਤੇ ਪੰਜਾਂ ਤੱਤਾਂ ਦੀ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਇੱਕ ਇੱਕ ਧਾਰਨਾ, ਇੱਕ ਇੱਕ ਗੁਣ ਜਿਹੜਾ ਹੈ ਹਿਰਦੇ 'ਚ ਰੱਖੇ। ਪੰਚਮ ਹਰਖ ਦੇ ਸਾਖ ਸੁਨਾਵ ਹੈ, ਇਹ ਪੰਜਾਂ ਤੱਤਾਂ ਦੀ ਜਿਹੜੀ ਧਾਰਨਾ ਹੈ, ਇਹ ਹਰਖਾਦ ਸਾਖ ਨਾਮ ਹੈ। ਸਾਹੀ ਚੇਤਨ, ਸਾਹੀ ਚੇਤਨ ਬ੍ਰਹਮ ਜੋ ਪਰਮੇਸ਼ਰ ਹੈ, ਉਹਦੇ ਵੱਲੋਂ ਇਹੀ ਹੁਕਮ ਹੈ ਵੀ ਇਹਨਾਂ ਨੂੰ ਤੁਸੀਂ ਆਪਣੇ ਆਪ ਨੂੰ ਸੁਣਾਵੋ, ਧਾਰਨ ਕਰੋ, ਫਿਰ ਤੁਹਾਨੂੰ ਹਰਖਦ ਹਰਖ ਆਨੰਦਦਾਇਕ ਸਾਖੀ ਚੇਤਨ ਬ੍ਰਹਮ ਪ੍ਰਾਪਤ ਹੋਵੇਗਾ। ਜਾਂ ਪੰਚਮ ਹਰਖ ਦੇ ਸਾਖ ਸੁਣਾਵੇ, ਪੰਚਮ ਪੰਜਾਂ ਤੱਤਾਂ ਨਾਲ ਮਿਲੇ ਹੋਏ ਜੋ ਸਾਖੀ ਚੇਤਨ ਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਜੋ ਗੁਰੂ ਸਾਹਿਬ ਜੀ ਸਾਖ ਸਿੱਖਿਆ ਸੁਣਾਉਂਦੇ ਨੇ ਨਾ ਮਹਾਰਾਜ ਜੀ, ਉਸ ਵੇਲੇ ਸਾਧ ਸੰਗਤ ਹਰਖਦ ਅਰਥ ਕਰਨ ਲੱਗਿਆਂ ਦੱਦਾ ਹਰਖਦ ਦੇ ਨਾਲ ਜੋੜਨਾ, ਉਦੋਂ ਹਰਖਦ ਹੁੰਦਾ ਹੈ ਵੀ ਖੁਸ਼ੀ ਆਨੰਦ ਪ੍ਰਗਟ ਕਰ ਦਿੰਦੇ ਨੇ ਸਿੱਖ ਦੇ ਹਿਰਦੇ ਦੇ ਵਿੱਚ, ਜਦੋਂ ਮਹਾਰਾਜ ਸਾਖ ਕੋਈ ਸਿੱਖਿਆ ਦਿੰਦੇ ਹਨ। ਵਾਹਿਗੁਰੂ ਦੀ ਬੰਗਾਲਮ ਮਦ ਮਾਧਵ ਗਾਵ ਹੈ, ਮਦ ਖਿੱਚ ਕੇ ਹੈ, ਬੰਗਾਲਮ ਬੰਗਾਲਮ ਮਦ ਮਾਧਵ ਗਾਵ ਹੈ। ਗੁਰਮੁਖ ਜਨ ਮਹਾਰਾਜ ਮਾਇਆ ਦਾ ਜੋ ਪਤੀ ਆ ਉਹਨੂੰ ਹਿਰਦੇ 'ਚ ਕਿਵੇਂ ਗਾਉਂਦੇ ਨੇ, ਸਾਡੇ 'ਤੇ ਅਸਰ ਪੈ ਜਾਂਦਾ ਹੈ ਮਾਇਆ ਦਾ ਹੀ, ਉਹਦੇ ਪਤੀ ਪਰਮੇਸ਼ਰ ਨਾਲ ਜੁੜਨਾ ਔਖਾ ਹੋ ਜਾਂਦਾ। ਤਾਂ ਸਾਹਿਬ ਕਹਿੰਦੇ ਬੰਗਾਲਮ ਮਦ ਮਾਧਵ ਗਾਵ ਹੈ। ਗੁਰਮੁਖ ਜਨ ਜੋ ਬੰਗ ਕੀ ਹੈ, ਦਵੈਤ ਨੂੰ ਅੰਦਰੋਂ ਗਾਲ ਕੇ ਨਾ ਸਾੜ ਕੇ ਅਤੇ ਮਾਂ ਤੋਂ ਲੈਣਾ ਮਦ ਵਿੱਚ, ਉਹ ਆਪਣੇ ਮਦ ਹਿਰਦੇ ਦੇ ਮਾਂ ਵਿੱਚ ਮਾਧਵ ਮਾਇਆ ਦੇ ਪਤੀ ਪਰਮੇਸ਼ਰ ਦੇ ਗੁਣਾਂ ਨੂੰ ਗਾਵ ਹੈ ਗਾਉਂਦੇ ਹਨ। ਫਿਰ ਸਮਝ ਲੈਣਾ ਬੰਗ ਤੋਂ ਭਾਵ ਦਵੈਤ, ਗਾਲ ਤੋਂ ਭਾਵ ਇਹਨੂੰ ਗਾਲ ਕੇ, ਅਤੇ ਮੱਧ ਹਿਰਦੇ ਦੇ ਮਾਂ ਜਿਹੜਾ ਬੰਗਾਲ ਦੇ ਮਗਰ ਹੈ ਮੰਮਾ ਅੱਖਰ ਬੰਗਾਲਮ, ਉਹ ਮਾਂ ਤੋਂ ਭਾਵ ਵਿੱਚ ਮਾਧਵ ਮਾਇਆ ਦਾ ਪਤੀ ਪਰਮੇਸ਼ਰ ਗਾਵੇ, ਉਹਦੇ ਗੁਣਾਂ ਨੂੰ ਗੁਰਮੁਖ ਜਨ ਗਾਉਂਦੇ ਹਨ ਬੰਗਾਲਮ ਬੰਗਾਲਮ ਮਦ ਮਾਧਵ ਗਾਵ ਹੈ। ਜੇ ਮਦ ਨਾਮ ਸਾਧ ਸੰਗਤ ਮਧੂ ਸ਼ਹਿਦ ਦਾ ਰਸ ਲੈਣ ਦੀ ਨਿਆਈ ਭਾਵ ਭੌਰਾ ਜੋ ਮਿੱਠਾ ਜੋ ਸੁਗੰਧੀ ਦਾ ਰਸ ਗ੍ਰਹਿਣ ਕਰਦਾ ਫੁੱਲਾਂ ਤੋਂ, ਜਿਹੜੇ ਪੁਰਖ ਮਦ ਮਧੂ ਭੌਰੇ ਬਣ ਕੇ ਪ੍ਰੇਮੀ ਬਣ ਕੇ ਮਾਧਵ ਮਾਇਆ ਦੇ ਪਤੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ, ਉਹਨਾਂ ਦੇ ਅੰਦਰੋਂ ਸਾਧ ਸੰਗਤ ਬੰਗ ਦਵੈਤ ਅਤੇ ਮਮਤਾ ਇਹਨੂੰ ਪਰਮੇਸ਼ਰ ਨੇ ਗਾਲ ਦਿੱਤਾ ਹੈ, ਸਾੜ ਦਿੱਤਾ ਏ, ਜਿਵੇਂ ਦੁਬਧਾ ਮਾਰ ਹਰ ਮਨ ਵਸਾਈ। ਲਲਿਤ ਬਿਲਾਵਲ ਗਾਵਹੀ, ਮਹਾਰਾਜ ਜੋ ਫਲ ਪ੍ਰਦਾਤਾ ਵਾਹਿਗੁਰੂ ਹੈ ਉਹਦੇ ਗੁਣ ਕਿਸ ਤਰ੍ਹਾਂ ਜਾਣਨਾ ਕਰੀਦੇ ਨੇ ਵੀ ਇਹ ਮਾਲਕ ਦੇ ਗੁਣ ਉਪਕਾਰ ਕਿਵੇਂ ਸਾਨੂੰ ਸਮਝ ਆਵੇ। ਕਹਿੰਦੇ ਲਲਿਤ ਬਿਲਾਵਲ ਗਾਵ ਹੀ ਆਪਣੀ ਆਪਣੀ ਭਾਂਤ, ਆਪਣੀ 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 ਭਾਂਤ ਕੀ ਹੁੰਦੀ, ਕਿਸਮ ਦੇ ਨਾਲ ਕੋਈ ਕਰਮਾਂ ਨੂੰ ਕੋਈ ਉਪਾਸ਼ਨਾ ਨੂੰ, ਗਿਆਨ ਵਾਲੇ ਲੋਕ ਲਲਿਤ ਸੁੰਦਰ ਪਰਮੇਸ਼ਰ ਨੂੰ ਬਿਲਾਵਲ ਨਾਮ ਹੈ ਆਨੰਦ ਦਾ, ਆਨੰਦ ਰੂਪ ਜਾਣ ਕੇ
ਉਪਾਸ਼ਕ ਲੋਕ ਉਪਾਸ਼ਕਾਂ ਦਾ ਉਪਾਸ਼ਕ ਬੰਦਗੀ ਕਰਦੇ ਨੇ, ਫਲ ਪ੍ਰਦਾਤਾ ਰੂਪ ਜਾਣ ਕੇ ਵਾਹਿਗੁਰੂ ਨੂੰ ਉਹ ਗਾਉਂਦੇ ਹਨ ਪਰਮੇਸ਼ਰ ਦੇ ਜਸ ਦੇ ਤਾਈ, ਸਾਧ ਸੰਗਤ ਦੇ ਵਿੱਚ ਮਿਲ ਕਰਕੇ ਕਰਦੇ ਨੇ ਆਪਣੀ ਆਪਣੀ ਭਾਂਤ ਤੋਂ ਭਾਵ ਆਪੋ ਆਪਣੇ ਧਰਮ ਦੇ ਨਿਯਮ ਦੇ ਮੁਤਾਬਕ। ਜਿਹੜੇ ਲੋਕ ਆਪਣੀ ਆਪਣੀ ਕਿਸਮ ਦੇ ਨਾਲ ਲਲਿਤ ਨਾਮ ਹੈ ਸੁੰਦਰ ਦਾ ਸੁੰਦਰ ਪਰਮੇਸ਼ਰ ਦੇ ਜਸ ਨੂੰ ਗਾਉਂਦੇ ਨੇ, ਮਹਾਰਾਜ ਸਾਹਿਬ ਜੀ ਕਹਿੰਦੇ ਬਲਾਵਲ ਆਨੰਦ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਆਪਣੀ ਆਪਣੀ ਭਾਂਤ ਆਪਣੀ ਆਪਣੀ ਭਾਂਤ ਆਪਣੇ ਆਪਣੇ ਤਰੀਕੇ ਤੋਂ ਭਾਵੇ ਵੀ ਮਰਿਆਦਾ ਦੇ ਨਾਲ ਆਪਣੇ ਆਪਣੇ ਨਿਯਮਾਂ ਦੇ ਮੁਤਾਬਕ ਜੋ ਧਰਮ ਦੀ ਮਰਿਆਦਾ, ਕਿਉਂਕਿ ਸਾਰੇ ਧਰਮ ਕਹਿੰਦੇ ਤਾਂ ਵਾਹਿਗੁਰੂ ਦਾ ਜਸ ਹੀ ਨੇ ਨਾ, ਕੋਈ ਰਾਜ ਫਸ ਜਾਵੇ ਤਾਂ ਧਰਮ ਦੀ ਗਲਤੀ ਨਹੀਂ ਹੈ। ਜਿਹੜੇ ਧਰਮ ਦੇ ਵਿੱਚ ਪ੍ਰਪੱਕ ਹੋ ਕੇ ਲਲਿਤ ਸੁੰਦਰ ਪਰਮੇਸ਼ਰ ਦੇ ਜਸ ਨੂੰ ਗਾ ਵੀ ਗਾਉਂਦੇ ਨੇ ਉਹਨਾਂ ਨੂੰ ਬਿਲਾਵਲ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ। ਅਸ਼ਟ ਪੁੱਤਰ ਭੈਰਵ ਕੇ ਸਾਰੀ ਤੁਕ ਗਾਵ ਹੈ ਗਾਇਨ ਪਾਤਰ, ਮਹਾਰਾਜ ਸਾਹਿਬ ਅਧਿਕਾਰੀ ਕੌਣ ਹੈ? ਕਿਉਂਕਿ ਅਧਿਕਾਰੀ ਹੁੰਦਾ ਵੀ ਜਿਹੜਾ ਯੋਗ ਪੁਰਖ ਹੋਵੇ, ਜਿਹੜਾ ਯੋਗ ਲਾਭ ਲੈਣ ਦੇ ਹੋਵੇ ਉਹਨੂੰ ਅਧਿਕਾਰੀ ਕਹਿੰਦੇ ਨੇ। ਅਧਿਕਾਰੀ ਕੌਣ ਹੈ? ਕਹਿੰਦੇ ਅਸ਼ਟ ਪੁੱਤਰ ਭੈਰਵ ਕੇ ਗਾਵ ਹੈ ਗਾਇਨ ਪਾਤਰ। ਕਹਿੰਦੇ ਜਿਹਨਾਂ ਸੰਤ ਜਨਾਂ ਨੇ ਅਸ਼ਟ ਕੀ ਹੈ ਅੱਠ, ਅੱਠੇ ਪੁੱਤਰ ਕਿਹੜੇ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਰਜੋ ਗੁਣ ਤਮੋ ਗੁਣ ਸਤੋ ਗੁਣ, ਪੰਜ ਤੇ ਤਿੰਨ ਗੁਣ ਇਹ ਅੱਠ ਹੋ ਗਏ। ਇਹਨਾਂ ਅੱਠਾਂ ਨੂੰ ਪੰਜ ਵਿਕਾਰ ਤੇ ਤਿੰਨਾਂ ਗੁਣਾਂ ਨੂੰ ਅਧੀਨ ਕਰ ਲਿਆ ਹੈ ਅਸ਼ਟ ਪੁੱਤਰ। ਜਿਹੜੇ ਅੱਠੇ ਪੁੱਤਰ ਕਾਮ ਤੇ ਤਿੰਨ ਗੁਣ ਜਿਨ੍ਹਾਂ ਦੇ ਅਧੀਨ ਹੋ ਗਏ ਨੇ ਜਿਹੜੇ ਸੰਤਾਂ ਦੇ, ਭੈਰਵ ਕੇ ਉਹ ਭੈ ਪਰਮੇਸ਼ਰ ਦੇ ਡਰ ਦੇ ਵਿੱਚ ਰਚ ਕਰਕੇ ਗਾਵ ਹੈ ਗਾਇਨ ਪਾਤਰ, ਉਹ ਗਾਇਨ ਗਾਉਣ ਯੋਗ ਪਰਮੇਸ਼ਰ ਦੇ ਜਸ ਨੂੰ ਗਾਵੇ, ਗਾ ਕੇ ਸ੍ਰੇਸ਼ਟ ਪਾਤਰ ਨਾਮ ਹੈ ਅਧਿਕਾਰੀ ਦਾ, ਉਹ ਅਧਿਕਾਰੀ ਬਣ ਗਏ ਹਨ। ਉਹ ਜਾਂ ਅਧਿਕਾਰੀ ਹੋ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਨੇ, ਜਿਨ੍ਹਾਂ ਨੇ ਅੱਠੇ ਪੁੱਤਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਜੋ ਤਮ ਸਤੋ ਗੁਣ ਵਸ ਕਰ ਲਏ ਹਨ। ਦੁਤੀਆ ਮਾਲ ਜਿਵੇਂ ਇਹ ਸ਼ਬਦ ਆਉਂਦਾ ਹੈ ਨਾ, ਪੰਚੋ ਲੜਕਾ ਜਾਰ ਕੈ ਰਹਿ ਰਾਮ ਲੇ ਬੁਲਾਏ, ਇਹ ਪੰਜੇ ਲੜਕਿਆਂ ਦਾ ਭਾਵ ਵੀ ਇੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੀ ਆਇਆ ਹੈ ਨਾ, ਵੀ ਜਿਹੜਾ ਇਹਨਾਂ ਨੂੰ ਸਾੜ ਲੈਂਦਾ ਹੈ ਉਹ ਰਾਮ ਨਾਲ ਲੇ ਬੁਲਾ ਕੇ ਰਹਿੰਦਾ। ਇਵੇਂ ਜਿਹੜੇ ਇੱਥੇ ਅਸ਼ਟ ਤੋਂ ਭਾਵ ਪੰਜ ਕਾਮ ਕ੍ਰੋਧ ਆਦਿਕ ਅਤੇ ਰਜੋ ਤਮੋ ਸਤੋ ਇਹ ਤਿੰਨ ਗੁਣ ਨੇ, ਇਹੀ ਜਗਤ ਨੂੰ ਨੱਪੀ ਰੱਖਦੇ ਨੇ। ਇਹਨਾਂ ਨੂੰ ਜਿਹੜੇ ਮਾਰਦੇ ਨੇ ਵਾਹਿਗੁਰੂ ਦੇ ਭੈ ਦੇ ਵਿੱਚ ਰਵ ਰਚ ਕਰਕੇ, ਉਹ ਪਾਤਰ ਯੋਗ ਅਧਿਕਾਰੀ ਨੇ, ਉਹੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ। ਜਿਹੜੇ ਇਹਨਾਂ ਪੰਜਾਂ ਦੇ ਵਿੱਚ ਤਿੰਨਾਂ ਦੇ ਪਿੱਛੇ ਲੱਗੇ ਉਹ ਗੁਣ ਕਿਵੇਂ ਗਾ ਸਕਦੇ ਹਨ? ਦੁਤੀਆ ਮਾਲ ਕੌਸਕ ਆਲਾਪ ਹੈ, ਮਾਲ ਕੌਸਕ ਇਕੱਠਾ ਹੀ ਪਾਠ ਹੈ ਤੇ ਪੋਲਾ ਹੀ ਬੋਲਣਾ ਹੈ। ਮਾਲ ਕੌਸਕ ਕਈ ਵੱਖੋ ਵੱਖ ਕਰ ਦਿੰਦੇ ਨੇ, ਸ਼ੰਕਾ ਮਹਾਰਾਜ ਬੜੇ ਪੈਂਦੇ ਨੇ ਇਹ ਨਿਵਿਰਤ ਕਿਵੇਂ ਹੋਣ। ਦੁਤੀਆ ਹੇ ਭਾਈ, ਜੋ ਦੁਤੀਆ ਦਵੈਤ ਹੈ ਇਹਨੂੰ ਹਿਰਦੇ ਦੇ ਵਿੱਚ ਮਾਲ, ਮਾਲ ਨਾਮ ਹੈ ਮਲਨ ਦਾ, ਜਿਹੜੇ ਮਲ ਦਿੰਦੇ ਨੇ ਮਸਲ ਦਿੰਦੇ ਨੇ ਉਹਨਾਂ ਨੂੰ ਕਹੋ ਕਿਸ ਵਾਸਤੇ ਸ਼ੱਕ ਸ਼ੰਕਾ ਅਲਾਪੇ ਅਲਾਪਣਗੇ ਉਚਾਰਨਗੇ, ਉਹ ਸ਼ੰਕਾ ਦੀ ਗੱਲ ਕਿਵੇਂ ਕਰਨਗੇ? ਉਹ ਉਂਗਲ ਰੱਖਦੇ ਹੀ ਨਹੀਂ ਹੈ ਕਿਸੇ ਵੀ ਗੱਲ 'ਤੇ। ਉਹ ਸਾਧ ਸੰਗਤ ਮਾਲ ਮਲ ਦਿੰਦੇ ਨੇ ਦੁਤੀਆ ਦਵੈਸ ਨੂੰ ਆਪਣੇ ਅੰਦਰੋਂ, ਉਹ ਕਹੋ ਕਹੋ ਕਿਉਂ ਕਾਹਦੇ ਵਾਸਤੇ ਸ਼ੱਕ ਸ਼ੰਕਾ ਉਚਾਰਨਗੇ? ਕੋਈ ਸ਼ੱਕ ਨਹੀਂ ਕਰਦੇ, ਉਹਨਾਂ ਗੁਰਬਾਣੀ ਦੇ ਕੋਈ ਸ਼ੰਕਾ ਕਰਨਗੇ? ਉਹਨਾਂ ਪਰਮੇਸ਼ਰ ਦੇ ਆਲਾਪ ਹੈ ਨਾਮ ਹੈ ਅਲਾਪ ਦੇ ਹੀ ਨਹੀਂ ਹੈ, ਉਹਨਾਂ ਅੰਦਰ ਕੋਈ ਸ਼ੰਕਾ ਰਹਿੰਦੀ ਨਹੀਂ ਹੈ। ਇਸ ਕਰਕੇ ਦਵੈਤ ਦਾ ਤਿਆਗ ਕਰੋ, ਸ਼ੰਕਾ ਨਿਵਿਰਤੀ ਲਈ ਦੁਬਧਾ ਮੇਟ ਖਿਮਾ
ਗਹਿ ਰਹੋ, ਇਹ ਹੁਕਮ ਹੈ ਮਹਾਰਾਜ ਦਾ। ਸੰਗ ਰਾਗਣੀ ਪਾਂਚੋ ਥਾਪ ਹੈ, ਪਾਂਚੋ ਸੰਗ ਰਾਗਣੀ ਪਾਂਚੋ ਥਾਪ ਹੈ, ਬਿੰਦੀ ਨਹੀਂ ਹੈਗੀ। ਸੰਗ ਰਾਗਣੀ ਪਾਚੋ ਥਾਪ ਹੈ, ਮਹਾਰਾਜ ਕਰਮ ਇੰਦਰੀਏ ਜਿਹੜੇ ਨੇ ਗੁਰਮੁਖ ਜਨ ਕਿਸ ਪ੍ਰਕਾਰ ਰੋਕਦੇ ਨੇ ਇਹਨਾਂ ਨੂੰ ਮਾੜੇ ਪਾਸਿਓਂ, ਕਹਿੰਦੇ ਸੰਗ ਰਾਗਨੀ ਪਾਚਾਓ ਥਾਪੈ, ਜੋ ਪੰਜੇ ਕਰਮ ਇੰਦਰੀਆਂ ਨੂੰ ਗੁਰਮੁਖ ਰਾਗਨੀ ਪ੍ਰੀਤੀ ਦੇ ਨਾਲ ਹੀ ਥਾਪੇ ਥਾਪਦੇ ਰੋਕ ਲੈਂਦੇ ਹਨ ਗਲਤ ਪਾਸੇ ਜਾਣ ਵੱਲੋਂ। ਗੋੜ ਕਰੀ ਅਰ ਦੇਵ ਗੰਧਾਰੀ, ਭਗਤੀ ਦੀ ਸੁਗੰਧੀ ਵਾਲੇ ਕਿਹੜੇ ਭਗਤ ਨੇ, ਕਿਹਨਾਂ ਨੂੰ ਮਹਾਰਾਜ ਭਗਤੀ ਦੀ ਮਹਿਕ ਆਉਂਦੀ ਹੈ। ਗੋੜ ਕਰੀ ਅਰ ਦੇਵ ਗੰਧਾਰੀ, ਜਿਹੜੇ ਪੁਰਖ ਹਰ ਵਕਤ ਹੀ ਗੁਰੂ ਉਪਦੇਸ਼ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਦੀ ਬਾਬਤ ਹੀ ਗੋੜ ਨਾਮ ਹੈ ਵਿਚਾਰ ਦਾ, ਕਰੀ ਨਾਮ ਹੈ ਕਰਨ ਦਾ, ਵਿਚਾਰ ਕਰਦੇ ਰਹਿੰਦੇ ਹਨ। ਅਰ ਦੇਵ ਗੰਧਾਰੀ, ਅਰ ਪੁਨਾ ਜੋ ਦੇਵ ਪ੍ਰਕਾਸ਼ ਰੂਪ ਪਰਮੇਸ਼ਰ ਹੈ, ਜਿਹੜਾ ਗੰਧ ਦੁਰਗੰਧੀ ਵਾਸ਼ਨਾ ਦਾ ਵੈਰੀ ਹੈ, ਉਹਦੀ ਭਗਤੀ ਰੂਪੀ ਗੰਧਾਰੀ ਸੁਗੰਧੀ ਵਾਲੇ ਉਹੀ ਹੁੰਦੇ ਨੇ ਜਿਹੜੇ ਵਾਹਿਗੁਰੂ ਦੀ ਵਿਚਾਰ ਕਰਨ। ਭਗਤੀ ਦੀ ਮਹਿਕ ਵੀ ਤਾਂ ਉਹਨਾਂ ਦੇ ਵਕਤ ਹੀ ਉਹਨਾਂ ਦੇ ਹਿਰਦੇ ਦੇ ਵਿੱਚ ਹੀ ਵੱਸਦੀ ਹੈ ਨਾ। ਉਹੀ ਜਨ ਭਗਤੀ ਦੀ ਸੁਗੰਧੀ ਵਾਲੇ ਨੇ, ਨਾਮੈ ਸੁਰਤ ਵੱਜੀ ਹੈ ਦਹਿ ਦਿਸ ਹਰ ਮੁਸਕ ਮੁਸਕੀ ਮੁਸਕ ਗੰਧਾਰੇ, ਉਹਨਾਂ ਦੇ ਅੰਦਰ ਭਗਤੀ ਦੀ ਮਹਿਕ ਆਉਂਦੀ ਹੈ ਜਿਹੜੇ ਗੋੜ ਵਿਚਾਰ ਕਰਦੇ ਨੇ ਵਾਹਿਗੁਰੂ ਦੀ ਪ੍ਰਾਪਤੀ ਬਾਬਤ। ਗੰਧਾਰੀ ਸਿਹੋਤੀ ਉਚਾਰੀ, ਸਿਹੋਤੀ ਇਕੱਠਾ ਹੀ ਪਾਠ ਹੈ, ਸਿਹੋਤੀ ਉਚਾਰੀ ਹੈ ਮਹਾਰਾਜ ਗਿਆਨ ਦੀ ਬਾਤ ਦੱਸੋ ਆਪ। ਕਹਿੰਦੇ ਗੰਧਾਰੀ ਜੋ ਬ੍ਰਹਮ ਗਿਆਨ ਗੰਧ ਵਿਸ਼ੇ ਰੂਪ ਸਾਧ ਸੰਗਤ ਦੁਰਗੰਧੀ ਹੈ, ਉਹਦਾ ਆਰੀ ਵੈਰੀ ਹੈ ਬ੍ਰਹਮ ਗਿਆਨ ਜੋ ਹੈ, ਭਾਵ ਵਿਸ਼ੇ ਵਿਕਾਰ ਨਹੀਂ ਬ੍ਰਹਮ ਗਿਆਨੀ ਭੋਗਦੇ। ਸਿਹੋਤੀ ਉਚਾਰੀ, ਉਸ ਗਿਆਨ ਨੂੰ ਸੰਤਾਂ ਦੇ ਚਿੱਤ ਦੀ ਜਿਹੜੀ ਬਿਰਤੀ ਹੈ ਨਾ, ਪਿੱਛੇ ਵੀ ਉਚਾਰੀ ਉਚਾਰਦੀ ਸੀ ਹੁਤੀ ਹੁਣ ਹੁੰਦੀ ਸੀ, ਉਦੋਂ ਵੀ ਵਾਹਿਗੁਰੂ ਦੇ ਜਸ ਨੂੰ ਬਿਰਤੀ ਕਹਿੰਦੀ, ਹੁਣ ਵੀ ਉਚਾਰਦੀ ਤੇ ਅੱਗੇ ਨੂੰ ਵੀ ਐਵੇਂ ਉਚਾਰਦੀ ਰਹੇਗੀ। ਧਨਾਸਰੀ ਇਹ ਪਾਚਾ ਗਾਈ, ਗੰਧਾਰੀ ਗੰਧਾਰੀ ਸਿਹੋਤੀ ਉਚਾਰੀ, ਸਿਹੋਤੀ ਗੰਧਾਰੀ ਸਿਹੋਤੀ ਉਚਾਰੀ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਜੋ ਗੰਧ ਦੁਰਗੰਧੀ ਦੇ ਵੈਰੀ ਨੇ ਬ੍ਰਹਮ ਗਿਆਨ, ਉਹ ਬ੍ਰਹਮ ਗਿਆਨ ਦੇ ਸਹਿਤ ਜਿਹੜੇ ਹਨ ਸੰਤ ਜਨ, ਸਿਹੋਤੀ ਉਚਾਰੀ, ਉਹਨਾਂ ਗਿਆਨ ਦੁਆਰਾ ਆਪਣੇ ਅੰਦਰੋਂ ਵਿਸ਼ਿਆਂ ਵਾਸ਼ਨਾ ਦੀ ਜਿਹੜੀ ਉਚਾਰੀ ਉਚਾੜ ਸੀ ਨਾ, ਉਹਨੂੰ ਚੱਕ ਹੀ ਦਿੱਤਾ, ਮੇਟ ਹੀ ਦਿੱਤਾ ਹੈ। ਧਨਾਸਰੀ ਇਹ ਪਾਚੋ ਗਾਈ, ਧਨਾਸਰੀ ਨਾਮ ਸਾਧ ਸੰਗਤ ਬੁੱਧੀ ਦਾ ਹੈ। ਧਨਾਸਰੀ ਇਹ ਪਾਚੋ ਗਾਈ, ਜਿਨ੍ਹਾਂ ਦੀ ਇਹ ਤੋਂ ਭਾਵ ਇਹ ਧਨਾਸਰੀ ਕੀ ਬੁੱਧੀ ਜਿਹੜੀ ਹੈ, ਇਹ ਪਾਚੋ ਕੀ ਹੈ, ਚੇਤਨ ਬ੍ਰਹਮ ਪਰਮੇਸ਼ਰ ਉਹਦੇ ਨਾਮ ਗੁਣਾਂ ਨੂੰ ਗਾਈ ਗਾਉਂਦੀ ਹੈ, ਉਹਨਾਂ ਦੀ ਬੁੱਧ ਧਨ ਪਦਾਰਥਾਂ ਦੀ ਤ੍ਰਿਸ਼ਨਾ ਤੋਂ ਰਹਿਤ ਹੋ ਜਾਂਦੀ ਹੈ, ਕਿਉਂਕਿ ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਅਤੇ ਜਿਨ੍ਹਾਂ ਦੀ ਬੁੱਧ ਵਾਹਿਗੁਰੂ ਦੇ ਨਾਮ ਨੂੰ ਜਪਦੀ ਗੁਣਾਂ ਨੂੰ ਗਾਈ ਗਾਉਂਦੀ ਹੈ, ਉਹਨਾਂ ਦੀ ਤ੍ਰਿਸ਼ਨਾ ਬੁੱਧ ਦੇ ਵਿੱਚੋਂ ਖਤਮ ਹੋ ਜਾਂਦੀ ਹੈ। ਮਾਲ ਰਾਗ ਕੌਸ਼ਕ ਸੰਗ ਲਾਈ, ਮਹਾਰਾਜ ਗੁਰਮੁਖਾਂ ਨੇ ਮਾਇਆ ਦੇ ਮੋਹ ਦੀ ਨਿਵਿਰਤੀ ਲਈ ਕਿਸ ਪ੍ਰਕਾਰ ਯਤਨ ਕੀਤਾ, ਕਹਿੰਦੇ ਮਾਲ ਰਾਗ ਕੌਸ਼ਕ ਸੰਗ ਲਾਈ। ਗੁਰਮੁਖ ਜਨਾਂ ਨੇ ਜੋ ਮਾਲ ਕੀ ਹੈ, ਹਾਥੀ ਘੋੜੇ ਆਦਿਕ ਜੋ ਮਾਲ ਹਨ, ਜਿਵੇਂ ਹੁਣ ਮੋਟਰ ਗੱਡੀਆਂ ਆਦਿਕ ਨੇ, ਇਹਨਾਂ ਦਾ ਜਿਹੜਾ ਰਾਗ ਸੀ ਨਾ, ਮੋਹ ਆਦਿਕ, ਇਹਦੀ ਕਉ ਸੱਕ ਸੱਕ ਸ਼ੰਕਾ ਜਿਹੜੀ ਵੀ ਇਹ ਸਾਡਾ ਹੈ, ਕਉ ਕੀ ਇਹਦੀ ਸ਼ੰਕਾ ਕੀ ਸੰਗ ਨਾਲ ਲਾਈ ਲਾਉਣੀ ਹੈ ਉਹਨਾਂ ਨੇ, ਭਾਵ ਉਹਨਾਂ ਨੇ ਸਾਰੇ ਪਦਾਰਥ
ਮਿਥਿਆ ਨੀਚੇ ਕਰਕੇ ਮੋਹ ਦੀ ਸ਼ੰਕਾ ਹੀ ਲਾ ਦਿੱਤੀ ਹੈ। ਮਿਥਿਆ ਕਰ ਮਾਇਆ ਤਦੀ ਸੁਖ ਸਹਿਜ ਵਿਚਾਰ, ਇਹ ਕੋਈ ਨਾਲ ਨਹੀਂ ਜਾਣਾ। ਇਵੇਂ ਉਹਨਾਂ ਗੁਰਮੁਖਾਂ ਨੇ ਵਿਚਾਰ ਕੀਤੀ ਹੈ। ਜਾਂ ਮਾਲ ਰਾਗ ਕੌਸ਼ਕ ਸੰਗ ਲਾਈ, ਜਿਨ੍ਹਾਂ ਨੇ ਮਾਇਆ ਦੇ ਰਾਗ ਮੋਹ ਨੂੰ ਗੁਰੂ ਉਪਦੇਸ਼ ਦੁਆਰਾ ਸਾਧ ਸੰਗਤ ਅੰਦਰੋਂ ਮਾਲ ਮਲ ਦਿੱਤਾ ਹੈ, ਉਹ ਕਹੋ ਕਿਉਂ ਸਗ ਸ਼ੰਕਾ ਹਿਰਦੇ ਨਾਲ ਲਾਉਣਗੇ, ਸਭ ਸ਼ੰਕਾ ਮੇਟ ਲੈਂਦੇ ਹਨ। ਮਾਰੂ ਮਸਤ ਅੰਗ ਮੇਵਾਰਾ, ਮਸਤ ਅੰਗ ਪਾਠ ਇਕੱਠਾ ਹੀ ਕਰਨਾ, ਕਈ ਵੱਖੋ ਵੱਖਰਾ ਕਰਦੇ ਨੇ। ਮਾਰੂ ਮਸਤ ਅੰਗ ਮੇਵਾਰਾ, ਫਿਰ ਮਹਾਰਾਜ ਸਾਹਿਬ ਕਹਿੰਦੇ ਜਿਨ੍ਹਾਂ ਦੇ ਹਿਰਦੇ, ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚੋਂ ਮੇ ਕੀ ਹੈ, ਮੈਂ ਹੰਗਤਾ, ਮੈਂ ਜਿਹੜਾ ਕਰਨਾ ਹੈ, ਇਹਨੂੰ ਵਾਰਾ ਵਰਜ ਦਿੱਤਾ ਹੈ ਨਾ, ਹੰਗਤਾ ਨਹੀਂ ਉੱਠਣ ਦਿੰਦੇ ਆਪਣੇ ਅੰਦਰ, ਉਹਨਾਂ ਨੇ ਮਨ ਦੇ ਮੰਦੇ ਸੁਭਾਅ ਨੂੰ ਮਾਰੂ ਮਾਰ ਲਿਆ ਹੈ। ਜਿਨ੍ਹਾਂ ਮਨ ਦੇ ਮੰਦੇ ਸੁਭਾਅ ਨੂੰ ਮਾਰ ਲਿਆ, ਮਸਤ ਅੰਗ, ਉਹ ਵਾਹਿਗੁਰੂ ਨੂੰ ਅੰਗ ਹਿਰਦੇ ਵਿੱਚੋਂ ਹੀ ਪਾ ਕੇ ਮਸਤ ਨਿਹਾਲ ਹੋ ਗਏ ਹਨ। ਪ੍ਰਭਲ ਹਰ ਰਸ ਪੀਵੈ ਅਲ ਮਸਤ ਮਤਵਾਰਾ ਦੀ ਅਵਸਥਾ ਹੋ ਗਈ ਹੈ। ਪ੍ਰਭਲ ਚੰਡ ਕੌਸ਼ਕ ਉਭਾਰਾ, ਮਹਾਰਾਜ ਅਪਰੋਹ ਗਿਆਨ ਦਾ ਫਲ ਕੀ ਹੈ, ਜਿਹੜਾ ਪ੍ਰਤੱਖ ਪਰਮੇਸ਼ਰ ਨੂੰ ਵੇਖਣਾ। ਕਹਿੰਦੇ ਪ੍ਰਭਲ ਚੰਡ ਕੌਸ਼ਕ ਉਭਾਰਾ, ਜੋ ਪ੍ਰਬਲ ਵਿਸ਼ੇਸ਼ ਕਰਕੇ ਬਲ ਵਾਲੇ ਚੰਡ ਤਿੱਖੇ ਗੁਰ ਗਿਆਨ ਪਰੋਖ ਗਿਆਨ ਦੀ ਪ੍ਰਾਪਤੀ ਹੋਣੀ ਹੈ, ਇਹਦੇ ਨਾਲ ਕੋ ਕੌਣ ਸਗ ਸ਼ੰਕਾ ਨੂੰ ਹਿਰਦੇ ਦੇ ਵਿੱਚ ਉਭਾਰਾ ਉਠਾਲ ਸਕਦਾ। ਉਹ ਅੰਦਰ ਸ਼ੰਕਾ ਉਠਾਉਣ ਦੀ ਸੋਝੀ ਨਹੀਂ ਰਹਿੰਦੀ। ਇੱਕ ਤਾਂ ਹੁੰਦਾ ਨਾ ਸ਼ੰਕਾ ਨੂੰ ਰੋਕਣਾ, ਜੇ ਕੋਈ ਆਵੇ ਵੀ ਨਹੀਂ ਵੀ ਇਹ ਉਲਟਾ, ਇੱਕ ਉਹ ਸੋਝੀ ਹੋਈ ਨਹੀਂ ਰਹਿੰਦੀ ਉਹਨਾਂ ਦੇ ਅੰਦਰ ਕੋਈ ਵੀ ਸ਼ੱਕ ਨੂੰ ਉਭਾਰਾ ਉਠਾਉਣ ਦੀ। ਉਹਨਾਂ ਦੇ ਅੰਦਰ ਐਸਾ ਗਿਆਨ ਦਾ ਫਲ ਪ੍ਰਾਪਤ ਹੋਇਆ, ਸਭ ਕੁਝ ਭੁੱਲ ਹੀ ਗਿਆ, ਬ੍ਰਹਮੀ ਦਿਖਦਾ ਹੈ ਸਭ ਕੁਝ, ਕਿਉਂਕਿ ਬ੍ਰਹਮ ਗਿਆਨ ਚ ਕਥਨ ਕਹਿਣ ਕੋ ਸੋਝੀ ਨਾਹੀ, ਜੋ ਪੇਖਾ ਤਿਸ ਬਣੇ ਆਵੈ। ਪਰ ਜਿਹੜਾ ਇਹ ਬ੍ਰਹਮ ਗਿਆਨ ਪ੍ਰਾਪਤ ਕਰਦਾ ਉਹਨੂੰ ਹੀ ਅਵਸਥਾ ਬਣਨ ਦੀ ਹੈ। ਖੋ ਖੱਟ ਔ ਭੌਰਾ ਆਨੰਦ ਗਾਏ, ਆਨੰਦ ਨਹੀਂ ਹੈ ਭੌਰਾ ਆਨੰਦ, ਭੌਰਾ ਆਨੰਦ ਗਾਏ, ਭੌਰਾ ਨਦ ਟਿੱਪੀ ਤੋਂ ਰਹਿਦੀ ਹੈ, ਉਹ ਭੌਰਾ ਨਦ ਗਾਏ, ਵਿਸ਼ਿਆਂ ਦੀ ਨਿਵਿਰਤੀ ਮਹਾਰਾਜ ਕਿੰਨਾ ਦੀ ਆਉਂਦੀ ਹੈ। ਤਾਂ ਸਹਿਜ ਸਤਿਗੁਰੂ ਜੀ ਪੰਜਵੇਂ ਪਾਤਸ਼ਾਹ ਕਹਿੰਦੇ ਖਾਓ ਖੱਟ, ਗੁਰਮੁਖ ਜਨਾਂ ਨੇ ਖੱਟ ਸੇਵਕਾਰ ਜਿਹੜੇ ਨੇ ਉਹਨਾਂ ਨੂੰ ਆਪਣੇ ਅੰਦਰੋਂ ਖਾਓ ਨਾਮ ਹੈ ਖੈ ਕਰਨਾ ਨਾਸ਼ ਕਰਨ ਦਾ, ਜਾਂ ਪੰਜ ਵਿਸ਼ੇ ਦੇ ਛੇਵੇਂ ਮਨ ਦੇ ਮੰਦੇ ਸੁਭਾਅ ਨੂੰ, ਇਹ ਖਾਓ ਛੇਵਾਂ, ਇਹ ਖੱਟ ਛੇਆਂ ਦੇ ਤਾਂ ਹੀ ਖਾਓ ਖੈ ਨਾਸ਼ ਕਰ ਦਿੱਤਾ ਹੈ। ਉਹਨਾਂ ਨੇ ਆਪਣੇ ਅੰਦਰ ਇਹ ਆਉਣ ਨਹੀਂ ਦਿੱਤੇ। ਉਹ ਭੌਰਾ ਨਦ ਗਾਏ ਦਿਓ, ਅਤੇ ਗੁਰਮੁਖਾਂ ਨੇ ਜਿਹੜੇ ਜਗਿਆਸੂ ਰੂਪੀ ਭੌਰੇ ਨੇ ਉਹਨਾਂ ਨੇ ਵੀ ਆਨੰਦ ਸਰੂਪ ਵਾਹਿਗੁਰੂ ਦੇ ਗੁਣ ਗਾਉਣਾ ਕੀਤੇ ਹਨ, ਆਨੰਦ ਸਰੂਪ ਦੀ ਪ੍ਰਾਪਤੀ ਵਾਲੇ ਗੁਣ ਗਾ ਗਾ ਕੇ ਸੁਣਾਏ ਹਨ। ਅਸ਼ਟ ਮਾਲ ਕੌਸ਼ਕ ਸੰਗ ਲਾਏ, ਗੁਣਾਂ ਦੀ ਪ੍ਰਾਪਤੀ ਕਿਵੇਂ ਹੋਵੇ? ਕਹਿੰਦੇ ਅਸ਼ਟ ਮਾਲ ਕੌਸ਼ਕ, ਜਿਨ੍ਹਾਂ ਨੇ ਸੱਤ ਸੰਤੋਖ ਦਇਆ ਧਰਮ ਵਿਚਾਰ ਅਤੇ ਅਸਤੀ ਭਰਾਤੀ ਅਤੇ ਪ੍ਰੇਤਾ, ਅਸਤੀ ਤੋਂ ਹੁੰਦਾ ਵਾ ਸੱਤ ਸਰੂਪ ਪਰਮੇਸ਼ਰ, ਭਰਾਤੀ ਤੋਂ ਭਾਵ ਜੋ ਚੇਤਨ ਜਿਹਨੂੰ ਕਹਿੰਦੇ ਆ, ਅਤੇ ਪ੍ਰੇਤਾ ਤੋਂ ਭਾਵ ਜੋ ਆਨੰਦ ਸਰੂਪ ਹੈ। ਇਵੇਂ ਇਹ ਜਿਨ੍ਹਾਂ ਨੇ ਅਸ਼ਟ ਅੱਠ ਸ਼ੁਭ ਗੁਣਾਂ ਨੂੰ ਆਪਣਾ ਸਭ ਮਾਲ ਧਨ ਬਣਾਇਆ ਵੀ ਇਹੀ ਸਾਡੀ ਦੌਲਤ ਹੈ, ਮਹਾਰਾਜ ਸਾਹਿਬ ਜੀ ਕਹਿੰਦੇ ਸੰਗ, ਉਹਨਾਂ ਦੇ ਸੰਗ ਨਾਲ ਮਿਲਣ ਕਰਕੇ, ਉਹਨਾਂ ਦੀ ਸੰਗਤ ਕਰਨ ਦੇ ਨਾਲ ਕਹੋ ਸਕ ਸਕ ਸ਼ੰਕਾ ਮਨ ਵਿੱਚ ਕਹੋ ਕਿਉਂ ਲਾਏ ਲਾਉਂਦੇ ਹੋ, ਭਾਵ ਗੁਰਮੁਖਾਂ ਦੀ ਸੰਗਤ ਕੀਤੀ ਹੈ, ਫਿਰ ਕਿਸੇ ਤਰ੍ਹਾਂ ਦਾ ਕੋਈ ਸਾਧ ਸੰਗਤ ਸ਼ੰਕਾ ਨਹੀਂ ਹੋਣਾ ਚਾਹੀਦਾ, ਤੋਂ ਰਹਿਤ ਹੋ ਜਾਓ, ਫਿਰ ਹੀ ਮਿਲੀਦਾ ਹੈ,
ਫਿਰ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਗੁਣਾਂ ਦੀ ਪ੍ਰਾਪਤੀ ਹੁੰਦੀ। ਵਾਹਿਗੁਰੂ ਦੇ ਪੁਨ ਅਸ਼ਟ ਅਸ਼ਟ ਮਾਲ ਕੌਸ਼ਕ ਸੰਗ ਲਾਏ, ਜਿਨ੍ਹਾਂ ਨੇ ਆਪਣੇ ਅੰਦਰ ਅਸ਼ਟ ਅੱਠ ਪੰਜੇ ਸ਼ਬਦ ਸਪਰਸ਼ ਰੂਪ ਰਸ ਗੰਧ ਵਿਸ਼ੇ ਤੇ ਮਾਇਆ ਦੇ ਜਿਹੜੇ ਤਿੰਨ ਦੁੱਖ ਨੇ ਅਸਤ ਜੜ ਤੇ ਦੁੱਖ ਰੂਪ ਮਾਇਆ ਨੂੰ ਜਿਨ੍ਹਾਂ ਨੇ ਮਾਲ ਮਲ ਦਿੱਤਾ ਹੈ, ਉਹਨਾਂ ਨੇ ਆਪਣੇ ਨਾਲ ਸਾਕ ਸ਼ੰਕਾ ਕੀ ਲਾਉਣੇ ਸੀ, ਕੋਈ ਸ਼ੰਕਾ ਨਹੀਂ ਰਹਿੰਦੀ ਉਹਨਾਂ ਗੁਰਮੁਖਾਂ ਨੂੰ। ਪੁਨ ਆਇਓ ਹਿੰਡੋਲ, ਹੰਗਤਾ ਕਿਵੇਂ ਨਿਵਰਤ ਹੋਵੇ, ਕਹਿੰਦੇ ਪੁਨ ਆਇਓ ਹਿੰਡੋਲ। ਆਹ ਜਿਹੜਾ ਪੁਨ ਸ਼ਬਦ ਆਇਆ ਨਾ, ਇੱਥੇ ਹੀ ਤਰਕ ਕੀਤੀ ਪ੍ਰੋਫੈਸਰ ਸਾਹਿਬ ਸਿੰਘ ਨੇ, ਜਦੋਂ ਕਿ ਗੁਰਬਾਣੀ 'ਚ ਸ਼ਬਦ ਆਉਂਦਾ ਹੋਰ ਥਾਵਾਂ ਨੇ। ਪੁਨ ਆਇਓ ਹਿੰਡੋਲ, ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਿਹਨਾਂ ਗੁਰਮੁਖਾਂ ਦੇ ਹਿਰਦੇ 'ਚ ਗੁਰੂ ਉਪਦੇਸ਼ ਦੁਆਰਾ ਪੁਨ ਪਵਿੱਤਰ ਨਾਮ ਆਇਓ ਆ ਕੇ ਵੱਸ ਗਿਆ ਹੈ, ਕਹਿੰਦੇ ਪੁਨ ਬਹੁੜੋ, ਜਿਨ੍ਹਾਂ ਗੁਰਮੁਖਾਂ ਨੇ ਆਪਣੇ ਮਨ ਦੇ ਵਿੱਚ ਪਰਮੇਸ਼ੁਰ ਦੇ ਨਾਮ ਨੂੰ ਉਚਾਰਨ ਕੀਤਾ ਹੈ ਗੁਰੂ ਉਪਦੇਸ਼ ਦੀ ਪ੍ਰਾਪਤੀ ਦੁਆਰਾ, ਪੁਨ ਬਹੁੜੋ, ਜਿਨ੍ਹਾਂ ਗੁਰਮੁਖਾਂ ਦੇ ਹਿਰਦੇ 'ਚ ਗੁਰਸਿੱਖਿਆ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਦਾ ਆਇਓ ਗਿਆਨ ਆ ਗਿਆ ਹੈ ਨਾ, ਉਹਨਾਂ ਦੇ ਅੰਦਰੋਂ ਹਿੰਗ ਨਾਮ ਹੈ ਹੰਗਤਾ ਦਾ, ਡੋਲ ਡੋਲ ਗਈ ਹੈ, ਡਾਵਾਂ ਡੋਲ ਹੋ ਗਈ ਵੀ ਇਹਦੇ ਮੇਰੀ ਬਾਤ ਹੀ ਨਹੀਂ ਪੁੱਛਦਾ, ਹੁਣ ਅੰਦਰੋਂ ਨਿਕਲ ਗਈ ਹੈ। ਪੰਚ ਨਾਰ ਸੰਗ ਅਸ਼ਟ ਸੁਤ, ਪੰਚ ਨਾਰ ਸੰਗ ਅਸ਼ਟ ਸੁਤ, ਉਹਨਾਂ ਦੇ ਅਸ਼ਟ ਸਾਧ ਸੰਗਤ ਅੱਠ ਜਿਹੜੇ ਹਨ, ਜਮ ਨੇਮ ਆਸਨ ਪ੍ਰਾਣਾਯਾਮ ਪ੍ਰਤਿਹਾਰ ਪ੍ਰਤਿਹਾਰ ਤੇ ਧਾਰਨਾ, ਇਹ ਧਿਆਨ ਤੇ ਸਮਾਧੀ ਆਦਿਕ ਜਿਹੜੇ ਇਹ ਅੱਠ ਸਾਧਨ ਨੇ ਨਾ, ਇਹ ਵੀ ਸੁੱਤ ਸੁੱਤੇ ਸਿੱਧੀ ਹੋ ਗਏ ਨੇ। ਯੋਗੀ ਲੋਕ ਨਾ ਇਹ ਸਾਧਨ ਕਰਨ ਵਾਸਤੇ ਨਾ, ਜਿਹੜੇ ਅਸ਼ਟ ਅੱਠ ਸਾਧਨ ਜਿਹੜੇ ਪਿੱਛੇ ਗਏ ਨੇ, ਇਹਨਾਂ ਦੀ ਜੇ ਵਿਆਖਿਆ ਕਰਾਂਗੇ ਗਾਂਹ ਦੀ ਗਾਂਹ ਸਮਾਂ ਲੰਮਾ ਲੱਗੇਗਾ, ਪਰ ਕਹਿਣ ਤੋਂ ਭਾਵ ਹੈ ਵੀ ਇਹ ਅੱਠ ਨੇਮ ਨੇ ਯੋਗ ਦੇ ਸਾਧ ਸੰਗਤ, ਜਿਹੜਾ ਇਹ ਅੱਠ ਯੋਗ ਦੇ ਨੇਮ ਕਰਦਾ ਹੈ ਉਹਨੂੰ ਕਹਿੰਦੇ ਵੀ ਪੂਰਨ ਦਸਮ ਦੁਆਰ ਦੇ ਵਿੱਚ ਪ੍ਰਾਪਤੀ ਦੇ ਹਿਰਦੇ ਕਮਲ ਦਾ ਖੜਾਓ, ਅਤੇ ਉਹਨੂੰ ਕਹਿੰਦੇ ਆਨੰਦ ਆਉਂਦਾ ਹੈ, ਬ੍ਰਹਮਾਨੰਦ ਯੋਗਾਨੰਦ ਉਹਨੂੰ ਪ੍ਰਾਪਤ ਹੁੰਦਾ। ਪਰ ਸਾਹਿਬ ਪੰਜਵੇਂ ਪਾਤਸ਼ਾਹ ਇੱਥੇ ਕਹਿੰਦੇ ਜਿਨ੍ਹਾਂ ਦੇ ਅੰਦਰੋਂ ਹੰਗਤਾ ਡੋਲ ਗਈ ਹੈ, ਹੰਗਤਾ ਦੀ ਨਿਵਿਰਤੀ ਹੋ ਗਈ ਹੈ ਨਾ, ਅਸ਼ਟ ਸੁੱਤ ਉਹਨਾਂ ਦੇ ਸੁੱਤੇ ਸਿੱਧੀਏ ਅੱਠੇ ਜਿਹੜੇ ਨੇਮ ਨੇ ਨਾ ਯੋਗ ਵਾਲੇ ਮਨੋਂ ਹੋ ਗਏ ਨੇ ਪੰਚ ਨਾਰ ਸੰਗ। ਅਤੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਉਹਨਾਂ ਗੁਰਮੁਖ ਜਨਾਂ ਨੇ ਨਾ ਕੀ ਕੀਤਾ ਹੈ ਵੀ ਜੋ ਪਰਮੇਸ਼ੁਰ ਪੰਜ ਪੰਜਾਂ ਕੋਸ਼ਾਂ ਤੋਂ ਨਾਰ ਨਿਆਰਾ ਹੈ, ਪੰਜ ਕੋਸ਼ ਨੇ ਅੰਨਮੈ ਕੋਸ਼, ਪ੍ਰਾਣਮੈ ਕੋਸ਼, ਮਨੋਮੈ ਕੋਸ਼, ਵਿਗਿਆਨਮੈ ਕੋਸ਼, ਆਨੰਦਮੈ ਕੋਸ਼, ਇਹਦੀ ਵੀ ਵਿਆਖਿਆ ਬੜੀ ਲੰਮੀ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਉਹ ਪਰਮੇਸ਼ੁਰ ਜੋ ਪੰਜਾਂ ਕੋਸ਼ਾਂ ਤੋਂ ਨਿਆਰਾ ਹੈ, ਉਹ ਗੁਰਮੁਖ ਜਨ ਜਿਹੜੇ ਹਨ ਉਹਨਾਂ ਨੇ ਉਸ ਵਾਹਿਗੁਰੂ ਨਾਲ ਪ੍ਰੇਮ ਜਿਨ੍ਹਾਂ ਨੇ ਲਾ ਲਿਆ ਗਿਆਨ ਦੁਆਰਾ, ਉਹਨਾਂ ਦੇ ਅੱਠਈਏ ਜਿਹੜੇ ਜਮ ਨੇਮ ਸਾਧਨ ਨੇ ਯੋਗੀਆਂ ਵਾਲੇ, ਇਹ ਸੁੱਧ ਸੁਧ ਹੀ ਹੋ ਗਏ ਹਨ, ਜਾਂ ਪੰਚ ਪੰਚ ਨਾਰ ਸੰਗ ਅਸ਼ਟ ਸੁੱਤ, ਉਹਨਾਂ ਨੇ ਮਨ ਦੀਆਂ ਜੋ ਪੰਜ ਪੰਜੇ ਬਿਰਤੀਆਂ ਰੂਪੀ ਨਾਰ ਇਸਤਰੀਆਂ ਨੇ ਜੋ ਪਿੱਛੇ ਆਪਾਂ ਕਹਿ ਆਏ ਹਾਂ ਜਿਨ੍ਹਾਂ ਦੀ ਵਿਆਖਿਆ, ਉਹ ਸਾਧ ਸੰਗਤ ਜੀ ਵੱਸ ਕਰ ਲਿਆ ਹੈ ਉਹਨਾਂ ਨੂੰ, ਅਤੇ ਅਸ਼ਟ ਸੁੱਤ ਅਤੇ ਉਹਨਾਂ ਗੁਰਮੁਖ ਜਨਾਂ ਨੇ ਜੋ ਅੱਠ ਧਾਂਤਾਂ ਦਾ ਬਣਿਆ ਹੋਇਆ ਸਰੀਰ ਹੈ ਇਹਨੂੰ ਮਾਣ ਵਾਲੇ ਪਾਸਿਓਂ ਸੂਤ ਕਰ ਲਿਆ, ਭਾਵ ਹੰਕਾਰ ਨੂੰ ਨਾਸ਼ ਕਰਕੇ ਹਰੀ ਨੂੰ ਹਰ ਵੇਲੇ ਆਪਣੇ ਨਾਲ ਜਾਣਿਆ ਹੈ,
ਕਿਉਂਕਿ ਅਸਤ ਹੱਡੀਆਂ ਮਿਜ ਲਹੂ ਚਮੜੀ ਮਾਸ ਰਸ ਬੀਰਜ ਬਲ ਆਦਿਕ ਇਹ ਅੱਠ ਧਾਤਾਂ ਦਾ ਬਣਿਆ ਸਰੀਰ ਉਹਨਾਂ ਨੇ ਸੂਤਰ ਕਰ ਲਿਆ, ਹੰਕਾਰ ਤੋਂ ਰਹਿਤ ਕਰ ਲਿਆ ਹੈ ਤਾਨ ਕਲੋਲ। ਅਤੇ ਫਿਰ ਮਹਾਰਾਜ ਸਰੀਰ ਦੇ ਸੰਕਲਪ ਵਿਕਲਪ ਕਿਸ ਜੀਵ ਦੇ ਨਿਵਿਰਤ ਹੁੰਦੇ ਨੇ। ਉੱਠ ਹੈ ਤਾਨ ਕਲੋਲ, ਉਹਨਾਂ ਦੇ ਅੰਦਰੋਂ ਸਰੀਰ ਦੇ ਰੱਖਣ ਪਾਲਣ ਦੀਆਂ ਲਹਿਰਾਂ ਉੱਠ ਜਾਂਦੀਆਂ, ਨਾਸ ਹੋ ਜਾਂਦੀਆਂ ਨੇ। ਤਾਨ ਸਰੀਰ ਦੇ ਸੰਕਲਪ ਵਿਕਲਪ ਰੂਪੀ ਜਿਹੜੇ ਕਲੋਲ ਨੇ ਅੰਦਰ ਉੱਠਣੇ, ਇਹ ਉੱਠੇ ਉੱਠ ਜਾਂਦੇ ਨੇ, ਚਲੇ ਜਾਂਦੇ ਹਨ, ਨਾਸ ਹੋ ਜਾਂਦੇ ਹਨ। ਗਾਇਨ ਤਾਰ ਮਿਲਾਵ, ਜਿਹੜੇ ਪੁਰਖ ਗੁਰ ਸਿੱਖਿਆ ਵਿੱਚ ਚਿੱਤ ਦੀ ਤਾਰ ਬਿਰਤੀ ਮਿਲਾਵ ਹੀ ਮਿਲਾ ਕੇ ਵਾਹਿਗੁਰੂ ਦੇ ਜਸ ਨੂੰ ਗਾਇਨ ਗਾਉਂਦੇ ਹਨ। ਤੇ ਲੰਗੀ ਦੇਵ ਕਰੀ ਆਈ, ਮਹਾਰਾਜ ਆਪਣੇ ਆਤਮਾ ਦੀ ਪੂਜਾ ਕਿਹਨਾਂ ਨੂੰ ਕਰਨੀ ਆਈ ਹੈ? ਕਹਿੰਦੇ ਤੇ ਲੰਗੀ ਦੇਵ ਕਰੀ ਆਈ। ਗੁਰਮੁਖ ਜਨਾਂ ਜਿਹੜੇ ਗੁਰਮੁਖ ਜਨ ਜਿਹੜੇ ਨੇ ਨਾ, ਉਹਨਾਂ ਨੇ ਤੇ ਕੀ ਹੈ, ਤਿੰਨ ਗੁਣ ਰਜੋ ਤਮੋ ਸਤੋ, ਇਹਨਾਂ ਨੂੰ ਲੰਘੀ ਲੰਘ ਕੇ ਨਾ ਤਿੰਨਾਂ ਗੁਣਾਂ ਦਾ ਤਿਆਗ ਕੀਤਾ ਹੈ। ਕਹਿੰਦੇ ਵੀ ਉਹਨਾਂ ਦੀ ਆਪਣੇ ਆਤਮਾ ਦੀ ਦੇਵ ਪੂਜਾ ਕਰੀ ਕਰਨੀ ਆਈ ਹੈ, ਉਹਨਾਂ ਨੂੰ ਦੇਵ ਪ੍ਰਕਾਸ਼ ਰੂਪ ਪਰਮੇਸ਼ਰ ਦੀ ਪ੍ਰਾਪਤੀ ਹੋ ਆਈ ਹੈ। ਕਿਉਂਕਿ ਤ੍ਰੈ ਗੁਣ ਰਹਿਤ ਰਹਿ ਨਿਰਾਰੀ ਸਾਧਕ ਸਿੱਧ ਨਾ ਜਾਣੈ, ਜਿਹੜੇ ਤਿੰਨਾਂ ਗੁਣਾਂ ਦੀ ਰਹਿਤ ਤੋਂ ਰਹਿਤ ਹੁੰਦੇ ਨੇ ਉਹੀ ਉੱਤਮ ਹਨ। ਬਸੰਤੀ ਸੰਧੂਰ ਸੁਹਾਈ, ਸੰਧੂਰ ਇਹ ਪੋਲਾ ਬੋਲਣਾ, ਕਈ ਸੰਧੂਰ ਕਹਿਣਗੇ, ਉਹ ਧੱਦੇ ਨਾਲ ਹੁੰਦਾ ਹੈ। ਬਸੰਤੀ ਸੰਧੂਰ ਸੁਹਾਈ, ਜੋ ਭਾਣਾ ਹੁਕਮ ਮੰਨਣ ਦਾ ਕੀ ਲਾਭ ਹੈ? ਸਾਹਿਬ ਕਹਿੰਦੇ ਵੀ ਜੋ ਅਵਿਦਿਆ ਰੂਪੀ ਬਸੰ ਨਾਮ ਹੈ, ਤੀ ਨਾਮ ਹੈ ਇਸਤਰੀ ਦਾ, ਅਵਿਦਿਆ ਰੂਪੀ ਤੀ ਜਿਹੜੀ ਹੈ ਬਸੰ ਵਸ ਹੋ ਗਈ ਹੈ ਜਿਹੜੇ ਭਾਣਾ ਮੰਨਦੇ ਹਨ। ਅਤੇ ਜੋ ਸੁਹਾਈ ਸੋਭਨੀਕ ਮਾਇਆ ਪ੍ਰਤੀਤ ਹੋ ਰਹੀ ਸੀ ਨਾ ਪਹਿਲਾਂ, ਵੀ ਮਾਇਆ ਦੇ ਕੌਤਕ ਚੰਗੇ ਲੱਗ ਰਹੇ ਸਨ, ਉਹ ਵੀ ਕਹਿੰਦੇ ਸੰਗ ਦੂਰ, ਸੰਗ ਭਲੀ ਪ੍ਰਕਾਰ ਦੂਰ ਹੋ ਗਈ ਹੈ। ਗੁਰ ਪਰਮੇਸ਼ਰ ਦਾ ਭਾਣਾ ਮੰਨਣ ਨਾਲ ਇਹ ਲਾਭ ਪ੍ਰਾਪਤ ਹੁੰਦਾ ਹੈ। ਸਰਸ ਅਹੀਰੀ ਲੈ ਭਾਰ ਜਾ, ਸੂਰ ਦੀ ਪ੍ਰਾਪਤੀ ਕਿਵੇਂ ਹੁੰਦੀ? ਮਹਾਰਾਜ ਕਹਿੰਦੇ ਸਰਸ ਅਹੀਰੀ ਲੈ ਭਾਰ ਜਾ, ਗੁਰਮੁਖ ਜਨਾਂ ਨੇ ਸਵ ਸਹਿਤ ਰਸ ਪ੍ਰੇਮ ਦੇ ਅਹੀ ਰੀ ਰੀ ਨਾਮ ਹੈ ਇੰਦਰੀਆਂ ਦਾ, ਇੰਦਰੀਆਂ ਰੂਪੀ ਜੋ ਅਹੀ ਸਪਣੀਆਂ ਨੇ ਉਹਨਾਂ ਨੂੰ ਲੈ ਨਾਸ਼ ਕੀਤਾ ਹੈ। ਅਤੇ ਉਹ ਭਾਵ ਪ੍ਰਕਾਸ਼ ਨੂੰ ਬ੍ਰਹਮ ਨੂੰ ਪਾ ਕੇ ਰੱਜਾ ਰੱਜ ਕੇ ਤ੍ਰਿਪਤ ਹੋ ਗਏ ਹਨ। ਸੰਗ ਲਾਈ ਪਾਚੋ ਆਰਜਾ, ਹਾਂ ਪਾਂਚੋ ਇੱਥੇ ਹੈ, ਸੰਗ ਲਾਈ ਪਾਂਚੋ ਆਰਜਾ, ਗੁਰਮੁਖਾਂ ਨੇ ਆਪਣੇ ਚਿੱਤ ਦੀ ਬਿਰਤੀ ਕਿੱਥੇ ਲਾਈ ਹੈ? ਕਹਿੰਦੇ ਸੰਗ ਲਾਈ ਪਾਂਚੋ ਆਰਜਾ, ਆਰਜਾ ਕਹਿੰਦੇ ਨੇ ਸ੍ਰੇਸ਼ਟ ਨੂੰ, ਪਾਂਚੋ ਤੋਂ ਭਾਵ ਹੈ ਪਰਮੇਸ਼ਰ ਚੇਤਨ ਬ੍ਰਹਮ, ਸੰਗ ਲਾਈ ਉਹਦੇ ਨਾਲ ਗੁਰਮੁਖਾਂ ਨੇ ਬਿਰਤੀ ਜੋੜੀ ਹੈ। ਸੁਰਮਾਨੰਦ ਭਾਸ ਕਰ ਆਏ, ਪਰਮੇਸ਼ਰ ਕਿੱਥੋਂ ਪ੍ਰਾਪਤ ਹੋਇਆ ਹੈ? ਸੁਰਮਾਨੰਦ, ਸੁਰਮਾਨੰਦ ਹੁੰਦਾ ਕਾਲਾ, ਕਾਲੇ ਤੋਂ ਭਾਵ ਸਾਧ ਸੰਗਤ ਮਾਇਆ, ਮਾਇਆ ਦਾ ਆਨੰਦ ਕੀ ਹੈ? ਜੋ ਪੁੱਤਰ ਬਣਿਆ ਹੋਇਆ ਹੈ ਮਨ, ਮਾਇਆ ਦਾ ਪੁੱਤ ਬਣਿਆ ਹੈ ਨਾ। ਭਾਸ ਕਰ ਆਏ, ਉਸ ਵਿੱਚ ਵਾਹਿਗੁਰੂ ਜੀ ਆਪਣੇ ਗਿਆਨ ਦਾ ਜਦੋਂ ਭਾਸ ਪ੍ਰਕਾਸ਼ ਕਰ ਦਿੰਦੇ ਨੇ, ਤਦੋਂ ਕਹਿੰਦੇ ਕਰਕੇ ਆਏ, ਆ ਕੇ ਪ੍ਰਾਪਤ ਹੋਏ ਹਨ ਜੀਵਾਂ ਦੇ ਤਾਈ। ਚੰਦਰ ਬਿੰਬ ਮੰਗਲਨ ਮੰਗਲਨ ਸੁਹਾਏ, ਚੰਦਰ ਬਿੰਬ ਮੰਗਲਨ ਸੁਹਾਏ, ਜੋ ਦਾ ਪ੍ਰਕਾਸ਼ ਹਿਰਦੇ 'ਚ ਕਿਵੇਂ ਹੁੰਦਾ? ਤੇ ਕਹਿੰਦੇ ਵੀ ਜਿਵੇਂ ਚੰਦਰ ਚੰਦਰਮਾ ਦਾ ਬਿੰਬ ਪ੍ਰਤੀਬਿੰਬ ਆਕਾਸ਼ ਅਕਸ਼ ਜਿਹੜਾ ਹੈ ਉਹ ਘੜਿਆਂ 'ਚ ਪਾਣੀ ਹੋਵੇ ਤੇ ਉਹਨਾਂ ਦੇ ਵਿੱਚ ਆ ਕਰਕੇ ਸੁਹਾਏ ਸੁਹਾਵਦਾ ਪੈਂਦਾ ਹੈ ਨਾ, ਇਸੇ ਤਰ੍ਹਾਂ ਮੰਗਲਨ ਆਨੰਦ ਜੋਤ ਸਰੂਪ ਪਰਮੇਸ਼ਰ ਗੁਰਮੁਖਾਂ ਦੇ ਹਿਰਦਿਆਂ ਵਿੱਚ ਆ ਕੇ ਸੁਹਾਵਦੇ ਹਨ।
ਆਨੰਦ ਸਰੂਪ ਪਰਮੇਸ਼ਰ ਦੀ ਜੋਤ ਗੁਰਮੁਖਾਂ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ। ਹੱਬ ਸਮਾਣੀ ਜੋਤ ਜਿਉਂ ਜਲ ਘਟਾਊ ਚੰਦਰਮਾ, ਜਿਵੇਂ ਘਟਾਊ ਘੜਿਆਂ ਦੇ ਵਿੱਚ ਚੰਦਰਮਾ ਦਿਖਦਾ, ਐਵੇਂ ਜੋਤ ਸਮਾ ਜਾਂਦੀ ਹੈ। ਸਰਸ ਬਾਣ ਔ ਆਹੇ ਬਿਨੋਦਾ, ਪ੍ਰੇਮ ਦੇ ਤੀਰਾਂ ਦਾ ਕੀ ਫਲ ਹੈ? ਜਿਨ੍ਹਾਂ ਨੂੰ ਅਣਿਆਲੇ ਤੀਰ ਲੱਗੇ ਨੇ, ਕਹਿੰਦੇ ਸਰਸ ਬਾਣ ਔ ਆਹੇ ਬਿਨੋਦਾ, ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਦੇ ਵਿੱਚ ਸਵ ਸਹਿਤ ਰਸ ਪ੍ਰੇਮ ਰੂਪੀ ਬਾਣ ਤੀਰ ਆ ਕੇ ਵੱਜੇ ਨੇ, ਅਤੇ ਉਹ ਪੁਨਾ ਉਹਨਾਂ ਨੂੰ ਮਹਾਰਾਜ ਸਾਹਿਬ ਕਹਿੰਦੇ ਬਨੋਦਾ ਕੀ ਹੁੰਦਾ ਆਨੰਦ, ਆਤਮਕ ਆਨੰਦ ਪ੍ਰਾਪਤ ਆ ਕੇ ਆਹੇ ਹੋਇਆ ਹੈ ਮਿਲਿਆ ਹੈ। ਗਾਵ ਹੈ ਸਰਸ ਬਸੰਤ ਕਮੋਦਾ, ਪ੍ਰੇਮ ਨਾਲ ਵਾਹਿਗੁਰੂ ਦੇ ਜਸ ਦਾ ਕਰਨਾ, ਗੁਣਾਂ ਨੂੰ ਗਾਉਣਾ ਕੀ ਲਾਭ ਹੈ? ਕਹਿੰਦੇ ਗਾਵ ਹੈ ਸਰਸ ਬਸੰਤ ਕਮੋਦਾ, ਜੋ ਸਹਿਤ ਰਸ ਪ੍ਰੇਮ ਨਾਲ ਵਾਹਿਗੁਰੂ ਦੇ ਜਸ ਨੂੰ ਗਾਵਹਿ ਗਾਉਂਦੇ ਹਨ, ਉਹਨਾਂ ਦਾ ਹਿਰਦਾ ਜੋ ਹੈ ਨਾ, ਉਹ ਕਵੀਆਂ ਹੁੰਦੀਆਂ, ਕਮੋਦਾ ਹੁੰਦਾ ਸਾਧ ਸੰਗਤ ਕਵੀਆਂ, ਇਹ ਜੋ ਕਵੀਆਂ ਹਨ, ਇਹ ਕਵੀਆਂ ਦੇ ਫੁੱਲਾਂ ਦੀ ਨਿਆਈ ਗੁਰੂ ਰੂਪੀ ਚੰਦਰਮਾ ਨੂੰ ਵੇਖ ਕੇ ਬਸੰਤ ਖਿੜ ਜਾਂਦੀਆਂ, ਆਨੰਦ ਦੇ ਸਹਿਤ ਹੋ ਗਈਆਂ ਹਨ, ਭਾਵ ਉਹਨਾਂ ਦਾ ਹਿਰਦਾ ਖੇਡ ਆਉਂਦਾ ਹੈ, ਜਿਵੇਂ ਕਵੀਆਂ ਚੰਦਰਮਾ ਨੂੰ ਵੇਖ ਕੇ ਖਿੜਦੀਆਂ ਨੇ, ਫੁੱਲ ਨੇ ਇੱਕ ਚੰਦਰਮਾ ਚੜ੍ਹੇ ਤੋਂ ਖਿੜਦੇ ਨੇ, ਇਵੇਂ ਉਹਨਾਂ ਗੁਰਮੁਖਾਂ ਦਾ ਹਿਰਦਾ ਖੇਡ ਆਇਆ ਹੈ। ਅਸ਼ਟ ਪੁੱਤਰ ਮੈਂ ਕਹੇ ਸਵਾਰੀ, ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਵੈਰਾਗ ਵੇਗ ਸਾਧਨਾ ਬਾਰੇ ਮਹਾਰਾਜ ਦੱਸੋ, ਤਾਂ ਕਹਿੰਦੇ ਅਸ਼ਟ ਪੁੱਤਰ ਮੈਂ ਕਹੇ ਸਵਾਰੀ, ਵੀ ਇਹ ਜਿਹੜੇ ਅੱਠ ਵੈਰਾਗ ਵੇਗ ਆਦਿਕ ਅੱਠ ਸਾਧ ਸੰਗਤ ਖੱਟ ਸੰਪਤੀ ਮੋਖ ਇੱਛਾ ਸ਼੍ਰਵਣ ਮੰਨਣ ਦੇ ਆਸਣ ਤੇ ਤਤਵੰਗ ਦਾ ਸੰਸ਼ੋਧਨ ਆਦਿਕ ਅੱਠ ਸਾਧਨ ਨੇ, ਇਹਨਾਂ ਸਾਧਨਾ ਦੇ ਕਰਨ ਵਾਲੇ ਜਿਹੜੇ ਸੰਤ ਜਨ ਹਨ, ਉਹ ਮੈਂ ਮੇਰੇ ਪੁੱਤਰ ਦਾ ਅਰਥ ਇੱਥੇ ਪਵਿੱਤਰ ਸ਼ੁੱਧ ਸਰੂਪ ਦੇ ਗੁਣਾਂ ਨੂੰ ਸਵਾਰੀ ਸਵਾਰ ਸਵਾਰ ਕੇ ਕਹੇ ਕਥਨ ਕਰਦੇ ਗਾਉਂਦੇ ਹਨ। ਹੁਣ ਇਹ ਅੱਠ ਸਾਧਨਾ ਦੀ ਵਿਆਖਿਆ ਜਿਹੜੀ ਹੈ, ਇਹ ਵੀ ਬਹੁਤ ਲੰਮੀ ਹੈ। ਵੈਰਾਗ ਵਿਵੇਕ ਆਦਿਕ ਇਹਦੇ ਵਿੱਚ ਅਵਸਥਾਵਾਂ ਹੀ ਨੇ, ਵੈਰਾਗ ਤੋਂ ਅੱਗੇ ਅੱਗੇ ਜਾਂਦੇ ਹਾਂ ਵਾਹਿਗੁਰੂ ਵਿੱਚ ਜਿਹੜਾ ਇੱਕੋ ਹੀ ਰੂਪ ਹੋ ਜਾਣਾ ਹੈ, ਇਹ ਸਾਧ ਸੰਗਤ ਅੱਠ ਸਾਧਨ ਹਨ। ਕਿਤੇ ਫਿਰ ਸਮਾਂ ਮਿਲੇਗਾ, ਉਹ ਵੀ ਵਿਆਖਿਆ ਜਿਹੜੇ ਔਖੇ ਸ਼ਬਦਾਂ ਦੀ ਹੈ ਉਹਦੀ ਵਿਆਖਿਆ ਵੱਖਰੀ ਕਰ ਲਾਂਗੇ। ਸੋ ਇੱਥੇ ਇਹ ਭਾਵ ਸਮਝ ਲੈਣਾ ਵੀ ਅਸ਼ਟ ਜਿਹੜੇ ਅੱਠ ਸਾਧਨ ਹਨ, ਇਹ ਅੱਠ ਸਾਧਨਾਂ ਨੂੰ ਕਰਨ ਵਾਲੇ ਜਿਹੜੇ ਸੰਤ ਜਨ ਨੇ, ਮਹਾਰਾਜ ਕਹਿੰਦੇ ਜੋ ਮੈਂ ਮੇਰੇ ਪੁੱਤਰ ਨਾਮ ਹੈ ਪਵਿੱਤਰ ਸ਼ੁੱਧ ਸਰੂਪ ਪਰਮੇਸ਼ਰ ਜੋ ਹੈ ਮੇਰਾ ਪਾਤਸ਼ਾਹ, ਉਹਦੇ ਗੁਣਾਂ ਨੂੰ ਸਵਾਰੀ ਸਵਾਰ ਸਵਾਰ ਕੇ ਕਹਿੰਦੇ ਹਨ। ਉਹਨੇ ਆਈ ਦੀਪਕ ਕੀ ਵਾਰੀ, ਇਹ ਮਨੁੱਖਾ ਦੇ ਦੀ ਵਾਰੀ ਕਾਹਦੇ ਲਈ ਮਿਲੀ ਹੈ? ਕਹਿੰਦੇ ਪੌਣ ਆਈ ਦੀਪਕ ਕੀ ਵਾਰੀ, ਵੀ 84 ਦੇ ਪੌਣ ਫੇਰ ਗੇੜੇ ਦੇ ਵਿੱਚ ਵਿਚਰਦੇ ਹੋਏ ਨੂੰ ਹੁਣ ਦੀਪਕ ਪ੍ਰਕਾਸ਼ ਰੂਪ ਵਾਹਿਗੁਰੂ ਜੋ ਹੈ ਉਹਦੇ ਨਾਲ ਮਿਲਣ ਦੀ ਮਨੁੱਖਾ ਦੇਹੀ ਦੀ ਵਾਰੀ ਆ ਕੇ ਪ੍ਰਾਪਤ ਹੋਈ ਹੈ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਛੇਲੀ ਪੱਟ ਮੰਜਰੀ, ਪੱਟ ਮੰਜਰੀ, ਕਛੇਲੀ ਪੱਟ ਮੰਜਰੀ, ਕਬੁੱਧੀ ਕਿੰਨਾ ਦੀ ਮਹਾਰਾਜ, ਕਬੁੱਧੀ ਜੋ ਭੈੜੀ ਮਾਤਾ ਦੀ ਨਿਵਿਰਤੀ ਕਿੱਦਾਂ ਹੁੰਦੀ ਹੈ? ਕਹਿੰਦੇ ਵੀ ਕਛੇਲੀ ਪੱਟ ਮੰਜਰੀ, ਜੋ ਕ ਨਾਮ ਹੈ ਕਰੂਪ, ਛੇਲੀ ਨਾਮ ਹੈ ਛਲ ਵਾਲੀ ਕਬੁੱਧੀ ਹੈ, ਇਹ ਪੱਟ ਮੰਜਰੀ ਤੋਂ ਭਾਵ ਜੋ ਪੱਟ ਅਤੇ ਮਾਂ ਅਤੇ ਜਰੀ ਤਿੰਨ ਅਰਥ ਨੇ, ਇਹਦੇ ਅੱਖਰ ਤਿੰਨ ਹਿੱਸੇ ਕਰਦੇ ਨੇ, ਵੀ ਹਿਰਦੇ ਦੇ ਮਾਂ ਵਿੱਚ ਜਰੀ ਸੜੀ ਹੋਈ ਸੀ, ਹਰ ਵੇਲੇ ਗਲਤ ਪਾਸੇ ਲਾਉਂਦੀ ਸੀ, ਜੋ ਇਹ ਬੁੱਧ ਉਹ ਗੁਰਮੁਖ ਜਨਾਂ ਨੇ ਆਪਣੇ ਅੰਦਰੋਂ ਪੱਟ ਪੱਟ ਦਿੱਤੀ, ਦੂਰ ਕਰ ਦਿੱਤੀ ਹੈ। ਟੋਡੀ ਕਹੀ ਅਲਾਪ, ਅਤੇ ਟੋਡੀ ਕਹਿੰਦੇ ਨੇ ਦੇਸੀ ਨੂੰ, ਜਿਹੜੇ ਦੇਸ਼ ਦੇ ਆਪਾਂ ਵਾਸੀ, ਭਾਵ ਕਿ ਵਾਹਿਗੁਰੂ ਜੋ ਸਾਖੀ ਚੇਤਨ ਹੈ,
ਜੋ ਉਹ ਸਾਹੀ ਚੇਤਨ ਹੈ, ਟੋਡੀ ਕਹੀ ਅਲਾਪ, ਉਹਦੇ ਗੁਣਾਂ ਨੂੰ ਅਲਾਪ ਗਾਉਂਦੇ ਹਨ ਉੱਚੀ ਉੱਚੀ ਗੁਰਮੁਖ ਜਨ। ਕਾ ਮੋਦੀ ਆਉ ਗੁਜਰੀ, ਸ੍ਰੇਸ਼ਟ ਬੁੱਧੀ ਦਾ ਪ੍ਰਕਾਸ਼ ਕਿਵੇਂ ਹੁੰਦਾ? ਕਹਿੰਦੇ ਕਾ ਮੋਦੀ ਆਉ ਗੁਜਰੀ, ਜੋ ਕਾਮ ਉਹਦੀ ਉਦੇ ਕਰਨ ਵਾਲੀ ਖੋਟੀ ਬੁੱਧ ਹੈ, ਉਹ ਪੁਨਾ ਜਦੋਂ ਗੁਜਰੀ ਗੁਜਰ ਗਈ, ਭਾਵ ਕਿ ਵਕਾਰਾਂ ਦੇ ਖਿੱਚਣ ਵਾਲੀ ਮਤ ਜਦੋਂ ਲੰਘ ਗਈ ਸੰਗ ਦੀਪਕ ਕੇ ਥਾ, ਤਦੋਂ ਸ੍ਰੇਸ਼ਟ ਬੁੱਧੀ ਦਾ ਪ੍ਰਕਾਸ਼ ਹੁੰਦਾ ਹੈ। ਤੇ ਫੇਰ ਕਹਿੰਦੇ ਸੰਗ ਦੀਪਕ ਕੇ ਥਾਪ, ਜੋ ਸ੍ਰੇਸ਼ਟ ਬੁੱਧ ਹੈ ਨਾ, ਉਹਦੇ ਪ੍ਰਕਾਸ਼ ਹੋਣ ਦੇ ਨਾਲ, ਅੰਦਰ ਗਿਆਨ ਹੋਣ ਦੇ ਨਾਲ, ਜੋ ਸਬੁੱਧੀ ਪ੍ਰਕਾਸ਼ ਨੂੰ ਵਾਹਿਗੁਰੂ ਨਾਲ ਅਸਥਿਤ ਹੋ ਗਈ ਹੈ, ਉਹਨਾਂ ਦੇ ਅੰਦਰੋਂ ਕਾਮ ਆਦਿਕ ਦੀ ਵਾਸ਼ਨਾ ਗੁਜ਼ਰ ਗਈ ਹੈ। ਕਾਲੰਕਾ ਕੁੰਤਲ ਔਰ ਰਾਮਾ, ਬੁੱਧ ਜੋ ਪਾਪ ਕਿਵੇਂ ਨਾਸ਼ ਹੁੰਦੇ ਨੇ? ਮਹਾਰਾਜ ਕਹਿੰਦੇ ਕਾਲੰਕਾ ਕੁੰਤਲ ਔਰ ਰਾਮਾ, ਜੋ ਕੁੰਤਲ ਕਾਲੇ ਪਾਪ ਕਰਮਾਂ ਦੇ ਅਗਿਆਨ ਕਰਕੇ ਕਾਲੰਕਾ ਕਲੰਕ ਸਨ ਲੱਗੇ ਹੋਏ, ਉਹ ਪੁਨਾ ਕਹਿੰਦੇ ਉਹ ਗੁਰੂ ਦੀ ਕਿਰਪਾ ਨਾਲ ਰਾਮਾ ਰਾਮ ਗਏ, ਸਾਰੇ ਚਲੇ ਗਏ ਹਨ। ਕਮਲ ਕੁਸਮ ਚੰਪਕ ਕੇ ਨਾਮਾ, ਗੁਰਮੁਖਾਂ ਦਾ ਚਿੱਤ ਕਿਵੇਂ ਉੱਜਲ ਹੋਇਆ? ਕਹਿੰਦੇ ਕਮਲ ਕੁਸਮ ਚੰਪਕ ਕੇ ਨਾਮਾ, ਗੁਰਮੁਖ ਜਨ ਵਾਹਿਗੁਰੂ ਦੇ ਨਾਮਾ ਨਾਮ ਦਾ ਅਭਿਆਸ ਕਰਦੇ ਨੇ, ਤੇ ਕਮਲ ਕੁਸਮ ਕਮਲ ਦੇ ਫੁੱਲ ਵਾਂਗੂ ਸਦਾ ਹੀ ਨਿਰਲੇਪ ਅਤੇ ਚੰਪਕ ਚੰਬੇ ਦੇ ਫੁੱਲਾਂ ਵਾਂਗੂ ਸਦਾ ਉੱਜਲ ਰਹਿੰਦੇ ਹਨ ਸੰਸਾਰ ਵਿੱਚ। ਗੌਰਾ ਔ ਕਾਨ ਰਾ ਕਲਿਆਨਾ, ਗੌਰਾ ਔ ਕਾਨ ਰਾ ਕਲਿਆਨਾ, ਚਿੱਤ ਦੀ ਗੁਰਮੁਖ ਜਿਹੜੇ ਨੇ ਉਹਨਾਂ ਦੇ ਵਿੱਚ ਚਿੱਤ ਵਿੱਚ ਕਿਹੜੀ ਵਸਤੂ ਪੱਕੀ ਮਹਾਰਾਜ ਸਾਹਿਬ ਜੀ ਗੱਡੀ ਗਈ ਤੇ ਉਹਨਾਂ ਨੂੰ ਵੱਡਾ ਕੀ ਲੱਗਦਾ? ਕਹਿੰਦੇ ਗੁਰਮੁਖਾਂ ਦੇ ਚਿੱਤ ਦੇ ਵਿੱਚ ਗੌਰਾ, ਜੋ ਪਰਮੇਸ਼ੁਰ ਦਾ ਨਾਮ ਹੈ ਨਾ, ਨਾਮ ਦੀ ਗੌਰਾ ਗੌਰਵਤਾ ਵਡਿਆਈ ਹੈ, ਨਾਮ ਹੀ ਸਭ ਤੋਂ ਚੰਗਾ ਲੱਗਦਾ ਹੈ। ਉਹ ਅਤੇ ਫਿਰ ਕਾਨਰਾ ਕਲਿਆਨਾ, ਉਹ ਜਿਹੜੇ ਗੁਰਮੁਖ ਨੇ ਨਾਮ ਕਰਕੇ ਹੀ ਨਾ, ਕਾ ਨਾਮ ਹੈ ਸੁੱਖ ਦਾ, ਤੇ ਸੁੱਖ ਤੇ ਨਰਾ ਨਾਮ ਹੈ ਨਿਯੰਤਾ ਪ੍ਰੇਰਕ ਭਾਵ ਪਰਮੇਸ਼ੁਰ, ਜੋ ਸੁੱਖ ਸਰੂਪ ਪਰਮੇਸ਼ੁਰ ਹੈ ਉਹਨੂੰ ਕਲਿਆਣਾ ਕਲਿਆਣ ਸਰੂਪ ਨੂੰ ਪਾ ਕੇ ਮੁਕਤ ਹੋ ਗਏ ਹਨ। ਅਸ਼ਟ ਪੁੱਤਰ ਦੀਪਕ ਕੇ ਜਾਨਾ, ਨਾਮੀ ਪਰਮੇਸ਼ਰ ਕਿਸ ਮੁੱਲ ਕਰਕੇ ਪਾਈ ਦਾ? ਕਹਿੰਦੇ ਅਸ਼ਟ ਪੁੱਤਰ ਦੀਪਕ ਕੇ ਜਾਨਾ, ਉਹ ਨਾਮੀ ਪ੍ਰਭੂ ਕਿਸੇ ਸਾਧਨਾ ਦੀ ਜੋ ਪੁੱਤਰ ਪਵਿੱਤਰ ਦਾ ਦੇ ਅਸ਼ਟ ਦਾ ਕਹਿੰਦੇ ਨੇ ਅ ਸੱਟ, ਸੱਟ ਹੁੰਦਾ ਵੀ ਵੱਟੇ ਸੱਟੇ ਅ ਨਹੀਂ ਮਿਲਦਾ, ਜਿਵੇਂ ਕੋਈ ਚੀਜ਼ ਦੇ ਕੇ ਪੈਸੇ ਦੇ ਕੇ ਸੌਦਾ ਲੈ ਲਓ, ਕਣਕ ਦੇ ਕੇ ਮਕਈ ਵਟਾ ਲੈਂਦੇ ਸਨ, ਜਿਵੇਂ ਕਹਿੰਦੇ ਵੀ ਇਸ ਤਰ੍ਹਾਂ ਉਹ ਕਿਸੇ ਵੀ ਸੱਟੇ ਕਰਕੇ, ਕਿਸੇ ਵੀ ਪੋਤ ਪੁੱਤਰ ਪਵਿੱਤਰਤਾ ਕਰਕੇ, ਸਾਧਨਾ ਕਰਕੇ ਉਹ ਮਾਲਕ ਨਹੀਂ ਮਿਲਦਾ। ਦੀਪਕ ਕੇ ਜਾਨਾ, ਉਹ ਕੇਵਲ ਵਾਹਿਗੁਰੂ ਦੇ ਨਾਮ ਦੇ ਪ੍ਰਕਾਸ਼ ਗਿਆਨ ਕਰਕੇ ਹੀ ਜਾਨਾ ਜਾਣੀਦਾ ਹੈ। ਪੁੱਤਰ ਦਾ ਅਰਥ ਇੱਥੇ ਸਾਧਨਾ ਦੀ ਪਵਿੱਤਰਤਾ ਜਾਣ ਲੈਣਾ। ਸਭ ਮਿਲ ਸ੍ਰੀ ਰਾਗ ਵੈ ਗਾਵ ਹੈ, ਸਾਰੇ ਹੀ ਮਿਲ ਕੇ ਮਹਾਰਾਜ ਸਾਹਿਬ ਕਹਿੰਦੇ ਭਗਤ ਜਨ ਵੈ ਉਸ ਪਰਮੇਸ਼ਰ ਦੇ ਜਸ ਨੂੰ, ਜੋ ਸ੍ਰੀ ਰਾਗ ਸ੍ਰੀ ਸ਼੍ਰੋਮਣੀ ਹੈ ਸ੍ਰੇਸ਼ਟ ਰਾਗ ਪ੍ਰੇਮ ਕਰਕੇ ਗਾਉਂਦੇ ਹਨ। ਪੰਚੋ ਸੰਗ ਬਰੰਗਣ ਲਾਵ ਹੈ, ਪੰਚੋ ਸੰਗ ਬਰੰਗਣ ਲਾਵ ਹੈ, ਤੇ ਬਾਹਰ ਸ੍ਰੇਸ਼ਟ ਸੰਤ ਜਨ ਜਿਹੜੇ ਹਨ ਉਹ ਸੰਗਤ ਦੇ ਨਾਲ ਮਿਲ ਕੇ ਅੰਗਨ ਹਿਰਦੇ ਨੂੰ ਲਾ ਕੇ
ਉਹ ਪੰਚੋ ਚੇਤਨ ਸਰੂਪ ਹਰੀ ਨੂੰ ਜੋ ਮਿਲਣਾ ਕਰੀਦਾ ਹੈ, ਜਦੋਂ ਸੰਗਤਾਂ ਦੇ ਨਾਲ ਆਪਣਾ ਅੰਗ ਹਿਰਦਾ ਲਾਈਦਾ ਏ, ਭਾਵ ਸੰਗਤ 'ਚ ਹਿਰਦਾ ਜੋੜਨੇ ਕਰਕੇ ਪਰਮੇਸ਼ਰ ਮਿਲਦਾ ਹੈ। ਬੈਰਾਰੀ ਕਰਨਾਟੀ ਧਰੀ, ਪੂਰਨ ਫਲ ਦੀ ਗੱਲ ਦੱਸਦੇ ਨੇ। ਬੈਰਾਰੀ ਕਰਨਾਟੀ ਧਰੀ, ਜਿਨ੍ਹਾਂ ਨੇ ਬੈਰ ਦੀ ਜੋ ਅਰੀ ਦੁਸ਼ਮਣ ਭਾਵ ਗਰੀਬੀ ਨਿਮਰਤਾ ਧਾਰਨ ਕਰ ਲਈ ਹੈ ਨਾ, ਜਿਨ੍ਹਾਂ ਦੇ ਉੱਤੇ ਗੁਰਾਂ ਨੇ ਕਰਨਾਟੀ ਧਰੀ ਕਰਨ ਅਟੀ ਪੂਰੀ ਕਰਨ ਕਿਰਪਾ ਦ੍ਰਿਸ਼ਟੀ ਧਾਰਨ ਕੀਤੀ, ਉਹਨਾਂ ਨੂੰ ਬ੍ਰਹਮ ਗਿਆਨ ਪ੍ਰਾਪਤ ਹੋਇਆ ਏ। ਗਵਰੀ ਗਾਵ ਹੈ ਆਸਾਵਰੀ, ਆਸਾਵਰੀ ਕਹਿਣਾ ਇਹਨੂੰ, ਗਵਰੀ ਗਾਵ ਹੈ ਆਸਾਵਰੀ, ਆਸਾਵਰੀ ਪਾਠਨੀ ਸਾਧ ਸੰਗਤ ਕਰਨਾ ਆਸਾਵਰੀ, ਗਵਰੀ ਗਾਵ ਹੈ ਆਸਾਵਰੀ। ਮਹਾਰਾਜ ਕਹਿੰਦੇ ਵੀ ਜਿਨ੍ਹਾਂ ਦੀ ਬੁੱਧੀ ਜੋ ਗਵਰੀ ਗੰਭੀਰਤਾ ਦੇ ਸਹਿਤ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੀ ਹੈ, ਜਿਨ੍ਹਾਂ ਨੇ ਪਦਾਰਥਾਂ ਦੀ ਜੋ ਆਸਾ ਵਰੀ ਵਰਜ ਦਿੱਤੀ ਹੈ, ਉਹਨਾਂ ਦਾ ਜਸ ਹੁੰਦਾ ਜਗਤ ਵਿੱਚ। ਤਿਹ ਪਾਤਸ਼ਾਹ ਸਿੰਧਵੀ ਅਲਾਪੀ, ਤ੍ਰਿਸ਼ਨਾ ਕਿਨ੍ਹਾਂ ਦੀ ਹੱਡੀ ਹੈ, ਕਹਿੰਦੇ ਤਿਹ ਪਾਤਸ਼ਾਹ ਸਿੰਧਵੀ ਅਲਾਪੀ, ਸਿੰਧਵੀ ਸਿੰਧ ਵੀ ਸਿੰਧ ਸਮੁੰਦਰ ਦੀ ਨਿਆਈ ਜੋ ਪਰਮੇਸ਼ਰ ਬੇਅਥਾ ਹੈ, ਵੱਡਾ ਹੈ, ਇਸ ਤਰ੍ਹਾਂ ਜਾਣ ਕੇ ਜਿਹੜੇ ਉਹਦੇ ਜਸ ਨੂੰ ਅਲਾਪੀ ਅਲਾਪਦੇ ਨੇ, ਉਹਨਾਂ ਦੀ ਤ੍ਰਿਸ਼ਨਾ ਤਿਹ ਪਾਤਸ਼ਾਹ ਉਹਨਾਂ ਦੇ ਮਗਰੋਂ ਹਟ ਗਈ ਹੈ, ਤ੍ਰਿਸ਼ਨਾ ਮਿਟ ਗਈ ਹੈ। ਸ੍ਰੀ ਰਾਗ ਸਿਉ ਪੰਚੋ ਥਾਪੀ, ਜੋ ਸ੍ਰੀ ਸ਼੍ਰੋਮਣੀ ਪਰਮੇਸ਼ਰ ਦੇ ਨਾਲ ਰਾਗ ਪ੍ਰੇਮ ਕਰਕੇ ਹੀ ਪੰਚੋ ਥਾਪੀ, ਪੰਜੇ ਕਲੇਸ਼ਾਂ ਵੱਲੋਂ ਚਿੱਤ ਦੀ ਬਿਰਤੀ ਨੂੰ ਰੋਕਣਾ ਕਰੀਦਾ ਹੈ। ਸਾਲੂ ਸਾਰਗ ਸਾਗਰਾ, ਸਾਲੂ ਸਾਲੂ ਸਾਰਗ ਸਾਗਰਾ, ਸਤਿਗੁਰੂ ਮਹਾਰਾਜ ਕਹਿੰਦੇ ਸਾਲੂ ਸਾਰਗ ਸਾਗਰਾ, ਪਰਮੇਸ਼ਰ ਸਾਲੂ ਜੋ ਘਰ ਰੂਪ ਹੈ, ਸਾਰਿਆਂ ਦਾ ਘਰ ਦਾ ਆਸਰਾ ਰੂਪ ਹੈ ਸਰੀਰਾਂ ਦਾ, ਸਾਰਗ ਸਾਗਰਾ, ਸਾਰ ਸ੍ਰੇਸ਼ਟਾ ਦਾ ਜੋ ਗਾ ਗਿਆਤਾ ਹੈ, ਸਾਰ ਸ੍ਰੇਸ਼ਟਾਈ ਦੇ ਦੇਣ ਵਾਲਾ ਅਤੇ ਗਾ ਗਿਆਨ ਸਰੂਪ ਹੈ, ਉਹ ਸਾਗਰਾ ਸਮੁੰਦਰ ਦੀ ਨਿਆਈ ਅਗੰਮ ਹੈ, ਡੂੰਘਾ ਏ, ਉਸਨੂੰ ਗੁਰਮੁਖ ਜਨ ਸਮੁੰਦਰ ਦੀ ਨਿਆਈ ਡੂੰਘਾ ਜਾਣ ਕੇ ਹਿਰਦੇ ਚ ਵਿਚਾਰਦੇ ਹਨ। ਅਸ਼ਟ ਪੁੱਤਰ ਸ੍ਰੀ ਰਾਗ ਕੇ, ਅਸ਼ਟ ਪੁੱਤਰ ਸ੍ਰੀ ਰਾਗ ਕੇ, ਜੋ ਯੋਗ ਦੇ ਅਸ਼ਟ ਅੱਠ ਅੰਗ ਜੋ ਸ੍ਰੀ ਸ਼੍ਰੋਮਣੀ ਪਰਮੇਸ਼ਰ ਦੇ ਰਾਗ ਪ੍ਰੇਮੀ ਹਨ, ਜੋ ਪੁੱਤਰ ਪਵਿੱਤਰ ਹੋਏ ਨੇ ਸਾਰੇ, ਕਹਿੰਦੇ ਅਸ਼ਟ ਪੁੱਤਰ ਸ੍ਰੀ ਰਾਗ ਕੇ, ਜੋ ਯੋਗ ਦੇ ਅੱਠ ਅੰਗ ਸ੍ਰੀ ਸ਼੍ਰੋਮਣੀ ਪਰਮੇਸ਼ਰ ਦੇ ਪ੍ਰੇਮੀ ਨੇ, ਉਹ ਉਹਨਾਂ ਦੇ ਪੁੱਤਰ ਪਵਿੱਤਰ ਹੋਏ ਹਨ। ਅਸ਼ਟ ਪੁੱਤਰ ਗੁੰਡ, ਗੁੰਡ ਕੁੰਭ ਹਮੀਰ, ਪੂਰਵਲੇ ਨਿਸ਼ਕਾਮ ਕਰਮਾਂ ਦਾ ਸਦਕਾ ਗੁੰਡ ਨਾਮ ਮਿਲੇ ਹੋਏ ਇਸ ਕੁੰਭ ਸਰੀਰ ਨੂੰ, ਕਹਿੰਦੇ ਹਮੀਰ ਮਨੁੱਖਾ ਜਨਮ ਨੂੰ ਪਾ ਕੇ ਅਗਿਆਨ ਰੂਪੀ ਸ਼ਤਰੂ ਨੂੰ ਜਿੱਤ ਲੈਂਦੇ, ਉਹੀ ਹਮੀਰ ਅਸਲੀ ਸੂਰਮੇ ਹਨ। ਅਸ਼ਟਮ ਮੇਘ ਰਾਗ ਵਹਿ ਗਾਵ ਹੈ, ਪੰਜਵੇਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਿਉਂਕਿ ਪੁੱਛਿਆ ਮਹਾਰਾਜ ਉਸ ਵਾਹਿਗੁਰੂ ਦੇ ਜਸ ਨੂੰ ਹੋਰ ਕੌਣ ਕੌਣ ਗਾਉਂਦੇ ਨੇ, ਕਹਿੰਦੇ ਖਸ਼ਟਮ ਮੇਘ ਰਾਗ ਵਹਿ ਗਾਵੈ, ਜੋ ਗੁਰੂ ਰੂਪੀ ਮੇਘ ਬੱਦਲ ਹੈ ਵੈ ਉਸਨੂੰ ਗੁਰਸਿੱਖ ਰਾਗ ਪ੍ਰੇਮ ਦੇ ਸਹਿਤ, ਖਸ਼ਟਮ ਛੇ ਪੰਜੇ ਗਿਆਨ ਇੰਦਰੀਏ ਛੇਵੇਂ ਮਨ ਨੂੰ ਇਕਾਗਰ ਕਰਕੇ ਗਾਉਂਦੇ ਹਨ, ਜਾਂ ਛੇ ਜਤੀ ਵੀ ਉਸ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਹਨ। ਪੰਚੋ ਸੰਗ ਬਰੰਗਣ ਲਾਭ ਹੈ, ਪੰਚੋ ਸੰਗ ਬਰੰਗਣ ਲਾਭ ਹੈ, ਤੇ ਪੰਜੋ ਪੰਜ ਤੱਤ ਜਿਹੜੇ ਹਨ, ਇਹਨਾਂ ਦੇ ਵਿੱਚੋਂ ਉਪਜਿਆ ਜਿਹੜਾ ਮਨ ਹੈ, ਇਹ ਜਿਹੜਾ ਮਨ ਵੀ ਉਸ ਸਤ ਸੰਗਤ ਦੇ ਨਾਲ ਮਿਲ ਕੇ ਬਾਰ ਅੰਗਨ ਬਾਰ ਸ੍ਰੇਸ਼ਟਾਈ ਨੂੰ ਆਪਣੇ ਅੰਗਨ ਦੇ ਵਿੱਚ ਲਾਵੇ ਲਿਆਉਣਾ ਕਰਦਾ, ਭਾਵ ਸ੍ਰੇਸ਼ਟਾਈ ਚੰਗੇ ਗੁਣ ਹਿਰਦੇ ਚ ਆਉਂਦੇ ਹਨ। ਸੋਰਠ ਗੋਡ ਮਲਾਰੀ ਧੁਨੀ, ਸੋਰਠ ਗੋਡ ਮਲਾਰੀ ਧੁਨੀ, ਸੋਰਠ ਤੋਂ ਭਾਵ ਬੁੱਧੀ ਹੈ,
ਗੁਰਮੁਖ ਜਨ ਜਿਹੜੇ ਹਨ ਉਹਨਾਂ ਨੇ ਸੋਰਸ ਬੁੱਧੀ ਨੂੰ ਗੁਰ ਉਪਦੇਸ਼ ਦੀ ਗੋੜ ਵਿਚਾਰ ਵਿੱਚ ਲਾ ਕਰਕੇ ਮਲਾਰੀ ਧੁਨੀ, ਮਲਾਰੀ ਆਨੰਦ ਦੇ ਸਹਿਤ ਇੱਕ ਰਸ ਨਾਮ ਦੀ ਧੁਨੀ ਉਚਾਰਦੇ ਹਨ। ਪੁਨ ਗਾਵ ਹੈ ਆਸਾ ਗੁਣ ਗੁਣੀ, ਤੇ ਫਿਰ ਪੁਨ ਗਾਵ ਹੈ ਆਸਾ ਗੁਣ ਗੁਣੀ। ਜੋ ਗੁਣੀ ਗਿਆਨਵਾਨ ਪੁਰਖ ਨੇ ਉਹ ਪੁਨਾ ਪੁਨਾ ਵਾਰ ਵਾਰ ਆਸਾ ਰੂਪ ਜਗਤ ਨੂੰ ਗੁਣ ਵਿਚਾਰ ਕੇ ਗਿਆਨ ਸਰੂਪ ਦੇ ਗੁਣਾਂ ਨੂੰ ਗਾਉਂਦੇ ਹਨ। ਉੱਚੈ ਸੁਰ ਸੂਹੋ ਪੁਨ ਕੀਨੀ, ਫਿਰ ਉੱਚੈ ਸੁਰ ਉੱਚੈ ਉੱਚੇ ਸ੍ਰੇਸ਼ਟ ਪਰਮੇਸ਼ਰ ਦੀ ਜੋ ਸੂਹੋ ਮਹਿਮਾ ਹੈ, ਕਹਿੰਦੇ ਉਹ ਸੁਰ ਦੇਵੀ ਦੇਵਤਿਆਂ ਨੇ ਵੀ ਪੁੰਨ ਵਾਰ ਵਾਰ ਕੀਨੀ ਕਰਨਾ ਕੀਤੀ, ਦੇਵੀ ਦੇਵਤੇ ਵੀ ਵਾਹਿਗੁਰੂ ਦੇ ਗੁਣ ਨੂੰ ਗਾਉਂਦੇ ਹਨ। ਮੇਘ ਰਾਗਸਿਓ ਪਾਚੋ ਚੀਨੀ, ਪਾਂਚੋ ਮੇਘ ਰਾਗਸਿਓ ਪਾਂਚੋ ਚੀਨੀ, ਰਾਗ ਨਾਮ ਹੈ ਪ੍ਰੇਮ ਦਾ, ਮੇਘ ਨਾਮ ਹੈ ਬੱਦਲ ਦਾ। ਪ੍ਰੇਮ ਦੇ ਬੱਦਲ ਨੇ ਸਤਿਗੁਰੂ, ਉਹਨਾਂ ਦੇ ਨਾਲ ਮਿਲ ਕਰਕੇ ਜਿਹੜੇ ਗੁਰਸਿੱਖ ਨੇ ਉਹਨਾਂ ਨੇ ਪਾਂਚੋ ਚੀਨੀ, ਪਾਂਚੋ ਕੀ ਹੈ ਚੇਤਨ ਸਰੂਪ ਪਰਮੇਸ਼ਰ, ਉਹਨੂੰ ਸਾਰਿਆਂ ਵਿੱਚ ਵਸਦਾ ਚੀਨੀ ਜਾਣ ਲਿਆ ਹੈ। ਬੈਰਾ ਧਰ ਗਜ ਧਰ ਕੇ ਦਾਰਾ, ਫਿਰ ਮਹਾਰਾਜ ਕਹਿੰਦੇ ਜਦ ਬੈਰਾ ਧਰ, ਬੈਰਾ ਬਾਣੀ ਨੂੰ ਧਰ ਧਾਰਨ ਵਾਲਾ ਰਚਨ ਵਾਲਾ, ਗੁਰਾਂ ਨਾਲ ਮਿਲ ਕੇ ਜਾਂ ਗੁਰਬਾਣੀ ਨੂੰ ਧਾਰਨ ਕਰਕੇ ਜਿਹੜਾ ਮਨ ਰੂਪੀ ਗਾਜ ਹਾਥੀ ਹੈ ਨਾ, ਇਹਨੂੰ ਜਿਨ੍ਹਾਂ ਨੇ ਧਰ ਲਿਆ ਪਕੜ ਲਿਆ ਹੈ ਕੇ ਦਾਰਾ, ਉਹਨਾਂ ਦਾ ਫਿਰ ਕਾਲ ਦਾ ਜਿਹੜਾ ਕਹਿੰਦੇ ਵੀ ਡਰ ਸੀ, ਦਾਰਾ ਦਾ ਅਰਥ ਡਰ, ਉਹ ਕੇ ਕੀ ਰਹਿਣਾ ਸੀ, ਕੋਈ ਡਰ ਨਹੀਂ ਰਹਿੰਦਾ ਉਹਨਾਂ ਨੂੰ ਕਾਲ ਦਾ। ਜਬਲੀ ਧਰ ਨਟ ਔ ਜਲ ਧਾਰਾ, ਜਬਲੀ ਧਰ ਨਟ ਔ ਜਲ ਧਾਰਾ, ਏਕਤਾ ਕਿਵੇਂ ਹੁੰਦੀ, ਕਹਿੰਦੇ ਜਬਲੀ ਧਰ ਜਬ ਜਦੋਂ ਕਹਿੰਦੇ ਚਿੱਤ ਦੀ ਜਿਹੜੀ ਬਿਰਤੀ ਹੈ ਨਾ ਉਹਨੂੰ ਹੰਕਾਰ ਵੱਲੋਂ ਲੀ ਲੈ ਕਰ ਲਿਆ ਨਾਸ਼ ਕਰ ਲਿਆ, ਤਦੋਂ ਜਲ ਧਾਰਾ ਗੁਰੂ ਰੂਪੀ ਜੋ ਬੱਦਲ ਹੈ ਉਹ ਅਤੇ ਪਰਮੇਸ਼ਰ ਨੂੰ ਇੱਕੋ ਹੀ ਰੂਪ ਕਹਿੰਦੇ ਨਟ ਨਿਸ਼ਚੇ ਕਰ ਲਿਆ। ਪੁਨ ਗਾਵੈ ਸ਼ੰਕਰ ਔ ਸਿਆਮਾ, ਮਹਾਰਾਜ ਹੋਰ ਕੌਣ ਕੌਣ ਗੁਣ ਗਾਉਂਦਾ ਹੈ, ਪੁਨ ਗਾਵੈ ਸ਼ੰਕਰ ਔ ਸਿਆਮਾ, ਕਹਿੰਦੇ ਸ਼ੰਕਰ ਸ਼ਿਵਜੀ ਔ ਸਿਆਮਾ ਵਿਸ਼ਨੂੰ, ਵਿਸ਼ਨੂੰ ਦਾ ਅਵਤਾਰ ਸਿਆਮਾ ਕ੍ਰਿਸ਼ਨ ਭਗਵਾਨ, ਇਹ ਸਾਰੇ ਅਵਤਾਰ ਪੁਨਾ ਪੁਨਾ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ। ਕਸ਼ਟ ਰਾਗ ਉਨ ਗਾਏ, ਪੁਨ ਗਾਵੇ ਸ਼ੰਕਰ ਔ ਸਿਆਮਾ, ਅੱਗੇ ਮੇਘ ਮੇਘ ਰਾਗ ਪੁੱਤਰਨ ਕੇ ਨਾਮਾ, ਮੇਘ ਰਾਗ ਪੁੱਤਰਨ ਕੇ ਨਾਮਾ, ਰਾਗ ਪ੍ਰੇਮ ਦਾ ਜੋ ਮੇਘ ਬੱਦਲ ਹੈ ਗੁਰੂ ਸਾਹਿਬ, ਉਹਨਾਂ ਨੇ ਅਨੇਕਾਂ ਹੀ ਜੀਵ ਜਿਹੜੇ ਨੇ ਪਰਮੇਸ਼ਰ ਦੇ ਨਾਮਾ ਨਾਮ ਉਚਾਰਨ ਵਿੱਚ ਲਾ ਕੇ ਪੁੱਤਰਨ ਪਵਿੱਤਰ ਕਰ ਦਿੱਤੇ ਹਨ। ਜਿਹੜੇ ਗੁਰੂ ਬੱਦਲ ਦੇ ਨਾਲ ਮਿਲ ਕੇ ਜੀਵ ਨਾਮ ਜਪਦੇ ਨੇ ਉਹ ਪਵਿੱਤਰ ਹੋ ਗਏ ਹਨ। ਖਸ਼ਟ ਰਾਗ ਉਨ ਗਾਏ, ਖਸ਼ਟ ਛੇ ਪੰਜ ਸੂਖਮ ਤੱਤ ਦੇ ਛੇਵਾਂ ਮਨ ਉਨ ਉਸ ਪਰਮੇਸ਼ਰ ਦੇ ਹੀ ਰਾਗ ਪ੍ਰੇਮ ਦੇ ਨਾਲ ਗਾਏ ਗਾਉਂਦੇ ਹਨ ਵਾਹਿਗੁਰੂ ਦੇ ਗੁਣਾਂ ਦੇ ਤਾਈ। ਸੰਗ ਰਾਗਨੀ ਤੀਸ, 27 ਸਿਮਰਤੀਆਂ ਦੇ ਤਿੰਨ ਲੋਕ ਏ, 30-30 ਵੀ ਸਾਰੇ ਮਿਲ ਕੇ ਵਾਹਿਗੁਰੂ ਦੇ ਪ੍ਰੇਮ ਨੂੰ ਰਾਗਨੀ ਪ੍ਰੀਤੀ ਦੇ ਨਾਲ ਸੰਗ ਨਾਲ ਗਾਉਂਦੇ ਹਨ, ਜਾਂ ਸੰਗ ਰਾਗਨੀ 30 30 ਰੋਜੇ ਰੱਖਣ ਵਾਲੇ ਵਰਤ ਰੱਖਣ ਵਾਲੇ ਸਾਰੇ ਹੀ ਪ੍ਰੀਤੀ ਦੇ ਨਾਲ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ। ਸਭੈ ਪੁੱਤਰ ਰਾਗਨ ਕੇ, ਸਾਰੀਆਂ ਵਾਸ਼ਨਾਵਾਂ ਸ਼ਾਂਤ ਕਿਵੇਂ ਹੁੰਦੀਆਂ ਨੇ, ਕਹਿੰਦੇ ਨੇ ਸਭੈ ਪੁੱਤਰ ਰਾਗਨ ਕੇ, ਪਰਮੇਸ਼ਰ ਨਾਲ ਜੋ ਰਾਗਨ ਰਾਗ ਪ੍ਰੇਮ ਕਰਕੇ ਸਭੈ ਸਾਰੇ ਹੀ ਗੁਰਮੁਖ ਜਨ ਪੁੱਤਰ ਪਵਿੱਤਰ ਹੋ ਗਏ ਹਨ। 18-10-20 ਪਰਮੇਸ਼ਰ ਦੇ ਪ੍ਰੇਮ ਕਰਕੇ 18-18 ਗੋਤਾਂ ਨੇ ਹਿੰਦੂਆਂ 'ਚ ਮੰਨਦੇ, ਉਹ ਵੀ ਪਵਿੱਤਰ ਹੋ ਜਾਂਦੀਆਂ। 18-18 ਪੁਰਾਣ ਨੇ,
ਉਹ ਪੁਰਾਣ ਵੀ ਪਵਿੱਤਰ ਹੋ ਜਾਂਦੇ, 18 ਪੁਰਾਣਾਂ ਨੂੰ ਪੜ੍ਹਨ ਵਾਲੇ ਪਵਿੱਤਰ ਹੋ ਜਾਂਦੇ ਹਨ। 10 ਅਵਤਾਰ ਜਾਂ ਫਿਰ 4 ਵੇਦ 6 ਸ਼ਾਸਤਰ, ਇਹ 10 ਅਤੇ 20, 20 ਤੋਂ ਭਾਵ ਹੈ ਸਾਧ ਸੰਗਤ 20 ਵਿਸਵੇ ਗੁਰ ਕਾ ਮਨ, ਮਨ ਹੈ ਜਿਹੜੀ ਪੂਰਨ ਕਿਰਪਾਲਤਾ ਹੋਣੀ ਹੈ। ਕਹਿੰਦੇ ਵੀ 20 ਉਹ ਜਿਹੜੇ ਸੰਤ ਜਨ ਹਨ ਉਹਨਾਂ ਨੂੰ ਵਾਹਿਗੁਰੂ ਉੱਤੇ 20 ਨਾਮ ਹੈ ਨਿਸ਼ਚਾ, ਪੂਰਾ ਨਿਸ਼ਚਾ ਆਇਆ ਹੈ। ਜਿਨ੍ਹਾਂ ਨੂੰ ਪੂਰਾ ਨਿਸ਼ਚਾ ਆ ਗਿਆ ਹੈ ਨਾ, ਉਹਨਾਂ ਦੇ ਹਿਰਦੇ ਦੇ ਵਿੱਚ ਆ ਕੇ ਸਾਧ ਸੰਗਤ ਆ ਠਾਰ ਹੈ, ਆ ਕੇ ਠਹਿਰ ਜਾਂਦੀ ਹੈ ਸ਼ਾਂਤੀ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਇਹ ਪਵਿੱਤਰ ਗੁਰਬਾਣੀ ਰਾਗ ਮਾਲਾ, ਇਹ ਇੱਕ ਓਅੰਕਾਰ ਤੋਂ ਲੈ ਕੇ 10, 18, 10, 20 ਇਹ ਸਤਿਗੁਰਾਂ ਦੀ ਕਿਰਪਾ ਨਾਲ ਇੱਕ ਵਾਰੇ ਦੀ ਸਾਰੀ ਸੰਪੂਰਨਤਾ ਹੋ ਗਈ ਹੈ। ਅੰਤਰੀ ਵਰਥ ਨੇ ਬੜੇ ਡੂੰਘੇ ਹਨ ਸਾਧ ਸੰਗਤ, ਇਹ ਜਿਵੇਂ ਭਗਤਾਂ ਦੀ ਬਾਣੀ 'ਚ ਬੜੇ ਸ਼ਬਦ ਐਸੇ ਆਉਂਦੇ ਵੀ ਬਹੁਤ ਔਖੇ ਸ਼ਬਦ, ਡੂੰਘੇ ਸ਼ਬਦ ਮਹਾਰਾਜ ਦੇ, ਵਾਰ ਵਾਰ ਜਦੋਂ ਪੜ੍ਹੀ ਜਾਵਾਂਗੇ ਫਿਰ ਕਿਤੇ ਜਾ ਕੇ ਇਹ ਲੱਗਦਾ ਹੈ ਜਦੋਂ ਔਖੀ ਚੀਜ਼ ਹੋਵੇ, ਪਰ ਆਨੰਦਦਾਇਕ ਨੇ ਸਾਰੇ, ਮੁਕਤੀ ਦੇ ਦੇਣ ਵਾਲੇ ਮਹਾਰਾਜ ਸਾਹਿਬ ਜੀ ਦੇ ਬਚਨ ਹਨ। ਇਸ ਤਰ੍ਹਾਂ ਇਹ 5ਵੇਂ ਪਾਤਸ਼ਾਹ ਨੇ ਰਾਗ ਪ੍ਰੇਮ ਦੀ ਮਾਲਾ ਸਿੱਖਾਂ ਦੇ ਸਵਾਲ ਜਿਹੜੇ ਨੇ ਉਹਦੇ ਮੁਤਾਬਕ ਇਹ ਬਖਸ਼ੀ ਹੈ। ਹਾਲਾਂ ਸਮੇਂ ਦੀ ਘਾਟ ਹੀ ਹੋਣ ਕਰਕੇ ਥੋੜ੍ਹਾ ਹੋਰ ਵਿਸਥਾਰ ਹੋ ਸਕਦਾ ਸੀ, ਜੋ ਸੰਖੇਹ ਵਿੱਚ ਹੀ ਸਮੇਟਣਾ ਪਿਆ। ਸਤਿਗੁਰੂ ਮਹਾਰਾਜ ਕਿਰਪਾ ਕਰਨ ਜੋ ਮੁੱਖ ਰੂਪ ਦੇ ਵਿੱਚ ਅਰਥ ਰਾਗ ਮਾਲਾ ਦਾ ਕਰਦੇ ਨੇ, ਉਹਦੀ ਵਿਚਾਰ ਕੱਤਕ ਦੀ ਪੂਰਨਮਾਸੀ ਵਾਲੇ ਦਿਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਪ੍ਰਕਾਸ਼ ਦਿਹਾੜੇ 'ਤੇ 7 ਤੋਂ 8 ਦੁਬਾਰਾ ਸਾਧ ਸੰਗਤ ਰਾਗ ਮਾਲਾ ਦੀ ਜਿਹੜੀ ਵਿਚਾਰ, ਜਿਹਨੂੰ ਸਾਰੇ ਟੀਕਾਕਾਰ ਜਿਹੜੇ ਅਰਥ ਲਿਖਦੇ ਨੇ ਉਹ ਆਪਾਂ ਕਰਾਂਗੇ। ਸਤਿਗੁਰਾਂ ਦੀ ਬਾਣੀ ਅਗਾਧ ਬੋਲ ਹੈ, ਪੜ੍ਹਦਿਆਂ ਅਨੇਕਾਂ ਹੀ ਬੇਅੰਤੀ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਕੋਈ ਵੀ ਐਸਾ ਸਮਰੱਥਾਵਾਨ ਨਹੀਂ ਹੈ ਜੋ ਆਖੇ ਵੀ ਮੈਂ ਬਹੁਤ ਸ਼ੁੱਧ ਹਾਂ ਜਾਂ ਮੈਂ ਬਹੁਤ ਅਭਿਆਸੀ ਹਾਂ। ਸਤਿਗੁਰੂ ਹੀ ਬਖਸ਼ ਲੈਣ ਤਾਂ ਬਖਸ਼ ਲੈਣ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਅਰਥ ਸੁਣਾਏ ਸਨ ਸਿੱਖਾਂ ਨੂੰ, ਅਤੇ ਮਗਰੋਂ ਇਹੀ ਆਖਿਆ ਸੀ ਗੁਰਸਿੱਖੋ ਇਹਦੀ ਸੰਪੂਰਨ ਵਿਆਖਿਆ ਗੁਰੂ ਨਾਨਕ ਸਾਹਿਬ ਹੀ ਜਾਣਦੇ ਨੇ, ਅਸੀਂ ਵੀ ਜੋ ਤੁਹਾਨੂੰ ਦੱਸਿਆ ਇਹਨੂੰ ਆਖਰੀ ਨਾ ਸਮਝਣਾ। ਵੇਖੋ 6ਵੇਂ ਪਾਤਸ਼ਾਹ ਦੇ ਬਚਨ ਸਨ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਹੋਰ ਵੀ ਜੋ ਇਹ ਡੂੰਘਿਆਈ ਹੈ ਸਿੱਖ ਸੰਗਤਾਂ ਦੇ ਹਿੱਤ ਵਾਸਤੇ ਯਤਨ ਤਾਂ ਇਹੀ ਹੈ ਵੀ ਜਿਸ ਦਿਨ ਸਮਾਪਤੀ ਹੋਣੀ ਇਹ ਰਾਗ ਮਾਲਾ ਦੇ ਜਿਹੜੇ ਅਰਥ ਨੇ ਇਹਨਾਂ ਅਰਥਾਂ ਦਾ ਸੰਖੇਪ ਜਿਹਾ ਰੂਪ ਜਿਹੜਾ ਅੰਤਰੀਵ ਹੈ, ਕਿਉਂਕਿ ਹਰ ਥਾਂ 'ਤੇ ਲਿਖੇ ਨਹੀਂ ਮਿਲਦੇ ਅਤੇ ਇਹਨਾਂ ਦਾ ਕੋਈ ਵੱਖਰਾ ਪੈਂਫਲਟ ਹੀ ਛਾਪ ਕਰਕੇ ਕੁਝ ਔਖੇ ਪਾਠ ਜਿਹੜੇ ਜਈਏ ਅੱਖਰ ਦੇ ਉਚਾਰਨ ਹਨ ਉਹ 12 ਤਰੀਕ ਤੀਕਰ ਜੇ ਗੁਰੂ ਸਾਹਿਬ ਨੂੰ ਪਾਇਆ ਤਾਂ ਆਪ ਸੰਗਤਾਂ ਦੀ ਸੇਵਾ ਵਿੱਚ ਵੀ ਦੇ ਦੇਵਾਂਗੇ, ਕਿਉਂਕਿ ਘਰੇ ਰੋਜ਼ ਹੀ ਪੜ੍ਹੀ ਜਾਓਗੇ ਜਦੋਂ ਵਿਚਾਰੀ ਜਾਓਗੇ ਅਤੇ ਫਿਰ ਵਿਚਾਰ ਕਰਨ ਦੇ ਨਾਲ ਸੌਖਾ ਲੱਗੇਗਾ ਫਿਰ ਸਾਰਾ ਕੁਝ। ਇਹ ਵੀ ਅਸੀਸ ਦੇਣੀ ਵੀ ਇਹ ਕਾਰਜ ਮਹਾਰਾਜ ਇੰਨਾ ਕੁ ਕਰਾਈ ਲੈਣ 12 ਤਰੀਕ ਤੀਕਰ ਸਤਿਗੁਰੂ ਸਾਹਿਬ ਜੀ ਦੀ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ ਬਖਸ਼ ਦੇਣੀ। ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਇਹ 2.5 ਸਾਲ ਦੇ ਸਮਿਆਂ 'ਚ ਅਨੇਕਾਂ ਹੀ ਦਾਸ ਕੋ ਗਲਤੀਆਂ ਹੋਈਆਂ ਹੋਣਗੀਆਂ, ਆਪ ਕਿਸੇ ਵੀ ਸਿੱਖ ਨੇ ਗੁਰਸਿੱਖ ਨੇ ਗਲਤੀ ਨਾ ਚਿਤਾਰਨਾ, ਸਤਿਗੁਰੂ ਮਹਾਰਾਜ ਦੇ ਕੋਲੋਂ ਮੁਆਫ਼ੀ ਹੀ ਬਖਸ਼ਾਉਣੀ, ਗਲਤੀਆਂ ਦੀ ਮੁਆਫ਼ੀ ਦੇ ਦੇਣੀ। ਸਾਹਿਬ ਕਿਰਪਾ ਕਰਨ, ਰਹਿੰਦੇ ਜੀਵਨ ਵਿੱਚ ਵੀ ਐਸਾ ਕਾਰਜ ਕੋਈ ਕਰਾ ਲੈਣ, ਸੇਵਾ ਵਿੱਚ ਹੀ ਜੀਵਨ ਲੱਗੇ, ਨੌਕਰੀ ਤਾਂ ਹੈ ਹੀ ਪਰ ਬਾਕੀ ਇਸ ਤੋਂ ਇਲਾਵਾ ਸੇਵਾ ਕਰਦੇ ਰਹੀਏ ਗੁਰਬਾਣੀ ਦੀ, ਸੰਥਿਆ ਪ੍ਰਚਾਰ ਦੀ।
ਇਹ ਬਹੁਤ ਵੱਡੇ ਭਾਗ ਆਪਾਂ ਨੂੰ ਸਮਝਣੇ ਚਾਹੀਦੇ ਨੇ ਵੀ ਪੂਰਨ ਅੱਖਰ ਮਹਾਰਾਜ ਨੇ ਕਰਾਂ ਰੱਥਾ ਸਹਿਤ ਆਪਣੇ ਕੋਲੋਂ ਇਹ ਵਿਚਾਰ ਕਰਵਾ ਲਏ ਨੇ। ਸੋ ਬਾਕੀ ਦੀਆਂ ਵਿਚਾਰਾਂ 12 ਤਰੀਕ ਨੂੰ ਕਰਾਂਗੇ। ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੀਏ। ਖਸ਼ਟ ਰਾਗ ਓਨੰਗਾਏ ਸੰਗ ਰਾਗ ਨੀਤੀਸ ਸਭੈ ਪੁੱਤਰ ਰਾਗਨ ਗੇ ਅਠਾਰਹ ਦਸ ਪੀਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।